ਜਿੱਥੇ ਤੱਕ ਪਹੁੰਚੇ ਹੋ ਤਾਂ ਦੱਸ ਦਿੰਦੇ ਹਾਂ ਕਿ ਡਾਕਟਰ ਪਾਨੂ ਪ੍ਰਤਾਪ ਸਿੰਘ ਸਲੂਜਾ ਜੀ ਸੀਨੀਅਰ ਜੁਆਇੰਟ ਰਿਪਲੇਸਮੈਂਟ ਸਰਜਨ ਸ਼ੈਲਬੀ ਹਸਪੀਟਲ ਮੋਹਾਲੀ ਨੇ ਸਾਨੂੰ ਨਿੱਘਾ ਸਵਾਗਤ ਕਰਾਉਂਦੇ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਅਜੀ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਸ਼ੈਲਬੀ ਹਸਪੀਟਲ ਦੇ ਵਿੱਚ ਜਿਹੜੀ ਮੋਹਾਲੀ ਦੀ ਬ੍ਰਾਂਚ ਹੈ ਇੱਥੇ ਕਾਫੀ ਤਰ੍ਹਾਂ ਦੇ ਹੋਰ ਵੀ ਟ੍ਰੀਟਮੈਂਟ ਕੀਤੇ ਜਾਂਦੇ ਨੇ, ਪਰ ਸਪੈਸ਼ਲਿਟੀ ਜਿਹੜੀ ਹੈਗੀ ਹੈ ਗੋਡਿਆਂ ਅਤੇ ਜੋੜਾਂ ਦਾ ਜਿਹੜਾ ਰਿਪਲੇਸਮੈਂਟ ਹੈ ਇਸ ਦੀ ਹੈਗੀ ਹੈ। ਅਤੇ ਤੁਹਾਨੂੰ ਇਹ ਵੀ ਦੱਸ ਦਿਆ ਕਿ 1994 ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਮੁੱਖ ਬ੍ਰਾਂਚ ਸੀ ਅਹਿਮਦਾਬਾਦ ਦੇ ਵਿੱਚ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਹੁਣ ਲਗਭਗ 11 ਵੱਖ ਵੱਖ ਸਟੇਟਾਂ ਦੇ ਵਿੱਚ ਇੱਥੇ ਬ੍ਰਾਂਚਾਂ ਚੱਲ ਰਹੀਆਂ ਨੇ ਅਤੇ ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਬ੍ਰਾਂਚਾਂ ਚੱਲ ਰਹੀਆਂ ਨੇ। ਅਤੇ ਜੇ ਡਾਕਟਰ ਪਾਨੂ ਪ੍ਰਤਾਪ ਜੀ ਦੀ ਗੱਲ ਕੀਤੀ ਜਾਵੇ ਤਾਂ ਆਪਣੇ 10 ਸਾਲਾਂ ਦੇ ਤਜਰਬੇ ਦੇ ਵਿੱਚ ਇਹ ਲਗਭਗ 12,000 ਗੋਡੇ ਰਿਪਲੇਸਮੈਂਟ ਕਰ ਚੁੱਕੇ ਨੇ। ਸੋ ਜੇ ਤੁਹਾਨੂੰ ਵੀ ਪ੍ਰੋਬਲਮ ਹੈਗੀ ਗੋਡਿਆਂ ਦੀ ਜਾਂ ਜੋੜਾਂ ਦੇ ਦਰਦ ਦੀ ਪ੍ਰੋਬਲਮ ਹੈਗੀ ਹੈ ਤਾਂ ਸਕਰੀਨ 'ਤੇ ਜਿਹੜਾ ਨੰਬਰ ਚੱਲ ਰਿਹਾ ਉਸ 'ਤੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ। ਕਾਫੀ ਲੰਮਾ ਤਜਰਬਾ ਇਹਨਾਂ ਕੋਲ, ਕਿਹਾ ਜਾਂਦਾ ਕਿ ਡਾਕਟਰਾਂ ਦੇ ਹੱਥ ਵਿੱਚ ਜਾਦੂ ਹੈ। ਸੋ ਤੁਸੀਂ ਗੱਲਬਾਤ ਕਰੋਗੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਕਿ ਜਾਦੂ ਕਿਸ ਤਰ੍ਹਾਂ ਦਾ ਹੈ। ਸੋ ਪਾਨੂ ਪ੍ਰਤਾਪ ਜੀ, ਇੱਕ ਰਿਪਲੇਸਮੈਂਟ ਜਿਹੜੀ ਗੋਡਿਆਂ ਦੀ ਹੈਗੀ ਹੈ, ਇਸ ਨੂੰ ਲੈ ਕੇ ਭਾਰਤ ਦੇ ਵਿੱਚ ਦੇਸ਼ ਵਿਦੇਸ਼ਾਂ 'ਚ ਬੈਠੇ ਲੋਕਾਂ ਦੇ ਵਿੱਚ ਕਾਫੀ ਕਿਊਰੀਓਸਿਟੀ ਹੁੰਦੀ ਹੈ, ਜਾਣਨਾ ਚਾਹੁੰਦੇ ਨੇ, ਕਿਉਂਕਿ ਗੋਡਿਆਂ ਦੇ ਦਰਦ ਜਦੋਂ ਹੁੰਦਾ ਤਾਂ ਇਨਸਾਨ ਤੋਂ ਚੱਲ ਵੀ ਨਹੀਂ ਹੁੰਦਾ, ਬੈਠ ਵੀ ਨਹੀਂ ਹੁੰਦਾ, ਖੜਾ ਵੀ ਨਹੀਂ ਹੁੰਦਾ। ਆਮ ਤੌਰ 'ਤੇ ਜਿਹੜੀਆਂ ਘਰਾਂ ਦੇ ਵਿੱਚ ਔਰਤਾਂ ਕੰਮ ਕਰਦੀਆਂ ਨੇ 40 ਤੋਂ 45 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਵੀ ਮਿਲੀ ਹੈ। ਸੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਸ਼ੈਲਬੀ ਹਸਪੀਟਲ ਬਾਰੇ ਤੁਸੀਂ ਖੁਦ ਆਪਣੇ ਮੂੰਹ ਕੁਝ ਬਿਆਨ ਕਰੋ ਕਿ ਕਿਉਂਕਿ ਮੈਨੂੰ ਪਤਾ ਲੱਗਿਆ ਕਿ ਵਿਦੇਸ਼ਾਂ ਦੇ ਵਿੱਚ ਵੀ ਤੁਹਾਡੀਆਂ ਸੰਸਥਾਵਾਂ ਨੇ, ਉਹ ਕਿੱਥੇ ਕਿੱਥੇ ਸੰਸਥਾਵਾਂ ਨੇ। ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ ਕਿ ਉਹ ਮੇਰੇ ਨਾਲ ਜੁੜੇ ਨੇ, ਅਤੇ ਇਹ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸ਼ੈਲਬੀ ਹੋਸਪਿਟਲ ਵਿਸ਼ਵ ਖਿਆਤ ਹੋਸਪਿਟਲ ਹੈਗਾ ਜੋ 94 ਵਿੱਚ ਡਾਕਟਰ ਵਿਕਰਮ ਸ਼ਾਹ ਨੇ ਅਹਿਮਦਾਬਾਦ ਵਿੱਚ ਇਸਟੈਬਲਿਸ਼ ਕੀਤਾ ਜੀ, ਅਤੇ 6-bedded ਹੋਸਪਿਟਲ ਦੀ ਤਰ੍ਹਾਂ ਸ਼ੁਰੂ ਹੋਇਆ, ਬਟ 25-26 ਸਾਲਾਂ ਵਿੱਚ ਇਹ ਪ੍ਰਗਾੜ ਰੂਪ ਲੈ ਕੇ ਅੱਜ 2500-2600 ਬੈਡਡ ਹੋਸਪਿਟਲ ਹੈ ਅਤੇ 11-12 ਹੋਸਪਿਟਲ ਇੰਡੀਆ ਵਿੱਚ, ਅਤੇ ਇਹਨਾਂ ਦੀ ਕਈ ਨੈਟਵਰਕਿੰਗ ਓਪੀਡੀਜ਼ ਬਾਹਰ ਚੱਲ ਰਹੀਆਂ ਨੇ। ਇੰਡੀਆ ਦੇ ਵਿੱਚ ਤੁਹਾਡੀ ਬ੍ਰਾਂਚਸ ਕਿੱਥੇ ਕਿੱਥੇ? ਇੰਡੀਆ ਵਿੱਚ 4 ਹਸਪਤਾਲ ਸਾਡੇ ਆਪਣੇ ਅਹਿਮਦਾਬਾਦ ਵਿੱਚ ਹੀ ਹੈਗੇ, ਉਹਦੇ ਇਲਾਵਾ ਬੰਬੇ, ਵਾਪੀ, ਸੂਰਤ, ਇੰਦੌਰ, ਜਬਲਪੁਰ, ਗੋਆ, ਜੈਪੁਰ, ਅਤੇ ਪੰਜਾਬ ਦਾ ਪਹਿਲਾ ਹਸਪਤਾਲ ਅਸੀਂ ਮੋਹਾਲੀ ਲਿਆ। ਅਤੇ ਮੋਹਾਲੀ ਹੁਣ ਪਿਛਲੇ 2 ਸਾਲਾਂ ਤੋਂ ਫੰਕਸ਼ਨਲ ਹੈ, ਅਤੇ 2 ਸਾਲਾਂ ਵਿੱਚ ਬਥੇਰੇ ਪੇਸ਼ੈਂਟ ਨੇ ਆਪਣੇ ਆ ਕੇ ਇੱਥੇ ਗੋਡਿਆਂ ਦੀ ਤਕਲੀਫਾਂ ਦਾ ਨਿਦਾਨ ਕੀਤਾ, ਅਤੇ ਮਲਟੀ ਸਪੈਸ਼ਲਿਟੀ ਬ੍ਰਾਂਚਿਸ ਦਾ ਵੀ ਉਹਨਾਂ ਨੇ ਆਨੰਦ ਉਠਾਇਆ। ਪਾਨੂ ਪ੍ਰਤਾਪ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਸੁਣਿਆ ਆਇਆ ਸੀ ਕਿ ਜਿਹੜਾ ਸ਼ੈਲਬੀ ਹਸਪਤਾਲ ਹੈਗਾ ਉਹ ਦੂਜੇ ਹਸਪਤਾਲਾਂ ਨਾਲੋਂ ਥੋੜ੍ਹਾ ਲੀਹ ਤੋਂ ਹਟ ਕੇ ਕੰਮ ਕਰਦਾ, ਉਹ ਕਿਹੋ ਜਿਹੇ ਕੰਮ ਹੈਗੇ ਨੇ ਕਿ ਦੂਜੇ ਹਸਪਤਾਲਾਂ ਦੇ ਵਿੱਚ ਜਿਹੜੇ ਕੰਮ ਹੁੰਦੇ ਨੇ ਤੁਸੀਂ ਉਸ ਤੋਂ ਥੋੜ੍ਹਾ ਟ੍ਰੀਟਮੈਂਟ ਵੱਖਰਾ ਕਰਦੇ ਹੋ ਕਿਸ ਹਿਸਾਬ ਨਾਲ? ਸਾਰੇ ਪਹਿਲਾਂ ਤੋਂ ਹੀ ਅਸੀਂ ਕਹਿੰਦੇ ਹਾਂ ਕਿ ਜਿਹੜਾ ਜਿਹੜੀ ਟੱਪਲੀ ਜ਼ਿਆਦਾ ਵਜਾਉਂਦਾ ਹੈ ਉਹ ਉਹਦੀ ਮਹਾਰਤ ਲੈ ਲੈਂਦਾ। ਠੀਕ ਹੈ। ਇਹ ਜਿਹੜੀ ਗੋਡਿਆਂ ਦੀ ਟੱਪਲੀ ਹੈ ਇਹ ਸ਼ੈਲਬੀ ਅਹਿਮਦਾਬਾਦ ਨੇ 94 ਤੋਂ ਜਾਣੀ ਸ਼ੁਰੂ ਕੀਤੀ, 26 ਸਾਲਾਂ ਦੀ ਜਰਨੀ ਵਿੱਚ ਤਕਰੀਬਨ 1,00,000 ਗੋਡੇ ਇਸ ਬੈਨਰ ਦੇ ਅੰਡਰ ਹੋ ਚੁੱਕੇ ਹਨ। ਠੀਕ ਹੈ। ਤੇ ਵਾਰ-ਵਾਰ ਉਹੀ ਨਿਯੰਤਰ ਉਹੀ ਕੰਮ ਕਰਦੇ ਕਰਦੇ ਇੱਕ ਤਰੀਕੇ ਨਾਲ ਕਹਿ ਲਓ ਕਿ ਇਹਦੇ ਵਿੱਚ ਐਕਸਪਰਟੀਜ਼ ਡਿਵੈਲਪ ਹੋ ਗਈ, ਤੇ ਡਾਕਟਰ ਵਿਕਰਮ ਸ਼ਾਹ ਤੇ ਉਹਨਾਂ ਦੀ ਟੀਮ ਤੇ ਉਹਨਾਂ ਦੇ ਅੰਦਰ ਉਹਨਾਂ ਦੇ ਨਾਲ ਜੁੜੇ ਡਾਕਟਰਾਂ ਨੇ ਐਸੀ ਕੰਮ ਦੇ ਵਿੱਚ ਸੰਸ਼ੋਧਨ ਕਰਕੇ ਇਸ ਸਰਜਰੀ ਨੂੰ ਇੰਨਾ ਸਿੰਪਲ ਬਣਾ ਦਿੱਤਾ ਕਿ ਆਉਣ ਵਾਲੇ ਟਾਈਮ ਵਿੱਚ ਜਾਂ ਇਸ ਟਾਈਮ ਵਿੱਚ ਅਸੀਂ ਇਸ ਟੈਕਨੀਕ ਨੂੰ ਜ਼ੀਰੋ ਟੈਕਨੀਕ ਦਾ ਨਾਮ ਦੇ ਦਿੱਤਾ। ਤੁਸੀਂ ਦੱਸ ਰਹੇ ਹੋ ਕਿ ਸਰਜਰੀ ਨੂੰ ਬਹੁਤ ਸਿੰਪਲ ਬਣਾ ਦਿੱਤਾ, ਸੋ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹਨਾਂ ਨੂੰ ਜੇ ਸਧਾਰਨ ਭਾਸ਼ਾ ਵਿੱਚ ਸਮਝਾਉਣਾ ਹੋਵੇ ਕਿ ਸਿੰਪਲ ਨੂੰ ਤੁਸੀਂ ਕਿਸ ਅੰਦਾਜ਼ ਵਿੱਚ ਲੈਂਦੇ ਹੋ? ਇਹਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਕਿ ਪਹਿਲਾਂ ਤੇ ਜ਼ੀਰੋ ਟੈਕਨੀਕ ਨਾਮ ਕਿਉਂ ਪਿਆ, ਤੇ ਜ਼ੀਰੋ ਸ਼ਬਦ ਹੀ ਆਪਣੇ ਵਿੱਚ ਇਹ ਕਹਿ ਰਿਹਾ ਵੈ ਕਿ ਸਾਰੀ ਪ੍ਰੋਬਲਮਾਂ ਨੂੰ ਜ਼ੀਰੋ ਲੈਵਲ ਤੇ ਲੈ ਆਉਣਾ। ਠੀਕ ਹੈ ਜੀ। ਹੁਣ ਪ੍ਰੋਬਲਮਾਂ ਕਿਹੜੀਆਂ ਸੀਗੀਆਂ ਜਾਂ ਪੇਸ਼ੈਂਟ ਕਿਹੜੀ ਚੀਜ਼ ਤੋਂ ਘਬਰਾਉਂਦਾ ਸੀ? ਪੇਸ਼ੈਂਟ ਗੋਡਿਆਂ ਦਾ ਆਪਰੇਸ਼ਨ ਕਰਾਉਣਾ ਹੈ ਤੇ ਸਭ ਤੋਂ ਪਹਿਲਾਂ ਸਵਾਲ ਪੁੱਛਦਾ ਸੀ ਸਾਨੂੰ, ਡਾਕਟਰ ਸਾਹਿਬ ਚੀਰਾ ਬੜਾ ਵੱਡਾ ਲੱਗਦਾ ਹੈ, ਤਾਂ ਅਸੀਂ ਕਿਹਾ ਉਹ ਘਟਾਵਾਂਗੇ, ਤਾਂ ਅਸੀਂ ਚੀਰਾ 12-15 ਇੰਚ ਜਿਹੜਾ ਲੱਗਦਾ ਸੀ ਉਹਨੂੰ ਘਟਾ ਕੇ 4-6 ਇੰਚ ਦਾ ਕਰਤਾ। ਫਿਰ ਉਹਨਾਂ ਨੇ ਕਿਹਾ ਬੜੇ ਲੰਬੇ ਸਮੇਂ ਤੱਕ ਰੁਕਣਾ ਪੈਂਦਾ, 15-20 ਦਿਨ ਰੋਕ ਦਿੰਦੇ ਆ ਡਾਕਟਰ ਸਾਹਿਬ, ਅਸੀਂ ਕਿਹਾ ਤੁਹਾਡਾ ਡਿਊਰੇਸ਼ਨ ਘਟਾਵਾਂਗੇ, ਅਸੀਂ ਸਿਰਫ 6 ਰਾਤਾਂ 7 ਦਿਨ ਰੱਖਦੇ ਹਾਂ ਦੋਨੋਂ ਗੋਡਿਆਂ ਦੇ। ਫਿਰ ਤੀਜੇ ਸਵਾਲ ਦਰਸ਼ਨਾਂ ਨੇ ਸਾਰੇ ਪੇਸ਼ੈਂਟਸ ਨੇ ਸਾਨੂੰ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਨਲੀਆਂ ਬੜੀ ਪਾਉਂਦੇ ਹੋ, ਪਿਸ਼ਾਬ ਦੀ ਨਲੀ ਪਾਉਂਦੇ ਹੋ, ਗੋਡੇ ਦੀ ਨਲੀ ਪਾਉਂਦੇ ਹੋ, ਇਹ ਸਭ ਇਨਫੈਕਸ਼ਨ ਲਿਆਉਂਦੀ ਹੈ। ਅਸੀਂ ਕਿਹਾ ਬਿਲਕੁਲ ਠੀਕ ਕਹਿ ਰਹੇ ਹੋ, ਅਸੀਂ ਇਹਨੂੰ ਵੀ ਕੱਢਾਂਗੇ। ਅਸੀਂ ਪਿਸ਼ਾਬ ਦੀ ਨਲੀ ਕੱਢ ਦਿੱਤੀ, ਗੋਡਿਆਂ ਵਿੱਚ ਖੂਨ ਵਾਲੀ ਪਾਈਪ ਕੱਢ ਦਿੱਤੀ, ਰੀੜ ਦੀ ਹੱਡੀ ਵਿੱਚ ਦਰਦ ਵਾਲੀ ਜਿਹੜੀ ਐਪੀਡੂਰਲ ਪਾਈਪ ਪਾਉਂਦੇ ਨੇ ਬਥੇਰੇ ਡਾਕਟਰ, ਉਹ ਅਸੀਂ ਨਹੀਂ ਪਾਉਂਦੇ, ਤੇ ਇਹ ਲੈਵਲ ਵੀ ਅਸੀਂ ਫਤਿਹ ਕਰ ਲਿੱਤਾ ਕਿ ਇਹ ਵੀ ਹਟਾ ਦਈਏ। ਫਿਰ ਪੇਸ਼ੈਂਟਸ ਨੇ ਕਿਹਾ ਜੀ ਕਿ ਤੁਸੀਂ ਸਾਨੂੰ 3-3 ਦਿਨ ਬਾਅਦ ਖੜਾ ਕਰਦੇ ਹੋ, ਤਾਂ ਅਸੀਂ ਕਿਹਾ ਨਹੀਂ, ਅਸੀਂ ਤੁਹਾਨੂੰ 4-6 ਘੰਟੇ ਵਿੱਚ ਖੜਾ ਕਰਾਂਗੇ। ਤੇ ਆਪਰੇਸ਼ਨ ਦੇ 4-6 ਘੰਟੇ ਵਿੱਚ ਪੇਸ਼ੈਂਟ ਨੂੰ ਖੜਾ ਕਰਕੇ ਟੋਰਨੇ ਦੀ ਵੀ ਮਹਾਰਤ ਸ਼ੈਲਬੀ ਨੇ ਆਪਣੀ ਐਕਸਪਰਟੀਜ਼ ਦੇ ਨਾਲ ਡਿਵੈਲਪ ਕੀਤੀ।
ਫਿਰ ਗੱਲ ਆਈ ਕਿ ਜੀ ਪੌੜੀਆਂ ਡਾਕਟਰ ਸਾਹਿਬ ਘਰ ਚੜਾਂਗੇ, ਸਾਡਾ ਤੇ ਘਰ ਦੋ ਮੰਜ਼ਿਲ ਤੇ ਹੈ, ਇੱਕ ਮੰਜ਼ਿਲ ਤੇ ਹੈ, ਤਾਂ ਅਸੀਂ ਤੀਜੇ ਦਿਨ ਉਹਨਾਂ ਨੂੰ ਪੌੜੀ ਚੜਾਉਣ ਦਾ ਕੋਨਫੀਡੈਂਸ ਦਿੱਤਾ ਕਿ ਤੀਜੇ ਦਿਨ ਤੁਸੀਂ ਪੌੜੀ ਚੜ ਕੇ ਸਾਡੇ ਨਾਲ ਜਾ ਸਕਦੇ ਹੋ। ਫਿਰ ਉਹਨਾਂ ਨੇ ਕਿਹਾ ਕਿ ਟਾਂਕਿਆਂ ਦਾ ਦਰਦ ਬੜਾ ਹੁੰਦਾ, ਬੜੇ ਬਥੇਰੇ ਟਾਂਕੇ ਲੱਗ ਜਾਣ, ਕਿੰਨੇ ਟਾਂਕੇ ਲੱਗਣਗੇ, 40 ਲੱਗਣਗੇ, 45 ਲੱਗਣਗੇ। ਅਸੀਂ ਕਿਹਾ ਜੀ ਅਸੀਂ ਟਾਂਕੇ ਲਾਉਂਦੇ ਨਹੀਂ ਆ, ਤੇ ਅਸੀਂ ਉਹ ਟਾਂਕੇ ਵੀ ਹਟਾ ਦਿੱਤੇ। ਤੇ ਜੇ ਦੇਖਿਆ ਜਾਏ ਤੇ ਹਰ ਚੀਜ਼ ਨੂੰ ਅਸੀਂ ਧੀਰੇ 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 ਜ਼ੀਰੋ ਲੈਵਲ ਤੇ ਲਿਆ। ਛੋਟਾ ਚੀਰਾ, ਦਰਦ ਨਹੀਂ, ਨਲੀਆਂ ਨਹੀਂ, ਪਾਈਪਾਂ ਨਹੀਂ, ਵਾਕਰ ਨਹੀਂ, ਛੜੀ ਨਹੀਂ, ਸੇਮ ਡੇ ਚੱਲਣਾ, ਅਗਲੇ ਦਿਨ ਤੂੰ ਵਾਕਰ ਛੱਡ ਦੇਣਾ, ਪੌੜੀਆਂ ਚੜ੍ਹਨਾ, ਔਰ 7 ਦਿਨਾਂ ਵਿੱਚ 70% ਰਿਕਵਰੀ ਲੈ ਕੇ ਜਾਣਾ। ਤੇ ਇਹ ਸਾਰੀ ਐਕਸਪਰਟੀਜ਼ ਨੂੰ ਅਚੀਵ ਕਰਨ ਵਿੱਚ ਤਕਰੀਬਨ 20-25 ਸਾਲ ਲੱਗੇ। ਠੀਕ ਹੈ। ਅੱਜ ਦੀ ਡੇਟ ਵਿੱਚ ਇਹ ਜ਼ੀਰੋ ਟੈਕਨੀਕ ਦੇ ਨਾਲ ਸ਼ੈਲਬੀ ਦਾ ਹਰ ਡਾਕਟਰ ਓਪਰੇਟ ਕਰਦਾ। ਤੇ ਸ਼ੈਲਬੀ ਦੀ ਜਿਹੜੀ ਵੀ ਬ੍ਰਾਂਚ ਹੈ, ਜਿੱਥੇ ਵੀ ਪੇਸ਼ੈਂਟ ਜਾਏਗਾ, ਉਹਦਾ ਡਾਕਟਰ ਇਸੀ ਟੈਕਨੀਕ ਨਾਲ ਓਪਰੇਟ ਕਰੇਗਾ, ਤੇ ਇਹੀ ਰਿਜ਼ਲਟ ਮਿਲਣਗੇ ਸਾਰਿਆਂ ਨੂੰ। ਤੇ ਸ਼ੈਲਬੀ ਏਦਾਂ ਨਹੀਂ ਹੈ ਕਿ ਸ਼ੈਲਬੀ ਅਹਿਮਦਾਬਾਦ ਇਹ ਰਿਜ਼ਲਟ ਦੇ ਰਿਹਾ ਤੇ ਮੋਹਾਲੀ ਵਕਤ ਦੇ ਰਿਹਾ, ਸ਼ੈਲਬੀ ਮੋਹਾਲੀ ਵੀ ਉਹੀ ਰਿਜ਼ਲਟ ਦੇ ਰਿਹਾ, ਸ਼ੈਲਬੀ ਇੰਦੌਰ ਵੀ ਉਹੀ ਰਿਜ਼ਲਟ ਦੇ ਰਿਹਾ, ਸ਼ੈਲਬੀ ਜੈਪੁਰ ਵੀ ਉਹੀ ਰਿਜ਼ਲਟ ਦੇ ਰਿਹਾ। ਤੇ ਸਾਰੇ ਡਾਕਟਰ ਦਾ ਇੱਕ ਬਲੂ ਪ੍ਰਿੰਟ ਤਿਆਰ ਹੋ ਗਿਆ। ਠੀਕ ਹੈ ਜੀ। ਔਰ ਹਰ ਸਿਟੀ ਦਾ ਪੇਸ਼ੈਂਟ ਉਨਾ ਹੀ ਸੁੱਖ ਲੈ ਰਿਹਾ ਜਿੰਨਾ ਕਿ ਪੈਰੈਂਟ ਬ੍ਰਾਂਚ ਲੈ ਰਹੀ ਹੈ। ਤੁਸੀਂ ਜਿਹੜੀਆਂ ਖਾਸ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਇੱਕ ਜਿਹੜੀ ਗੱਲ ਕੀਤੀ ਹੈ ਕਿ ਜੇ ਕੋਈ ਤੁਹਾਡੇ ਕੋਲ ਗੋਡਾ ਰਿਪਲੇਸਮੈਂਟ ਕਰਾਉਣ ਆਉਂਦਾ ਹੈ ਤਾਂ ਤੁਸੀਂ ਦੋ ਗੋਡੇ ਬਦਲਣ ਮਗਰੋਂ ਉਹਨੂੰ 5-6 ਘੰਟਿਆਂ ਮਗਰੋਂ ਖੜਾ ਕਰ ਦਿੰਦੇ ਹੋ, ਇਹ ਪੋਸੀਬਲ ਹੈ? ਹਾਂ, ਦੇਖੋ ਜਿਹੜੀ ਚੀਜ਼ ਕਹਿੰਦੇ ਹਾਂ ਕਿ ਆਪਾਂ ਬੇਹੋਸ਼ੀ ਜਿਹੜੀ ਦਿੰਦੇ ਹਾਂ, ਉਹ 'ਤੇ ਪਹਿਲੇ ਇੱਕ ਰੀੜ ਦੀ ਹੱਡੀ ਵਿੱਚ ਛੋਟੀ ਸੂਈ ਲਾਲਦੇ ਹਾਂ, ਉਹਦੇ ਰਸਤੇ ਅਸੀਂ ਦੋਨੋਂ ਪੈਰ ਸੁੰਨ ਕਰ ਦਿੰਦੇ ਹਾਂ। ਤੇ ਜਿਹੜਾ ਮੈਡੀਕਲ ਸਾਇੰਸ ਕਹਿੰਦਾ ਵੈ ਕਿ ਇਹ ਵਾਲੀ ਬੇਹੋਸ਼ੀ ਦੇ ਬਾਅਦ ਤੁਸੀਂ ਜੇ ਖੜਾ ਕਰਦੇ ਹੋ ਤੇ ਸਰ ਦਾ ਦਰਦ ਬਣਦਾ ਹੈ। ਤੇ ਅਸੀਂ ਕੀ ਕੀਤਾ ਕਿ ਅਸੀਂ ਅਰਲੀ ਮਾਰਨਿੰਗ ਸਰਜਰੀਆਂ ਪਲਾਨ ਕੀਤੀਆਂ, ਅਸੀਂ 5:30-6 ਵਜੇ ਸਰਜਰੀ ਪਲਾਨ ਕੀਤੀਆਂ, ਔਰ ਪੇਸ਼ੈਂਟ ਨੂੰ 2:30-3 ਵਜੇ ਖੜਾ ਕਰਨਾ ਸ਼ੁਰੂ ਕੀਤਾ। ਇੱਕ ਲੰਬਾ ਸਪੈਨ ਮਿਲ ਜਾਂਦਾ, ਦੂਜਾ ਅਸੀਂ ਸਪਾਈਨਲ ਐਨੇਸਥੀਸੀਆ ਜਿਹੜਾ ਵਾ ਉਹਦੀ ਡੋਜ਼ ਕਾਫੀ ਘਟਾ ਦਿੱਤੀ। ਕਿਉਂ? ਕਿਉਂਕਿ ਸਰਜੀਕਲ ਟਾਈਮ ਬੜਾ ਘੱਟ ਹੈ, 10-12 ਮਿੰਟ ਵਿੱਚ ਆਪਰੇਸ਼ਨ ਕਰਨ ਦੀ ਮਹਾਰਤ ਹੋ ਗਈ। ਜਿੰਨਾ ਘੱਟ ਟਾਈਮ ਉਨਾ ਡੋਜ਼ ਘੱਟ ਬੇਹੋਸ਼ੀ ਦਾ। ਜੇ ਮੈਂ ਆਪਰੇਸ਼ਨ ਹੀ 2 ਘੰਟੇ ਚ ਕਰਕੇ ਨਿਕਲ ਜਾਵਾਂ ਤੇ ਮੈਂ 5 ਘੰਟੇ ਦੀ ਬੇਹੋਸ਼ੀ ਘੋਲਾਵਾਂ, ਤੇ ਮੈਂ ਬੇਹੋਸ਼ੀ ਦਾ ਡੋਜ਼ ਹੀ ਘਟਾ ਦਿੱਤਾ, ਤੇ ਮੈਂ 2 ਘੰਟੇ ਵਾਲੀ ਬੇਹੋਸ਼ੀ ਰੱਖ ਲਈ ਜਿਹਦੇ ਕਰਕੇ ਉਹਦਾ ਇਫੈਕਟ ਬਾਡੀ ਤੇ ਘੱਟ ਗਿਆ। ਇਸ ਕਰਕੇ ਪੇਸ਼ੈਂਟ ਜਲਦੀ ਖੜਨ ਹੋਣ ਦੀ ਸ਼ਮਤਾ ਲੈਣ ਲੱਗਿਆ। ਠੀਕ ਹੈ ਜੀ। 6-8 ਘੰਟੇ ਵਿੱਚ ਉਹ ਖੜੇ ਹੋ ਕੇ ਟੁਰਨਾ ਫਿਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹਨੂੰ ਬੇਹੋਸ਼ੀ ਦਾ ਕੋਈ ਅਸਰ ਵੀ ਨਹੀਂ ਆਉਂਦਾ ਜ਼ਿਆਦਾ। ਤੇ ਜਿਹੜੇ ਗੋਡੇ ਰਿਪਲੇਸਮੈਂਟ ਕਰਾਉਣ ਦੀ ਖਾਸ ਤੌਰ ਤੇ ਆਮ ਤੌਰ ਤੇ ਮੈਂ ਸਮੱਸਿਆ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕਦੋਂ ਆ ਜਾਂਦੀ ਹੈ? ਹਾਲਾਂਕਿ ਕਾਫੀ ਪਹਿਲਾਂ ਵੀ ਪ੍ਰੋਬਲਮ ਕਰਦੇ ਰਹੇ ਅਸੀਂ, ਫੋਨ ਕਾਲ ਜਿਹੜੀਆਂ ਆਉਂਦੀਆਂ ਨੇ, ਤੇ ਉਹਦੇ ਵਿੱਚ ਤਾਂ ਇੱਕ ਜਿਹੜਾ ਏਜ ਵਰਗ ਦੀ ਹੈਗੀ ਆ, ਆਪਾਂ 40-45 ਸਾਲ ਕਹਿ ਸਕਦੇ ਹਾਂ, ਤੇ ਆਮ ਤੌਰ ਤੇ ਕਸਰਤ ਕਿਹਾ ਜਾਂਦਾ, ਕਸਰਤ ਕਰੋ ਤਾਂ ਬੰਦਾ ਸਰੀਰ ਫਿੱਟ ਰਹਿੰਦਾ, ਪਰ ਜੇ ਕਸਰਤ ਹੁਣ ਬੰਦਾ ਤਾਂ ਜਿਹੜਾ ਸਾਰਾ ਦਿਨ ਕੰਮ ਤੇ ਕਸਰਤ ਹੀ ਕਰਦਾ, ਜਿਹੜਾ ਬਾਹਰ ਨਿਕਲਦਾ ਹੈ, ਪਰ ਉਸਦੇ ਬਾਵਜੂਦ ਵੀ ਪ੍ਰੋਬਲਮ ਆਈ ਉਹਨਾਂ ਨੂੰ, ਗੋਡੇ ਵੀ ਦੁਖਦੇ ਨੇ, ਮੋਢੇ ਵੀ ਦੁਖਦੇ ਨੇ, ਤੇ ਇਹ ਪ੍ਰੋਬਲਮ ਸੇਮ ਔਰਤਾਂ ਦੇ ਵਿੱਚ ਵੀ ਹੈ, ਇਹ ਪ੍ਰੋਬਲਮ ਕਿਉਂ ਆ ਰਹੀ ਹੈ? ਮੈਂ ਸਮਝਾਉਣਾ, ਜਿਹੜਾ ਗਠੀਆ ਹੈ ਜਿਹਨੂੰ ਅਸੀਂ ਗਠੀਆ ਕਹਿ ਰਹੇ ਹਾਂ, ਆਰਥਰਾਈਟਿਸ, ਜਿਹੜਾ ਹੱਡੀ ਦਾ ਗਠੀਆ ਹੁੰਦਾ ਉਹਨੂੰ ਅਸੀਂ ਟਰਨ ਦਿੰਦੇ ਹਾਂ ਓਸਟੀਓ ਆਰਥਰਾਈਟਿਸ। ਓਸਟੀਓ ਮਤਲਬ ਹੁੰਦਾ ਬੋਨ, ਆਰਥਰਾਈਟਿਸ ਮਤਲਬ ਹੁੰਦਾ ਗਠੀਆ, ਇਹਦਾ ਵਰਡ ਯੂਜ਼ ਹੁੰਦਾ ਓਸਟੀਓ ਆਰਥਰਾਈਟਿਸ। ਹੁਣ ਜਦ ਅਸੀਂ ਪੜ੍ਹਦੇ ਸੀਗੇ ਤੇ ਸਾਨੂੰ ਇਹ ਪੜ੍ਹਾਇਆ ਗਿਆ ਕਿ ਇਹ ਪੂਰੀ ਬਿਮਾਰੀ 5 ਕਾਰਨਾਂ ਨਾਲ ਹੁੰਦੀ ਹੈ। ਪਹਿਲਾ ਕਾਰਨ ਹੈ ਏਜ, ਠੀਕ ਹੈ, ਜਿਵੇਂ ਦਾੜੀ ਚਿੱਟੀ ਹੁੰਦੀ ਹੈ ਜਿਹਨੂੰ ਨਹੀਂ ਰੋਕ ਸਕਦੇ, ਉਸੇ ਤਰ੍ਹਾਂ ਜੁਆਇੰਟਸ ਵੀ ਬੁੱਢੇ ਹੁੰਦੇ ਨੇ, ਠੀਕ ਹੈ ਜੀ। ਤੇ ਇਹ ਇੱਕ ਏਜ ਰਿਲੇਟਡ ਪ੍ਰੋਬਲਮ ਹੈ, ਡੀਜੈਨਰੇਟਿਵ ਪ੍ਰੋਬਲਮ, ਤੇ ਜਿਹੜੀ ਏਜ ਨਾਲ ਆਉਣਾ ਚਾਹੀਏ ਉਹ ਹੈ ਤਕਰੀਬਨ 60-65-70-75, ਇਹ ਦੀ ਏਜ ਹੈ ਜੇ ਆਪਾਂ ਇਹਨੂੰ ਨਾਰਮਲ ਬੁੱਕਿਸ਼ ਲੈਂਗੁਏਜ ਵਿੱਚ ਰੀਡ ਕਰੀਏ। ਹੁਣ ਗੱਲ ਤੁਹਾਡੀ ਆਈ ਕਿ ਜਲਦੀ ਆ ਰਿਹਾ, ਫਿਰ ਉਹਦੇ ਵਿੱਚ ਆਉਂਦੇ ਨੇ ਅਤੇ ਦੂਜੇ ਕਾਰਨ। ਪਹਿਲਾ ਤੇ ਕਾਰਨ ਹੈ ਏਜ, ਏਜ ਨਾਲ ਜਿਹੜਾ ਆਏਗਾ ਉਹ ਹਮੇਸ਼ਾ 70-75-65 ਦੀ ਉਮਰ ਤੇ ਆਏਗਾ ਸਾਡੇ ਕੋਲ, ਬਟ ਜੇ ਇਸ ਤੋਂ ਪਹਿਲਾਂ ਆਇਆ ਫਿਰ ਸਾਨੂੰ ਕਾਰਨ ਲੱਭਣਾ ਪੈਂਦਾ। ਬਿਲਕੁਲ। ਦੂਜਾ ਕਾਰਨ ਹੈ ਟਰੋਮਾ, ਟਰੋਮਾ ਟਰੋਮਾ ਮਤਲਬ ਤੁਸੀਂ 35 ਸਾਲ ਦੀ ਉਮਰ ਵਿੱਚ ਐਕਸੀਡੈਂਟ ਕਰਾ ਬੈਠੇ, ਗੋਡਾ ਭੰਨਿਆ ਗਿਆ, ਗੋਡੇ ਦੇ ਉੱਤੇ ਥੱਲੇ ਪਲੇਟ ਪੈ ਗਈ, ਰੋਡ ਪੈ ਗਈ, ਸਕਰੂ ਪੈ ਗਏ, ਗੋਡੇ ਵਿੱਚ ਕੋਈ ਵੀ ਸੱਟ ਲੱਗ ਗਈ, ਉਹ ਤੁਹਾਡਾ ਡੈਮੇਜ ਪ੍ਰੋਸੈਸ ਸਟਾਰਟ ਕਰ ਦੇਗਾ। ਤੇ ਜਿਹੜੇ ਅਰਲੀ ਆਉਂਦੇ ਨੇ ਤਾਂ ਉਹ ਆਪਣੀ ਹਿਸਟਰੀ ਵਿੱਚ ਜ਼ਰੂਰ ਕਹਿਣਗੇ ਕਿ ਜੀ ਡਾਕਟਰ ਸਾਹਿਬ ਮੈਂ 35 ਸਾਲ ਦੀ ਉਮਰ ਵਿੱਚ ਐਕਸੀਡੈਂਟ ਹੋ ਗਿਆ ਸੀਗਾ ਤੇ ਹੁਣ 40-45 ਵਿੱਚ ਆ ਕੇ ਗੋਡਾ ਕੰਮ ਨਹੀਂ ਕਰ ਰਿਹਾ। ਤੇ ਮਤਲਬ ਐਕਸੀਡੈਂਟ ਹੋਇਆ ਉਹ ਇਹਦਾ ਮੇਨ ਕੌਜ਼ ਹੈ, ਤੇ ਇਹਨੂੰ ਅਸੀਂ ਕਹਿੰਦੇ ਹਾਂ ਟਰੋਮੈਟਿਕ ਆਰਥਰਾਈਟਿਸ, ਟਰੋਮਾ ਕਰਕੇ ਆ ਗਿਆ। ਤੀਜਾ ਕਾਰਨ ਹੈ ਇਨਫੈਕਸ਼ਨ, ਤੁਸੀਂ ਗੋਡੇ ਦਾ ਕੋਈ ਇਨਫੈਕਸ਼ਨ ਲੈ ਕੇ ਬੈਠ ਗਏ, ਗੋਡੇ ਦੇ ਪਾਣੀ ਵਿੱਚ ਕੋਈ ਇਨਫੈਕਸ਼ਨ ਆ ਗਿਆ, ਤੁਹਾਨੂੰ ਕੋਈ ਟੀਬੀ ਹੋ ਗਈ ਹੱਡੀ ਦੀ, ਗੋਡੇ ਦੀ ਟੀਬੀ ਹੋ ਗਈ, ਉਸ ਟੀਬੀ ਨੇ ਤੁਹਾਡੇ ਅੰਦਰ ਦਾ ਸਮਾਨ ਖਰਾਬ ਕਰ ਦਿੱਤਾ,
ਔਰ ਪੇਸ਼ੈਂਟ ਸਾਡੇ ਕੋਲ ਟੀਬੀ ਦੇ ਵਜ੍ਹਾ ਨਾਲ ਗੋਡਾ ਖਰਾਬ ਕਰਕੇ ਲੈ ਆਇਆ। ਇਹ ਕਾਰਨ ਹੋ ਸਕਦਾ ਹੈ ਅਰਲੀ ਏਜ ਵਿੱਚ। ਤੀਜਾ ਕਾਰਨ ਆਪਾਂ ਸਮਝ ਲਿਆ ਇਨਫੈਕਸ਼ਨ। ਚੌਥਾ ਕਾਰਨ ਹੈ ਮੈਲੇਗਨੈਂਸੀ, ਗੋਡੇ ਦਾ ਕੋਈ ਟਿਊਮਰ, ਗੋਡੇ ਦੇ ਵਿੱਚ ਕੋਈ ਕੈਂਸਰ ਜੋ ਹੱਡੀ ਨੂੰ ਖਾ ਰਿਹਾ ਜਿਹਦੇ ਕਰਕੇ ਗੋਡਾ ਜਲਦੀ ਖਰਾਬ ਹੋ ਗਿਆ। ਪੰਜਵਾਂ ਕਾਰਨ ਹੈ ਹੈਰੀਡੇਟਰੀ, ਖਾਨਦਾਨੀ। ਠੀਕ ਹੈ ਜੀ। ਜਿਹੜਾ ਖਾਨਦਾਨੀ ਹੈ ਫਿਰ ਉਹ ਜੀਨਸ ਕਰਕੇ ਹੈ, ਉਹ ਫਿਰ ਪੈਦਾਇਸ਼ੀ ਦੋਸ਼ ਹੈ। ਠੀਕ ਹੈ ਜੀ। ਜਿਹੜਾ ਖਾਨਦਾਨੀ ਗਠੀਆ ਹੁੰਦਾ ਉਹ ਦੋ ਟਾਈਪ ਦਾ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਰੂਮੇਟੋਇਡ ਆਰਥਰਾਈਟਿਸ ਜਾਂ ਐਨਕਾਈਲੋਜ਼ਿੰਗ ਸਪੌਂਡਿਲਾਈਟਿਸ। ਠੀਕ ਹੈ ਜੀ। ਇਹ ਗਠੀਆ ਜਿਹੜਾ ਇਹ ਫੀਮੇਲਸ ਵਿੱਚ ਜ਼ਿਆਦਾ ਪਾਇਆ ਜਾਂਦਾ। ਇਹ ਗਠੀਆ ਜਿਹੜਾ ਹੈ 25-28-30 ਦੇ ਬਾਅਦ ਇਹਦੇ ਕੀਟਾਣੂ ਉਹ ਹੋ ਜਾਂਦੇ ਨੇ, ਐਕਟੀਵੇਟ ਹੋ ਜਾਂਦੇ ਨੇ। ਠੀਕ ਹੈ ਜੀ। ਔਰ ਜਲਦੀ ਮਲਟੀਪਲਾਈ ਕਰਦੇ ਨੇ ਔਰ ਅਟੈਕ ਵੀ ਬੋਨਸ ਨੂੰ ਕਰਦੇ ਨੇ, ਕਿਉਂਕਿ ਇਹਨਾਂ ਦਾ ਮੇਨ ਅਟੈਕ ਬੋਨਸ ਉੱਤੇ ਹੈ ਤੇ ਬੋਨਸ ਨੂੰ ਜਲਦੀ ਖਰਾਬ ਕਰਦਾ, ਜੁਆਇੰਟਸ ਨੂੰ ਜਲਦੀ ਪਕੜਦਾ। ਇਹਦੇ ਵਿੱਚ ਪੇਸ਼ੈਂਟ ਜ਼ਿਆਦਾਤਰ ਫੀਮੇਲਸ ਆਣਗੀਆਂ, ਜ਼ਿਆਦਾਤਰ 30-35-40 ਦੀ ਉਮਰ ਦੀਆਂ ਆਣਗੀਆਂ, ਔਰ ਜਦ ਵੀ ਆਣਗੀਆਂ ਤੇ ਇਹ ਕਹਿਣਗੀਆਂ ਕਿ ਜੀ ਸਾਡੇ ਜੋੜ ਅਕੜਦੇ ਨੇ, ਇਹ ਵੀ ਦੁਖਦਾ, ਇਹ ਵੀ ਦੁਖਦਾ, ਮੋਢੇ ਵੀ ਦੁਖਦੇ ਨੇ, ਤਾਂ ਸਾਨੂੰ ਕਾਰਨ ਲੱਭਣਾ ਪੈਂਦਾ ਹੈ ਕਿ ਕਈ ਇਹਨਾਂ ਨੂੰ ਪੈਦਾਇਸ਼ੀ ਗਠੀਆ ਤੇ ਨਹੀਂ ਜੋ 30-35 ਸਾਲਾਂ ਦੇ ਉਮਰ ਵਿੱਚ ਆ ਕੇ ਐਕਟੀਵੇਟ ਹੋ ਗਿਆ। ਹੁਣ ਜੇ ਆਪਾਂ ਇਹ ਪੰਜ ਕਾਰਨ ਹਟਾ ਦਈਏ ਕਿਤਾਬੀ, ਠੀਕ ਹੈ ਜੀ, ਔਰ ਫਿਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਹੋਰ ਕਿਹੜੇ ਕਾਰਨ ਨੇ, ਤਾਂ ਉਹਦੇ ਵਿੱਚ ਆਉਂਦਾ ਹੈ ਲਾਈਫ ਸਟਾਈਲ। ਲਾਈਫ ਸਟਾਈਲ, ਠੀਕ ਹੈ ਜੀ। ਔਰ ਉਸ ਤੋਂ ਉੱਤੇ ਆਉਂਦਾ ਵਾ ਮੇਲ ਫੀਮੇਲ। ਠੀਕ ਹੈ। ਹੁਣ ਜੇ ਮੈਂ ਲਾਈਫ ਸਟਾਈਲ ਦੀ ਗੱਲ ਕਰਾਂ ਤੇ ਲਾਈਫ ਸਟਾਈਲ ਵਿੱਚ ਏਸੀ, ਏਅਰ ਕੰਡੀਸ਼ਨ। ਠੀਕ ਹੈ। ਏਅਰ ਕੰਡੀਸ਼ਨ ਵਿੱਚ ਜਿਹੜੇ ਬੰਦੇ 18-20 ਘੰਟੇ ਬਿਤਾਉਂਦੇ ਨੇ ਉਹਨਾਂ ਵਿੱਚ ਨੈਚੁਰਲੀ ਵਿਟਾਮਿਨ D3 ਦੀ ਡੈਫੀਸ਼ੀਐਂਸੀ ਆ ਜਾਂਦੀ ਹੈ। ਉਹ D3 ਦੀ ਡੈਫੀਸ਼ੀਐਂਸੀ ਹੋਣ ਕਰਕੇ ਤੁਹਾਡੀ ਹੱਡੀਆਂ ਪੋਲੀਆਂ ਹੋ ਜਾਂਦੀਆਂ ਨੇ, ਕਿਉਂਕਿ ਹੱਡੀ ਦੀ ਖੁਰਾਕ ਹੈ ਹੀ ਨਹੀਂ, ਤਗੜੀ ਕਿਵੇਂ ਰਹਿਣਗੀਆਂ। ਕੈਲਸ਼ੀਅਮ ਔਰ ਵਿਟਾਮਿਨ D3 ਉਹਨਾਂ ਦੀ ਮੇਨ ਖੁਰਾਕ ਹੈ। ਠੀਕ। ਸੌਫਟ ਹੱਡੀਆਂ ਤੇ ਜੇ ਤੁਸੀਂ ਤੁਰੋਗੇ ਭੱਜੋਗੇ ਉਹ ਜਲਦੀ ਡੈਮੇਜ ਹੋ ਜਾਏਗੀ। ਦੂਜਾ ਕਾਰਨ ਹੈ ਜਿਮ। ਜਿਹੜੇ ਬੰਦੇ ਬਹੁਤਾ ਪੈਸ਼ਨ ਵਿੱਚ, 100 ਕਿਲੋ ਦਾ ਬੰਦਾ ਜਾ ਕੇ ਕਹਿੰਦਾ ਮੈਂ ਵੇਟ ਘਟਾਉਣਾ ਔਰ ਟ੍ਰੈਡਮਿਲ ਕਰਨੀ ਹੈ, ਤੇ ਪਹਿਲਾਂ ਤਾਂ ਉਹਦਾ ਆਪਣਾ ਭਾਰ 100 ਕਿਲੋ ਦਾ ਹੈ, ਦੂਜਾ ਉਹਨੂੰ ਟ੍ਰੈਡਮਿਲ ਦੀ ਸਪੀਡ ਫੜਨੀ ਹੈ, ਉਹ ਸਪੀਡ ਫੜਨ ਦੇ ਚੱਕਰ ਵਿੱਚ ਸਾਰਾ ਨੁਕਸਾਨ ਗੋਡਾ ਚੱਲਦਾ। ਤੇ ਜਿਮ ਵਿੱਚ ਜਿਹੜੇ ਬੰਦੇ ਉਕੜੂ ਕਰ ਬੈਠਦੇ ਨੇ, ਦੰਡ ਮਾਰਦੇ ਨੇ, ਸਕੁਐਟ ਕਰਦੇ ਨੇ ਬਿਨਾਂ ਇਹ ਸਮਝੇ ਕਿ ਇਹ ਮੇਰਾ ਜੋਬ ਨਹੀਂ ਹੈ, ਮੇਰਾ ਸਿਰਫ ਮੈਂ ਸਿਰਫ ਪੈਸ਼ਨ ਵਾਸਤੇ ਆ ਗਿਆ, 10 ਦਿਨ ਕਰਾਂਗਾ, 20 ਦਿਨ ਕਰਾਂਗਾ, 3 ਮਹੀਨੇ ਕਰਾਂ ਫਿਰ ਛੱਡ ਦਿਆਂਗਾ, ਬਟ ਉਸ 3 ਮਹੀਨਾ ਜਦ ਤੁਸੀਂ ਐਕਸਪੋਜ਼ ਹੋਏ ਹੋ ਉਹ ਸਾਰਾ ਭਾਰ ਤੁਹਾਡੇ ਗੋਡਿਆਂ ਨੇ ਚੱਲਿਆ, ਗੋਡਿਆਂ ਨੇ ਚੱਲਿਆ। ਤੀਜਾ ਕਾਰਨ ਹੈ ਫੁੱਟਵੇਅਰ। ਠੀਕ ਹੈ ਜੀ। ਫੁੱਟਵੇਅਰ ਵਿੱਚ ਲੈਦਰ ਸ਼ੂਜ਼ ਔਰ ਹੀਲਸ। ਜੇ ਤੁਸੀਂ ਲੈਦਰ ਸ਼ੂਜ਼ ਦੀ ਬਣਾਵਟ ਦੇਖੋ ਜਾਂ ਹੀਲਸ ਦੀ ਬਣਾਵਟ ਦੇਖੋ, ਸਾਰਾ ਵੇਟ ਏੜੀ ਤੇ ਟਿਕਿਆ ਹੋਇਆ, 3/4 ਸਰਫੇਸ ਫਲੈਟ ਹੈ, 1/4 ਸਰਫੇਸ ਉੱਠਿਆ ਹੋਇਆ, ਤੇ ਸਾਰਾ ਵੇਟ ਡਿਸਪ੍ਰੋਪੋਰਸ਼ਨੇਟ ਹੈ, ਵੇਟ ਸ਼ੇਅਰਿੰਗ ਇਕੁਅਲ ਨਹੀਂ ਹੈ, ਫੁੱਟਵੇਅਰ ਬੈਲੈਂਸ ਨਹੀਂ ਹੈ, ਤੇ ਉਹ ਸਾਰਾ ਭਾਰ ਗੋਡੇ ਤੇ ਜਾ ਰਿਹਾ। ਠੀਕ ਹੈ ਜੀ। ਤੇ ਇਹ ਤੁਹਾਡੀ ਲਾਈਫ ਸਟਾਈਲ, ਜੰਕ ਫੂਡ ਹੈ ਨਾ, ਸਬਵੇਜ਼ ਹੈਗੇ, ਆਪਾਂ KFC ਜਾਂਦੇ ਹਾਂ, ਬਰਗਰ ਖਾਂਦੇ ਹਾਂ, ਤੁਹਾਡਾ ਵੇਟ ਉਹਦੇ ਨਾਲ ਵੱਧਦਾ ਹੈ, ਲਿਕਰਸ ਹੈਗੀਆਂ, ਡਰਿੰਕਸ ਹੈਗੀਆਂ, ਇਹਦੀ ਜ਼ਿਆਦਾ ਲਾਈਫ ਸਟਾਈਲ ਫੈਕਟਰਸ। ਹੁਣ ਤੁਹਾਡਾ ਜਿਹੜਾ ਮੇਨ ਸਵਾਲ ਸੀ ਕਿ ਫੀਮੇਲਸ ਕਿਉਂ, ਤੇ ਫੀਮੇਲਸ ਦੇ ਵਿੱਚ ਦੋ ਕਾਰਨ ਨੇ। ਇਹਨਾਂ ਦੀ ਲਾਈਫ ਵਿੱਚ ਦੋ ਇੰਪੋਰਟੈਂਟ ਸਟੇਜਸ ਨੇ ਜਿੱਥੇ ਬਹੁਤ ਮੇਜਰ ਡਿਵੈਲਪਮੈਂਟ ਫੇਸ ਕਰਦੀਆਂ ਨੇ। 1 ਇਜ਼ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ। ਠੀਕ ਹੈ ਜੀ। ਤੇ ਜਦ ਬੱਚਾ ਪੈਦਾ ਹੁੰਦਾ ਹੈ, ਬੱਚਾ ਬ੍ਰੈਸਟ ਫੀਡਿੰਗ ਤੇ ਆਉਂਦਾ ਹੈ, ਉਸ ਸਮੇਂ 90% ਫੀਮੇਲਸ ਨੂੰ ਇਸ ਚੀਜ਼ ਦਾ ਅੰਦਾਜ਼ਾ ਨਹੀਂ ਕਿ ਇਸ ਸਮੇਂ ਕੈਲਸ਼ੀਅਮ ਔਰ ਵਿਟਾਮਿਨ D3 ਦੀ ਮੈਨੂੰ ਬਹੁਤ ਲੋੜ ਹੈ। ਠੀਕ ਹੈ। ਨਾ ਤੇ ਡਾਕਟਰ ਐਜੂਕੇਟ ਕਰਦਾ ਹੈ ਸ਼ਾਇਦ, ਨਾ ਫੀਮੇਲ ਐਜੂਕੇਟ ਹੁੰਦੀ ਹੈ। ਉਹ ਪੀਰੀਅਡ ਡੈਫੀਸ਼ੀਐਂਸੀ ਪੀਰੀਅਡ ਹੁੰਦਾ ਜਿਹਦੇ ਵਿੱਚ ਬੋਨ ਸੋਫਟ ਹੋ ਜਾਂਦੀਆਂ ਨੇ। ਦੂਜਾ ਕਾਰਨ ਹੈ ਮੀਨੋਪੌਜ਼। 40-45 ਦੀ ਉਮਰ ਵਿੱਚ ਜਦ ਮੀਨੋਪੌਜ਼ ਆਉਂਦਾ ਹੈ, ਮਾਹਵਾਰੀ ਰੁਕਦੀ ਹੈ, ਉਸ ਸਮੇਂ ਵੀ ਹਾਰਮੋਨਲ ਡਿਸਬੈਲੈਂਸ ਹੁੰਦਾ ਹੈ, ਉਹਦੇ ਵਿੱਚ ਵੀ ਵਿਟਾਮਿਨ D3 ਕੈਲਸ਼ੀਅਮ ਕਾਫੀ ਲੈਵਲ ਤੇ ਘਟਦਾ ਹੈ, ਪਿਸ਼ਾਬ ਦੇ ਰਸਤੇ ਨਿਕਲ ਜਾਂਦਾ ਹੈ, ਔਰ ਉਹ ਸਪਲੀਮੈਂਟੇਸ਼ਨ ਤਾਂ ਵੀ ਨਹੀਂ ਮਿਲਦੀ। ਤੀਜਾ ਜਿਹੜਾ ਕਾਰਨ ਹੈ ਕਿ ਫੀਮੇਲਸ ਲੋ ਗਰਾਊਂਡ ਐਕਟੀਵਿਟੀ ਬਹੁਤ ਕਰਦੀ ਹੈ, ਝਾੜੂ ਪੋਛਾ ਬਰਤਨ, ਕਿਚਨ ਵਿੱਚ 3-3-4-4 ਘੰਟੇ ਖੜੇ ਹੋ ਕੇ ਕੰਮ ਕਰਨਾ, ਰੋਟੀ ਬਣਾਉਣਾ, ਬਾਲਟੀ ਚੱਕ ਕੇ ਪੌੜੀਆਂ ਚੱਕ ਕੇ ਉੱਤੇ ਤੱਕ ਜਾ ਕੇ ਸੁਖਾਉਣਾ, ਹੈਵੀ ਵੇਟ ਚੱਕਣਾ, ਬੱਚੇ ਨੂੰ ਚੱਕਣਾ, ਇਹ ਸਾਰੇ ਕੰਟਰੀਬਿਊਟਿੰਗ ਫੈਕਟਰਸ ਨੇ ਜਿਹਦੇ ਕਰਕੇ ਫੀਮੇਲਸ ਵਿੱਚ ਜ਼ਿਆਦਾ ਪਾਇਆ ਜਾਂਦਾ। ਠੀਕ ਹੈ ਜੀ। ਸੋ ਭਾਨੂ ਪ੍ਰਤਾਪ ਜੀ, ਤੁਸੀਂ ਕਾਫੀ ਸਾਰੇ ਕਾਰਨ ਦੱਸੇ, ਪਹਿਲਾਂ ਕਾਰਨ ਮੈਂ ਵੀ ਨਹੀਂ ਇੰਨੇ ਸੁਣੇ ਸੀਗੇ, ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਤੁਸੀਂ ਪ੍ਰੋਗਰਾਮ ਸਾਡਾ ਲਾਈਵ ਦੇਖ ਰਹੇ ਹੋ, ਕੇਵਲ ਨੈਟਵਰਕ ਦੇ ਨਾਲ ਸੋਸ਼ਲ ਮੀਡੀਆ ਉੱਤੇ ਦੇਖ ਰਹੇ ਹੋ, ਅਤੇ ਕਾਫੀ ਤਜਰਬਾ ਹੈ ਡਾਕਟਰ ਭਾਨੂ ਪ੍ਰਤਾਪ ਜੀ ਕੋਲ, ਜੇ ਜੋੜਾਂ ਦਾ ਦਰਦ ਹੈ ਤੁਹਾਨੂੰ, ਗੋਡਿਆਂ ਦਾ ਦਰਦ ਹੈ ਤਾਂ ਤੁਸੀਂ ਸਕਰੀਨ 'ਤੇ ਤੁਹਾਡਾ ਨੰਬਰ ਚੱਲ ਰਿਹਾ ਉਸ 'ਤੇ ਕਾਲ ਕਰਕੇ ਸਿੱਧੀ ਗੱਲਬਾਤ ਕਰ ਸਕਦੇ ਹੋ, ਫੋਨ ਹੁਣੇ ਕਰ ਲਿਓ, ਕਈ ਵਾਰ ਤੁਸੀਂ ਅਖੀਰ ਦੇ ਵਿੱਚ ਜਦੋਂ ਫੋਨ ਕਰਦੇ ਹੋ ਫਿਰ ਤੁਹਾਨੂੰ 1 ਹਫ਼ਤਾ ਪੂਰੀ ਉਡੀਕ ਕਰਨੀ ਪੈਂਦੀ ਹੈ। ਸੋ ਭਾਨੂ ਪ੍ਰਤਾਪ ਜੀ, ਇੰਨੇ ਸਾਰੇ ਤੁਸੀਂ ਕਾਰਨ ਤਾਂ ਦੱਸ ਦਿੱਤੇ, ਫਿਰ ਵੀ ਜਦੋਂ ਗੋਡਿਆਂ ਦੇ ਵਿੱਚ ਦਰਦ ਹੁੰਦਾ, ਜੋੜਾਂ ਦੇ ਵਿੱਚ ਦਰਦ ਹੁੰਦਾ, ਕਈ ਘਟਨਾਵਾਂ ਹੋ ਸਕਦੀਆਂ ਨੇ ਜਿੱਦਾਂ ਤੁਸੀਂ ਦੱਸਿਆ, ਐਕਸੀਡੈਂਟਲ ਵੀ ਹੋ ਸਕਦਾ ਉਹਨਾਂ ਨੂੰ, ਅਤੇ
ਪਿਤਾ ਪੁਰਖੀ ਵੀ ਹੋ ਸਕਦਾ ਤੇ ਕਈ ਹੋਰ ਜਿਹੜੇ ਤੁਸੀਂ ਦੱਸੇ ਨੇ ਕਿ ਜੰਕ ਫੂਡ ਹੋ ਗਿਆ ਇਨਫੈਕਸ਼ਨ ਹੋ ਗਈ ਕਾਫੀ ਪਰ ਫਿਰ ਵੀ ਜਦੋਂ ਦਰਦ ਹੁਣ ਇਹਨਾਂ ਕਰਕੇ ਹੋ ਜਾਂਦਾ ਉਸ ਤੋਂ ਬਾਅਦ ਇੱਕ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਗੋਡਿਆਂ ਦਾ ਦਰਦ ਜਦੋਂ ਰਿਪਲੇਸਮੈਂਟ ਕਰਾਉਣੀ ਹੈ ਉਸ ਵੇਲੇ ਪਤਾ ਨਹੀਂ ਕਿਹੋ ਜਿਹੀ ਦਰਦ ਹੋਵੇਗੀ ਸੋ ਉਹ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਡਰ ਬੈਠਾ ਹੋਇਆ ਉਸ ਬਾਰੇ ਤੁਸੀਂ ਕੀ ਕਹੋਗੇ ਕਿੰਨੀ ਕੁ ਦਰਦ ਹੁੰਦੀ ਹੈ ਉਸ ਵੇਲੇ ਉਹੀ ਮੈਂ ਸਮਝਾਇਆ ਕਿ ਇਹ ਤਜੁਰਬੇ ਦਾ ਕੰਮ ਹੈ ਜਿੰਨਾ ਅੱਛਾ ਤਜੁਰਬਾ ਔਰ ਜਿੰਨਾ ਅੱਛਾ ਸੈਂਟਰ ਹੈ ਜਿੱਥੇ ਬੈਕਅਪ ਲੈਵਲ ਅੱਛੇ ਨੇ ਉੱਥੇ ਪੇਨ ਮੈਨੇਜਮੈਂਟ ਟੀਮ ਇਹਦੇ ਉੱਤੇ ਦਿਨ ਰਾਤ ਕੰਮ ਕਰਦੀ ਹੈ ਤੇ ਇਹ ਜਿਹੜੀ ਮਹਾਰਤ 25 ਸਾਲਾਂ ਦੀ ਜੋ ਮੈਂ ਨਿਚੋੜ ਦੱਸ ਰਿਹਾ ਵਾਂ ਇਹਦੇ ਵਿੱਚ ਕਈ ਲੈਵਲਸ ਤੇ ਕੰਮ ਕੀਤਾ ਹੈ ਮੈਂ ਤੁਹਾਨੂੰ ਕਿਹਾ ਚੀਰਾ ਛੋਟਾ ਚੱਲਣਾ ਤੁਰੰਤ ਨਲੀਆਂ ਨਹੀਂ ਉਸੇ ਤਰ੍ਹਾਂ ਪੇਨ ਉੱਤੇ ਵੀ ਅਸੀਂ ਰਿਪੀਟਿਡ ਕੰਮ ਕੀਤੇ ਹੋਏ ਨੇ ਜੀ ਜੀ ਬਿਲਕੁਲ ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਕਲਕੱਤਾ ਤੋਂ ਡਾਕਟਰ ਸਾਹਿਬ ਨਾਲ ਹਾਂਜੀ ਕਿੱਥੋਂ ਬੋਲ ਰਹੇ ਜੀ ਮੈਂ ਜਨਾਬ ਆਲਬਨੀ ਨਿਊਯਾਰਕ ਤੋਂ ਬੋਲ ਰਿਹਾ ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਜੀ ਮੈਂ ਗੁਜ਼ਾਰਿਸ਼ ਹੈ ਕਿ ਮੇਰੇ ਗੋਡਿਆਂ ਦੇ ਦਰਦ ਦਾ ਪਿਛਲੇ ਕੋਈ 5-7 ਸਾਲ ਤੋਂ ਠੀਕ ਹੈ ਜੀ ਤੇ ਹੈ ਬੜੀ ਸ਼ਦੀਦ ਹੈ ਇੱਥੇ ਮੈਂ ਚੈੱਕ ਕਰਾਇਆ ਆਪਣਾ ਆਰਥੋਪੈਡਿਕ ਨੂੰ ਉਹ ਕਹਿੰਦੇ ਨੇ ਕਿ ਬਈ ਚੂੰਕਿ ਆਰਥਰਾਈਟਿਸ ਦੀ ਵਜ੍ਹਾ ਨਾਲ ਤੁਹਾਨੂੰ ਦਰਦ ਹੈ ਅੱਛਾ ਜੀ ਤੇ ਉਹ ਜਿਹੜਾ ਐਕਸਰੇ ਕੀਤੇ ਤੋਂ ਉਹਨਾਂ ਵਿੱਚ ਬਹੁਤ ਜ਼ਿਆਦਾ ਆਰਥਰਾਈਟਿਸ ਆਈ ਹੈ ਗਠੀਆ ਹੈ ਮੈਂ ਪਿਛਲੇ ਦਿਨਾਂ ਤੇ ਤੁਹਾਡੇ ਇਸ ਪ੍ਰੋਗਰਾਮ ਤੇ ਲੱਗੇ ਦਾ ਸੀ ਇੱਕ ਆਪਣਾ ਜੇ ਡਾਕਟਰ ਸਾਹਿਬ ਆ ਉਹਨਾਂ ਨੇ ਦੱਸਿਆ ਕਿ ਮੋਰਿੰਗਾ ਕੈਪਸੂਲ ਖਾਓ ਉਹ ਮੈਂ ਖਾਦੇ ਉਹਦੇ ਨਾਲ ਕੁਛ ਥੋੜਾ ਜਿਹਾ ਫਾਕਾ ਹੋਇਆ ਮੈਨੂੰ ਲੇਕਿਨ ਉਹ ਮੈਨੂੰ ਨਹੀਂ ਪਤਾ ਅਗਰ ਇਹਦੇ ਚ ਕੋਈ ਡਾਕਟਰ ਸਾਹਿਬ ਕੋਈ ਹੈਲਪ ਕਰ ਸਕਦੇ ਨੇ ਜਾਂ ਕੋਈ ਐਸਾ ਦੇਸੀ ਨੁਸਖਾ ਹੋਵੇ ਇਹਨਾਂ ਕੋਲ ਠੀਕ ਹੈ ਜੀ ਦੇਸੀ ਜਾਂ ਦੂਜਾ ਨੁਸਖਾ ਆਪਾਂ ਜ਼ਰੂਰ ਗੱਲ ਕਰਦੇ ਮੈਂ ਤੁਹਾਡੀ ਗੱਲ ਪਾਨੂੰ ਪ੍ਰਤਾਪ ਜੀ ਨਾਲ ਕਰਾ ਰਿਹਾ ਸਰ ਤੁਸੀਂ ਪੁੱਛਣਾ ਚਾਹੁੰਦੇ ਕੁਛ ਆਪਰੇਸ਼ਨ ਕਹਿੰਦੇ ਕਰੋ ਮੈਂ ਅਜੇ ਤੱਕ ਆਪਰੇਸ਼ਨ ਵਾਸਤੇ ਪ੍ਰਿਪੇਅਰ ਨਹੀਂ ਹੋਇਆ ਨਹੀਂ ਕਿੰਨੀ ਉਮਰ ਹੈ ਇਹਨਾਂ ਦੀ ਤੁਹਾਡੀ ਉਮਰ ਕਿੰਨੀ ਹੈ ਜੀ ਮੇਰੀ ਉਮਰ ਹੈ ਜੀ ਤਕਰੀਬਨ 72 ਸਾਲ 72 ਸਾਲ ਉਮਰ ਹੈਗੀ ਹੈ ਤੇ ਦੇਖੋ ਜਿਹੜੇ ਡਾਕਟਰ ਵੀ ਨੇ ਨਾ ਉਹ ਉਮਰ ਨੂੰ ਕਈ ਲੈਵਲ ਤੇ ਪਹਿਲੇ ਕੈਟਾਗਰਾਈਜ਼ ਕਰਦੇ ਨੇ ਠੀਕ ਹੈ ਅਸੀਂ ਕਹਿੰਦੇ ਆ 35 ਤੋਂ ਜਿਹੜਾ 50 ਦਾ ਏਜ ਗਰੁੱਪ ਹੈ ਸਰ ਤੁਸੀਂ ਵੈਸੇ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਦੂਜਾ ਜਿਹੜਾ ਸਵਾਲ ਹੈ ਵੇਟ ਕਿੰਨਾ ਇਹਨਾਂ ਦਾ ਵੇਟ ਕਿੰਨਾ ਤੁਹਾਡਾ ਮੇਰਾ ਵੇਟ ਹੈ ਜੀ 183 ਪਾਉਂਡ 183 ਪਾਉਂਡ ਠੀਕ ਹੈ ਜੀ ਤੇ ਵਰਕਿੰਗ ਹੈਗੇ ਹਾਲੇ ਵਰਕਿੰਗ ਉਹ ਜਾਂ ਜੋ ਪਿਛਲੇ ਜਿਹੜਾ ਇਹਨਾਂ ਦਾ ਲਾਈਫਸਟਾਈਲ ਦਾ ਕੰਮ ਕੀ ਕਰਦੇ ਸੀ 5-7 ਸਾਲ ਤੋਂ ਕੋਈ ਕੰਮ ਨਹੀਂ ਕਰ ਰਿਹਾ ਅੱਛਾ ਜਿਹੜਾ ਪਿਛਲਾ ਲਾਈਫਸਟਾਈਲ ਤੁਹਾਡਾ ਰਿਹਾ ਉਸ ਵੇਲੇ ਤੁਸੀਂ ਕੀ ਕੰਮ ਕਰਦੇ ਸੀਗੇ ਉਸ ਵੇਲੇ ਕਰਦਾ ਸੀ ਜਨਾਬ ਮੈਂ ਗਰੋਸਰੀ ਸਟੋਰ ਤੇ ਕੰਮ ਕਰਦਾ ਰਿਹਾ ਹਾਂ ਅੱਛਾ ਉਹ ਸਿਟਿੰਗ ਜੌਬ ਸੀਗੀ ਸਿਟਿੰਗ ਜੌਬ ਸੀ ਜਾਂ ਖੜੇ ਰਹਿੰਦੇ ਸੀਗੇ ਉਹਦੇ ਵਿੱਚ ਨਹੀਂ ਜੀ ਖਲੋ ਕੇ ਜਨਾਬ ਕਸਟਮਰ ਸਰਵਿਸ ਸੀ ਬੜੀ ਸਖਤ ਹੋਈ ਜੀ ਠੀਕ ਹੈ ਜੀ ਚਲੋ ਜਿਹੜਾ ਤੁਹਾਡੇ ਪ੍ਰੋਬਲਮ ਹੈਗੀ ਹੈ ਇਸ ਉੱਤੇ ਅਸੀਂ ਚਰਚਾ ਕਰਦੇ ਹਾਂ ਤੁਸੀਂ ਟੀਵੀ ਸਕਰੀਨ ਉੱਤੇ ਸੁਣ ਸਕਦੇ ਹੋ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸਰ ਇਹਨਾਂ ਨੂੰ ਜੇ ਇਹਨਾਂ ਨੇ ਜਿਹੜੀ ਹੈ ਤਕਲੀਫ ਦੱਸੀ ਪਹਿਲਾਂ ਤੇ ਦੱਸੀ ਕਿ ਗਰੋਸਰੀ ਸ਼ਾਪ ਤੇ ਕੰਮ ਕਰਦੇ ਸੀ ਉਹ ਵੀ ਖਲੋ ਕੇ ਉਹ ਵੀ ਖਲੋ ਕੇ ਤੇ ਮੈਂ ਪਹਿਲਾਂ ਇੱਕ ਗੱਲ ਕਹੀ ਕਿ ਇਹ ਇੱਕ ਐਸਾ ਡਿਜ਼ੀਜ਼ ਪ੍ਰੋਸੈਸ ਹੈ ਜਿਹਦੇ ਵਿੱਚ ਸਟੈਂਡਿੰਗ ਵੀ ਇੱਕ ਕੰਟਰੀਬਿਊਟਿੰਗ ਫੈਕਟਰ ਹੈ ਕਿ ਜਿੰਨੀ ਚਿਰ ਤੁਸੀਂ ਖੜੇ ਹੁੰਦੇ ਹੋ ਤੁਹਾਡੇ ਗੋਡੇ ਤੇ ਉਨੀ ਹੀ ਲੋਡਿੰਗ ਰਹਿੰਦੀ ਹੈ ਠੀਕ ਹੈ ਜੀ ਉਹ ਗੋਡਾ ਤੁਹਾਡਾ ਵੇਟ ਲੈ ਰਿਹਾ ਹੁੰਦਾ ਹੈ ਠੀਕ ਹੈ ਤੇ ਜੇ ਇਹਨਾਂ ਦਾ ਲਾਈਫ ਸਟਾਈਲ ਇਹੋ ਜਿਹਾ ਰਿਹਾ ਹੈ ਜਿਹਦੇ ਵਿੱਚ ਲੌਂਗ ਸਟੈਂਡਿੰਗ ਪ੍ਰੋਸੈਸ ਰਹੇ ਨੇ ਉਹਦੇ ਵਿੱਚ ਇਹ ਡੀਜਨਰੇਸ਼ਨ ਫਾਸਟ ਹੋ ਜਾਏਗੀ ਠੀਕ ਹੈ ਦੂਜਾ ਜੋ ਮੈਂ ਹੁਣ ਏਜ ਕੈਟੇਗਰੀ ਤੁਹਾਨੂੰ ਦੱਸ ਰਿਹਾ ਸੀਗਾ ਕਿ 35 ਤੋਂ 50 ਪੰਜਾਹ ਤੋਂ 65 65 ਤੋਂ ਉੱਤੇ ਤੇ ਯੰਗ ਮੋਡਰੇਟਲੀ ਓਲਡ ਐਂਡ ਓਲਡ ਸੋ ਹੀ 72 72 ਕਮਸ ਇਨ ਦੀ ਏਜ ਗਰੁੱਪ ਆਫ ਓਲਡ ਐਲਡਰਲੀ ਗਰੁੱਪ ਵਿੱਚ ਆ ਗਏ ਇਸ ਏਜ ਗਰੁੱਪ ਵਿੱਚ ਅਸੀਂ ਵੈਸੇ ਵੀ ਰਿਫਲੈਕਸਲੀ ਬਿਲੀਵ ਕਰਦੇ ਹਾਂ ਕਿ ਇਹ ਡੀ ਜਨਰੇਸ਼ਨ ਹਾਈ ਹੋਏਗਾ ਠੀਕ ਹੈ 100 ਵਿੱਚੋਂ ਸ਼ਾਇਦ 10 ਪੇਸ਼ੈਂਟ ਐਸੇ ਹੋਣਗੇ ਜਿਨ੍ਹਾਂ ਦਾ ਜੈਨੇਟਿਕ ਕੰਟਰੀਬਿਊਸ਼ਨ ਇੰਨਾ ਹਾਈ ਹੈ ਕਿ ਸਫ਼ਰ ਨਹੀਂ ਕਰਦੇ ਲੇਕਿਨ 90 ਲੋਕ ਇਸ ਏਜ ਗਰੁੱਪ ਵਿੱਚ ਡੀ ਜਨਰੇਸ਼ਨ ਸਫ਼ਰ ਕਰਦੇ ਨੇ ਠੀਕ ਹੈ ਓਨਲੀ 10% ਐਸਾ ਹੋਏਗਾ ਜਿਨ੍ਹਾਂ ਨੂੰ ਪੈਦਾਇਸ਼ੀ ਬਲੈਸਿੰਗ ਹੈ ਕਿ ਜੀਨਸ ਇੰਨੇ ਸਟਰੋਂਗ ਨੇ ਖੁਰਾਕ ਇੰਨੀ ਸਟਰੋਂਗ ਰਹੀ ਕਿ ਹੱਡੀਆਂ ਨੇ ਆਪਣਾ ਨੇਚਰ ਨਹੀਂ ਛੱਡਿਆ ਔਰ 100 ਸਾਲ ਦੀ ਉਮਰ ਦੇ ਵਿੱਚ ਚੱਲਦੇ ਰਹਿੰਦੇ ਨੇ ਠੀਕ ਹੈ ਹੁਣ ਰਹਿ ਗਈ ਇਹਨਾਂ ਦੇ ਇਲਾਜ ਦੀ ਗੱਲ ਤੇ ਇਲਾਜ ਵੀ ਦੇਖੋ 3 ਲੈਵਲ ਤੇ ਡਿਸਟ੍ਰੀਬਿਊਟਿਡ ਹੈ ਇੱਕ ਨੋਰਮਲ ਗੋਡਾ ਹੁੰਦਾ ਹੈ ਜਿਹਦੇ ਵਿੱਚ ਪੇਸ਼ੈਂਟ ਸਾਡੇ ਕੋਲ ਨਹੀਂ ਆਉਂਦਾ ਇੱਕ ਐਸਾ ਗੋਡਾ ਹੁੰਦਾ ਵੈ ਮਿਡਲ ਏਜ ਵਾਲਾ ਜਿਹਦੇ ਵਿੱਚ ਉਹ ਮਾੜੇ ਮੋਟੇ ਦਰਦ ਨਾਲ ਆਉਂਦਾ ਉਹ ਕਹਿੰਦਾ ਜੀ ਥੋੜਾ ਦਰਦ ਹੁੰਦਾ ਹੈ ਲੇਕਿਨ ਮੈਂ ਐਕਟੀਵਿਟੀ ਚੰਗੀ ਤਰ੍ਹਾਂ ਕਰ ਲੈਂਦਾ ਜਾਂਦਾ ਫਿਰਦਾ ਲੇਕਿਨ ਦਰਦ ਹੁੰਦਾ ਹੈ ਉਹਦੇ ਵਿੱਚ ਦਵਾਈ ਵੀ ਕੰਮ ਕਰੇਗੀ ਥੈਰੇਪੀ ਵੀ ਕੰਮ ਕਰੇਗੀ ਇੰਜੈਕਸ਼ਨ ਵੀ ਕੰਮ ਕਰਨਗੇ ਲਾਈਫ ਸਟਾਈਲ ਚੇਂਜਸ ਵੀ ਕੰਮ ਕਰਨਗੇ ਫੁੱਟਵੇਅਰ ਚੇਂਜਸ ਵੀ ਹੈਲਪ ਕਰੇਗਾ
ਲੇਕਿਨ ਇੱਕ ਸਟੇਜ ਆਉਂਦੀ ਹੈ ਜਿੱਥੇ ਕਹਿੰਦੇ ਕਿ ਮੈਚਿਓਰ ਹੋ ਗਿਆ ਉਹਨਾਂ ਨੂੰ ਇਸ ਤਰ੍ਹਾਂ ਸਮਝ ਲਓ ਕਿ ਤੁਹਾਡੀ ਦਾੜੀ ਚਿੱਟੀ ਹੈ ਤੁਸੀਂ ਕਿਹਾ ਜੀ ਮੈਂ ਬਹੁਤ ਵਧੀਆ ਡਾਈ ਕਰਾਉਣੀ ਹੈ ਉਹਨੂੰ ਜਵਾਨ ਕਰਦੇ ਤੁਸੀਂ ਵਧੀਆ ਪਾਰਲਰ ਗਏ ਉਹਨੇ ਚੱਕ ਕੇ 5000 ਦੀ ਡਾਈ ਵਾਲੀ ਲਗਾ ਦਈਏ ਬਹੁਤ ਵਧੀਆ ਸਰਦਾਰ ਜੀ ਲਗਾ ਲਓ ਤੁਸੀਂ ਹੋ ਜਾਓ ਜਵਾਨ ਬਟ ਫੈਕਟ ਉਹ ਨਹੀਂ ਹੈ ਹਫ਼ਤੇ ਬਾਅਦ ਫਿਰ ਹੋਈ ਯਾਰ ਜਿੰਨਾ ਤੁਸੀਂ 10 ਦਿਨ ਬਾਅਦ 15 ਦਿਨ ਬਾਅਦ ਜਦ ਉਹ ਰੰਗ ਛੱਡੇਗਾ ਤੁਸੀਂ ਵਾਪਸ ਚਿੱਟੀ ਦਾੜੀ ਨਾਲ ਉਸੇ ਤਰ੍ਹਾਂ ਦਵਾਈਆਂ ਨੇ ਇਹ ਦਵਾਈਆਂ ਡਾਈ ਦੀ ਤਰ੍ਹਾਂ ਨੇ ਲੈਂਦੇ ਰਹੋਗੇ ਮਾੜਾ ਮੋਟਾ ਠੀਕ ਰਹੋਗੇ ਲੇਕਿਨ ਜਦ ਉਹ ਦਵਾਈ ਅਸਰ ਛੱਡੇਗੀ ਵਾਪਸ ਉਹਨੇ ਉਹੀ ਪ੍ਰੈਜੈਂਟੇਸ਼ਨ ਦੇ ਦੇਣੀ ਜੀ ਜੀ ਤੇ ਇਹਨੂੰ ਹੋਰ ਅੱਛੀ ਤਰ੍ਹਾਂ ਸਮਝਣਾ ਤਾਂ ਇਸ ਤਰ੍ਹਾਂ ਸਮਝ ਲਓ ਕਿ ਦੀਵਾਰ ਹੈਗੀ ਦਰਾਰ ਪੈ ਗਈ ਹੈ ਉਹਨੂੰ ਇੱਜ਼ਤ ਟੱਕਣੀ ਹੈ ਕੁਝ ਬੰਦੇ ਸ਼ਾਇਦ ਪਰਦਾ ਰੱਖ ਦੇਣ ਤੇ ਸਾਹਮਣੇ ਜੋ ਆਏਗਾ ਉਹ ਦੇਖ ਨਹੀਂ ਸਕਦਾ ਤੁਹਾਡੀ ਇੱਜ਼ਤ ਟੱਕੀ ਹੋਈ ਹੈ ਕੁਝ ਲੋਕ ਉਹਦੇ ਉੱਤੇ ਪੇਂਟ ਕਰਾ ਦੇਣਗੇ ਲੇਕਿਨ ਦੀਵਾਰ ਜਿਹੜੀ ਦਰਾਰ ਹੈ ਉੱਥੇ ਹੀ ਹੈ ਤੇ ਫਾਈਨਲ ਇਹੀ ਹੈ ਕਿ ਉਹਦੀ ਪੁੱਟੀ ਕਰਾਉਣੀ ਪੈਣੀ ਹੈ ਜੇ ਨਹੀਂ ਕਰਾਉਂਦੇ ਤਾਂ ਮਕਾਨ ਢਹੇਗਾ ਮਕਾਨ ਉਸੀ ਤਰ੍ਹਾਂ ਇਹ ਗੋਡਾ ਹੈ ਗੋਡੇ ਦੇ ਬਾਰੇ ਚ ਮੈਂ ਕਹਿੰਦਾ ਕਿ 3 ਚੀਜ਼ਾਂ ਬੜੀ ਇੰਪੋਰਟੈਂਟ ਨੇ ਇਹ ਜੋੜਾਂ ਦਾ ਰਾਜਾ ਹੈ ਜੇ ਇਹ ਦੁਖੀ ਹੋਏਗਾ ਇਹਨੇ ਉੱਤੇ ਥੱਲੇ ਸਾਰਿਆਂ ਨੂੰ ਦੁਖੀ ਕਰ ਦੇਣਾ ਸਹੀ ਗੱਲ ਕਮਰ ਕੂਲਾ ਗਿੱਟਾ ਤੇ ਪੰਜਾ ਇਹ ਦੀ ਪ੍ਰਜਾ ਹੈਗੀ ਜੇ ਤੁਸੀਂ ਗੋਡੇ ਦਾ ਰਾਈਟ ਟਾਈਮ ਤੇ ਨਹੀਂ ਧਿਆਨ ਕੀਤਾ ਤੇ ਆਉਣ ਵਾਲੇ ਟਾਈਮ ਵਿੱਚ ਇਹਨੇ ਤੁਹਾਡੀ ਕਮਰ ਕੂਲੇ ਗਿੱਟੇ ਔਰ ਪੰਜੇ ਨੂੰ ਚਪੇਟ ਵਿੱਚ ਲੈ ਲੈਣਾ ਫਿਰ ਬਾਅਦ ਵਿੱਚ ਤੁਸੀਂ ਕਮਰ ਦਰਦ ਪੰਜਿਆਂ ਵਿੱਚ ਸੋਜਿਸ਼ ਗਿੱਟੇ ਵਿੱਚ ਸੋਜਿਸ਼ ਉਂਗਲੀਆਂ ਦਾ ਤੇੜਾਪਨ ਆ ਰਿਹਾ ਇਹ ਸਭ ਤਕਲੀਫਾਂ ਨਾ ਲਾਓਗੇ ਬਿਲਕੁਲ ਦੂਜਾ ਹੈ ਵੇਟ ਬੇਰਿੰਗ ਜੁਆਇੰਟ ਹੈ ਤੇ ਜਿਹੜਾ ਜੁਆਇੰਟ ਸਭ ਤੋਂ ਪਹਿਲਾਂ ਪਕੜ ਜਾਂਦਾ ਹੋਇਆ ਗੋਡਾ ਕਿਉਂਕਿ ਇਹ ਵੇਟ ਲੈ ਰਿਹਾ ਤੀਜਾ ਹੈ ਮੂਵਮੈਂਟ ਦੇਣ ਵਾਲਾ ਜੋੜ ਹੈ ਜੇ ਇਹ ਰੁਕ ਗਿਆ ਤੇ ਤੁਹਾਡੀ ਮੂਵਮੈਂਟ ਆਟੋਮੈਟਿਕਲੀ ਰੁਕ ਜਾਏਗੀ ਤੇ ਇਹਨਾਂ ਨਾਲ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਪਹਿਲੇ ਤੇ ਆਪਣਾ ਐਕਸਰੇ ਜਿਹੜਾ ਵੈ ਉਹ ਭੇਜ ਸਕਦੇ ਨੇ ਤੇ ਭੇਜਣ ਸਾਨੂੰ ਠੀਕ ਹੈ ਜੀ ਐਕਸਰੇ ਵੀ ਸਾਨੂੰ ਕੈਟੇਗਰੀ ਦੇਖਣੀ ਪੈਣੀ ਹੈ ਕਿ ਇਹ ਲਾਸਟ ਸਟੇਜ ਕੈਟੇਗਰੀ ਹੈ ਕਿ ਮਿਡਲ ਸਟੇਜ ਕੈਟੇਗਰੀ ਹੈ ਜੇ ਇਹ ਲਾਸਟ ਸਟੇਜ ਕੈਟੇਗਰੀ ਹੈ ਫਿਰ ਇਹਦਾ ਪਰਮਨੈਂਟ ਸੋਲੂਸ਼ਨ ਲੱਭਣ ਕਿਉਂਕਿ 72 ਦੇ ਬਾਅਦ 74 ਹੋਣਗੇ 74 ਦੇ ਬਾਅਦ 76 ਹੋਣਗੇ ਫਿਰ 80 ਹੋਣਗੇ ਏਜ ਦੇ ਨਾਲ ਇਹ ਸਰਜਰੀ ਉਤਨੀ ਹੀ ਡਿਫਿਕਲਟ ਹੋ ਜਾਏਗੀ ਠੀਕ ਮੈਂ ਤੁਹਾਡੇ ਤੋਂ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਇੱਕ ਉਮਰ ਇਹਨਾਂ ਦੀ ਆਲਰੇਡੀ 72 ਸਾਲ ਹੈਗੀ ਹੈ ਤੇ ਇਸ ਉਮਰ ਦੇ ਵਿੱਚ ਆ ਕੇ ਬੋਡੀ ਉਨੀ ਐਕਟਿਵ ਨਹੀਂ ਰਹਿ ਜਾਂਦੀ ਜੋ ਯੰਗ ਪਰਸਨ ਹੁੰਦਾ ਨਾ ਤੇ ਕੀ ਸਮਰੱਥਾ ਰਹਿ ਜਾਂਦੀ ਹੈ ਜਦੋਂ ਤੁਸੀਂ ਇਹਨਾਂ ਨੂੰ 72 ਸਾਲ ਦੀ ਉਮਰ ਦੇ ਵਿੱਚ ਹੀ ਮਤਲਬ ਸਲਾਹ ਦਿੰਦੇ ਹੋ ਕਿ ਤੁਹਾਨੂੰ ਗੋਡੇ ਬਦਲਾਉਣੇ ਚਾਹੀਦੇ ਨੇ ਮੈਂ ਤੁਹਾਨੂੰ ਮੈਂ ਜਿਹੜੀ ਵੀ ਚੀਜ਼ ਸਮਝਾਵਾਂਗਾ ਤੁਹਾਨੂੰ ਐਗਜ਼ਾਮਪਲ ਨਾਲ ਸਮਝਾ ਦਿਆਂਗਾ ਤੁਸੀਂ ਗੱਡੀ ਲਿੱਤੀ 10 ਸਾਲ ਪਹਿਲਾਂ ਜੀ ਜੀ 12 ਸਾਲ ਪਹਿਲਾਂ 12 ਸਾਲ ਦੇ ਬਾਅਦ ਉਹ ਇੰਜਨ ਬੋਲ ਗਿਆ ਤੁਸੀਂ ਲੈ ਕੇ ਗਏ ਉਹਨੇ ਕਿਹਾ ਜੀ ਸਾਰਾ ਸਭ ਠੀਕ ਹੈ ਬਟ ਇੰਜਨ ਖਰਾਬ ਹੈ ਇਹਨੂੰ ਬਦਲਵਾ ਲਓ ਤੁਸੀਂ ਇੰਜਨ ਬਦਲਵਾ ਲਿਆ ਬਿਲਕੁਲ ਜਿੱਦਾਂ ਇੰਜਨ ਬਦਲਵਾ ਲਿਆ ਗੱਡੀ ਚੱਲੂਗੀ ਉਸੇ ਤਰ੍ਹਾਂ ਗੋਡਾ ਵੀ ਇੰਜਨ ਹੈ ਨਿਆ ਇੰਜਨ ਪੈ ਜਾਊਗਾ ਮਾਸਪੇਸ਼ੀਆਂ ਹੋਈ ਨੇ ਹੱਡੀ ਹੋਈ ਹੈ ਇੰਜਨ ਨਿਆ ਉਹ ਤੁਹਾਡੇ ਬੋਡੀ ਨੂੰ ਸਪੋਰਟ ਕਰੇਗਾ ਤੇ ਤੁਸੀਂ ਡੈਫੀਨੇਟਲੀ 2 ਮਹੀਨੇ ਦੇ ਅੰਦਰ ਪੇਸ਼ੈਂਟ 80% ਰਿਕਵਰ ਕਰ ਜਾਂਦਾ ਹੈ ਮਤਲਬ 3 ਤੋਂ 4 ਕਿਲੋਮੀਟਰ ਦੀ ਸੈਰ ਤੁਹਾਨੂੰ ਆ ਜਾਂਦੀ ਹੈ ਔਰ 6 ਮਹੀਨੇ ਦੇ ਅੰਦਰ ਅੰਦਰ ਇਹ ਗੋਡਾ ਇੰਨਾ ਕੰਪੀਟੈਂਟ ਹੋ ਜਾਂਦਾ ਹੈ ਜੇ ਸਹੀ ਹੱਥਾਂ ਵਿੱਚ ਗਿਆ ਜੋ ਆਪਾਂ ਪਹਿਲਾਂ ਗੱਲ ਕੀਤੀ ਜੇ ਕਾਰੀਗਰੀ ਠੀਕ ਹੈ ਜਿਹੜਾ ਢਾਂਚਾ ਬਣਾ ਰਿਹਾ ਉਹ ਬੰਦਾ ਠੀਕ ਹੈ ਸਰਜਨ ਠੀਕ ਹੈ ਜਿਹੜਾ ਤੁਹਾਡਾ ਡਰਾਈਵਰ ਹੈ ਉਹ ਠੀਕ ਹੈ ਫਿਰ ਇਹ ਤੁਹਾਨੂੰ 20-25 ਸਾਲ ਸੁੱਖ ਦੇ ਦੇਗਾ ਕੋਈ ਤਕਲੀਫ ਨਹੀਂ ਠੀਕ ਇਹਦੇ ਵਿੱਚ ਜਿੱਦਾਂ ਤੁਸੀਂ ਇੰਜਨ ਦੀ ਉਦਾਹਰਨ ਦਿੱਤੀ ਹੈ ਕਿ ਗੱਡੀ ਦਾ ਇੰਜਨ ਬਹਿ ਗਿਆ 12 ਸਾਲਾਂ ਬਾਅਦ ਤੇ ਨਵਾਂ ਇੰਜਨ ਪਵਾਉਣਾ ਪੈਂਦਾ ਹੈ ਨਵੇਂ ਇੰਜਨ ਦੇ ਨਾਲ ਗਰੰਟੀ ਵੀ ਮਿਲਦੀ ਹੈ ਤੇ ਤੁਸੀਂ 20-25 ਸਾਲ ਹਾਂਜੀ ਤੁਸੀਂ ਜਿਹੜੀ 20-25 ਸਾਲ ਦੀ ਗਰੰਟੀ ਦਿੰਦੇ ਹੋ ਤੇ ਜੇ ਬਾਈ ਚਾਂਸ ਪ੍ਰੋਬਲਮ ਆ ਜਾਂਦੀ ਉਸ ਤੋਂ ਬਾਅਦ ਦੁਬਾਰਾ ਕੀਤਾ ਜਾ ਸਕਦਾ ਤੇ ਉਸ ਤੋਂ ਬਾਅਦ ਤੁਸੀਂ ਦੁਬਾਰਾ ਕੀਤਾ ਜਾ ਸਕਦਾ ਦੁਬਾਰਾ ਕੀਤਾ ਜਾ ਸਕਦਾ ਜੇ ਕੋਈ ਪ੍ਰੋਬਲਮ ਆ ਜਾਏ ਹੁਣ ਗ੍ਰਹਿ ਕੀ ਗੱਲ ਕੀ ਪ੍ਰੋਬਲਮ ਆਉਂਦੀ ਹੀ ਹੈ ਪਹਿਲਾਂ ਤਾਂ ਇਹ ਸਮਝੋ ਕਿ ਕੀ ਪ੍ਰੋਬਲਮ ਆਉਂਦੀ ਬਿਲਕੁਲ ਜੇ ਸਰਜਨ ਨੇ ਸਭ ਕੁਝ ਸਹੀ ਕੀਤਾ ਜੇ ਤੁਹਾਡਾ ਡਰਾਈਵਰ ਠੀਕ ਹੈ ਜੇ ਉਹ ਗੱਡੀ ਠੀਕ ਚਲਾ ਰਿਹਾ ਬਟ ਰਸਤੇ ਵਿੱਚ ਅਚਾਨਕ ਹੀ ਕੋਈ ਬੈਲ ਆ ਜਾਏ ਕਿਧਰੋਂ ਔਰ ਐਕਸੀਡੈਂਟ ਹੋ ਜਾਏ ਫਿਰ ਉਹਦੇ ਵਿੱਚ ਡਰਾਈਵਰ ਦੀ ਗਲਤੀ ਨਹੀਂ ਉਹ ਬੈਲ ਹੀ ਅੱਗੇ ਆ ਗਈ ਤੁਸੀਂ ਕੀ ਕਰੋਗੇ ਇਸੇ ਤਰ੍ਹਾਂ ਗੋਡਾ ਬਦਲਵਾਉਣ ਦੇ ਬਾਅਦ ਜੇ ਅਚਾਨਚੁਕ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ ਔਰ ਤੁਹਾਡਾ ਫ੍ਰੈਕਚਰ ਹੋ ਗਿਆ ਗੋਡੇ ਨੂੰ ਕੁਛ ਨਹੀਂ ਹੁੰਦਾ ਉੱਤੇ ਥੱਲੇ ਹੱਡੀ ਟੁੱਟਦੀ ਹੈ ਫਿਰ ਉਹਦੇ ਵਿੱਚ ਪਲੇਟਾਂ ਜਾਂ ਰੋਡਾਂ ਪੈ ਜਾਂਦੀਆਂ ਪੇਸ਼ੈਂਟ ਠੀਕ ਹੋ ਜਾਂਦਾ ਟਾਈਮ ਦੇ ਨਾਲ ਠੀਕ ਹੈ ਇੱਕ ਇਹ ਸਮੱਸਿਆ ਆਉਂਦੀ ਹੈ ਕਿ ਅਨਨੋਨ ਐਕਸੀਡੈਂਟ ਜਿਹਦੇ ਕਰਕੇ ਉੱਤੇ ਥੱਲੇ ਦੀ ਹੱਡੀ ਟੁੱਟ ਜਾਏ ਬਟ ਗੋਡਾ ਨਹੀਂ ਟੁੱਟਦਾ ਖੱਡਾ ਆ ਗਿਆ ਜਿਵੇਂ ਦੂਸਰਾ ਹੈ ਇਨਫੈਕਸ਼ਨ ਤੇ ਗੋਡੇ ਜਿਹੜੇ ਗੋਡੇ ਪਹਿਲੇ ਡੈਮੇਜ ਹੁੰਦੇ ਨੇ ਉਹਦੇ ਵਿੱਚ ਇਹੀ 2 ਕਾਰਨ ਨੇ ਠੀਕ ਜਾਂ ਤੇ ਉਹ ਇਨਫੈਕਸ਼ਨ ਨਾਲ ਜਾਏਗਾ ਜਾਂ ਫਿਰ ਉਹ ਐਕਸੀਡੈਂਟ ਨਾਲ ਜਾਏਗਾ ਜੀ ਜੀ ਆਪਣੀ ਗੱਲਬਾਤ ਚੱਲ ਰਹੀ ਹੈ ਹੈਲੋ ਹਾਂਜੀ ਬਿਲਕੁਲ ਤੁਸੀਂ ਲਾਈਵ ਪ੍ਰੋਗਰਾਮ ਚ ਫੋਨ ਕੀਤਾ ਹੈ ਡਾਕਟਰ ਪਾਨੂ ਪ੍ਰਤਾਪ ਜੀ ਸਾਡੇ ਨਾਲ ਬੈਠਣੇ ਕੀ ਪੁੱਛਣਾ ਚਾਹੁੰਦੇ ਹੋ ਕਾਫੀ ਟੈਸਟ ਕੀਤੇ ਕੁਛ ਨੀ ਆਉਂਦਾ ਸੀ
ਡਾਕਟਰ ਨੇ ਕਿਹਾ ਕਿ ਫਾਈਬਰੋਮਾਈਲਜੀਆ ਹੈ ਤੇ ਉਹ ਹੁਣ ਮਤਲਬ ਕਿ ਲੋਅਰ ਬੈਕ ਸੀ ਪਹਿਲਾਂ ਤੇ ਨੈਕ ਤੇ ਸ਼ੋਲਡਰ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਹੁਣ ਨੈਕ ਵੀ ਸ਼ੁਰੂ ਨੈਕ ਸ਼ੋਲਡਰ ਸੀਗੇ ਫਿਰ ਲੋਅਰ ਬੈਕ ਸ਼ੁਰੂ ਹੋ ਗਈ ਠੀਕ ਹੈ ਜੀ ਫਿਰ ਹੁਣ ਇਸ ਵੇਲੇ ਮੇਰੇ ਨਾ ਬਹੁਤ ਜਿਆਦਾ ਬੋਦਰ ਕਰ ਰਹੇ ਹੈ ਐਲਬੋਜ਼ ਉਹ ਕਹਿੰਦੇ ਅਲਟਰਾਸਾਊਂਡ ਕੀਤੀ ਉਹ ਕਹਿੰਦੇ ਟੈਨਿਸ ਐਲਬੋਜ਼ ਹੈ ਤੇ ਪਰ ਉਹ ਫਾਈਬਰੋਮਾਈਲਜੀਆ ਦਾ ਟ੍ਰਿਗਰ ਪੁਆਇੰਟ ਵੀ ਹੈ ਉਹ ਇੰਨੇ ਬੋਦਰ ਕਰ ਰਹੇ ਕਿ ਹੁਣ ਮੇਰੇ ਤੋਂ ਕੰਮ ਵੀ ਨਹੀਂ ਹੋ ਰਿਹਾ ਕੁਛ ਵੀ ਨਾ ਕੁਛ ਵੀ ਮਤਲਬ ਕਾਫੀ ਮਗ ਵੀ ਨਹੀਂ ਚੱਕਿਆ ਜਾਂਦਾ ਅੱਛਾ ਕਿੰਨੇ ਸਮੇਂ ਤੋਂ ਪ੍ਰੋਬਲਮ ਆਈ ਤੁਹਾਨੂੰ ਇਹ ਜਿਹੜੀ ਇਹਦੀ ਹੈ ਕਿ ਐਲਬੋਜ਼ ਦੀ ਇਹ ਹੁਣ ਰੀਸੈਂਟਲੀ ਹੋਈ ਹੈ ਇਹ ਹੋਈ ਹੈ ਕੋਈ ਸਮਝ ਲਓ 4 ਮਹੀਨਿਆਂ ਤੋਂ ਠੀਕ ਹੈ ਜੀ ਮੈਂ ਉਹ ਲੇਜ਼ਰ ਸ਼ੌਕਸ ਦੀ ਟ੍ਰੀਟਮੈਂਟ ਕਰਾ ਰਹੀ ਹਾਂ ਡਾਕਟਰ ਨੇ ਸਪੈਸ਼ਲਿਸਟ ਨੇ ਮੈਨੂੰ ਕਿਹਾ ਵੀ ਉਹ ਕਰਾ ਲਓ ਉਹਦੇ ਨਾਲ ਫਿਰ ਨਹੀਂ ਤੇ ਇੰਜੈਕਸ਼ਨ ਕੋਰਟੀਜ਼ੋਨ ਦੇ ਉਹ ਮੈਂ ਲਾਉਣਾ ਨਹੀਂ ਚਾਹੁੰਦੀ ਕੋਰਟੀਜ਼ੋਨ ਦੀ ਇੰਜੈਕਸ਼ਨ ਉਹਦੇ ਸਾਈਡ ਇਫੈਕਟ ਹੈਗੇ ਆ ਕਹਿੰਦੇ ਅੱਛਾ ਤੁਹਾਡੀ ਏਜ ਕਿੰਨੀ ਹੈ ਜੀ ਏਜ ਹੈ 55 65 ਤੁਹਾਡੀ ਉਮਰ ਹੈਗੀ ਹੈ ਤੇ ਪਿਛਲੇ 4 ਸਾਲਾਂ ਤੋਂ ਤੁਹਾਨੂੰ 55 ਤੁਸੀਂ ਸਭ ਕੀ ਪੁੱਛਣਾ ਚਾਹੁੰਦੇ ਹੋ ਹਾਂਜੀ 55 ਹਾਂਜੀ ਅੱਛਾ ਜੀ 55 ਤੁਸੀਂ ਕੀ ਪੁੱਛਣਾ ਚਾਹੁੰਦੇ ਜੀ ਇਹਨਾਂ ਨੂੰ ਕਦ ਡਾਇਗਨੋਸ ਹੋਇਆ ਫਾਈਬਰੋਮਾਈਲਜੀਆ ਹੈਲੋ ਫਾਈਬਰੋਮਾਈਲਜੀਆ ਡਾਇਗਨੋਸ ਹੋਇਆ ਕੋਈ ਅਬਾਊਟ ਮੇਬੀ 5-6 ਸਾਲ ਪਹਿਲਾਂ ਔਰ ਕੀ 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 ਸਿੰਪਟਮ ਸੀਗਾ ਪਹਿਲਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਕਿਹੜਾ ਸਿੰਪਟਮ ਆਇਆ ਸੀਗਾ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮਤਲਬ ਕਿ ਉਹ ਹੁੰਦੀ ਰਹੀ ਕਾਫੀ ਕਰੋਨਿਕ ਜੀ ਪੇਨ ਹੋ ਗਈ ਤੇ ਫਿਰ ਲੋਅਰ ਬੈਕ ਵੀ ਸ਼ੁਰੂ ਹੋ ਗਈ ਕੋਈ 2-3 ਸਾਲ ਪਹਿਲਾਂ ਬਟ ਇਹ ਫਾਈਬਰੋਮਾਈਲਜੀਆ ਦਾ ਡਾਇਗਨੋਸਿਸ ਕਿਸ ਬੇਸਿਸ ਤੇ ਕੀਤਾ ਉਹਨਾਂ ਨੇ ਕੋਈ ਟੈਸਟ ਕਰਾਏ ਉਹਨਾਂ ਨੇ ਹਾਂ ਟੈਸਟ ਕਰਾਏ ਸੀ ਹਾਂ ਕਿਹੜੇ ਟੈਸਟ ਕਰਾਏ ਸੀਗੇ ਟੈਸਟ ਹੁਣ ਮੈਨੂੰ ਇੰਨਾ ਯਾਦ ਨਹੀਂ ਹੈ ਕਈ ਵਾਰੀ ਐਕਸਰੇ ਵੀ ਕਰਾਏ ਕਈ ਵਾਰੀ ਉਹ ਬਲੱਡ ਟੈਸਟ ਕਰਕੇ ਚੈੱਕ ਕੀਤਾ ਹੈ ਤੇ ਕਈ ਕੁਛ ਕੀਤਾ ਉਹਨਾਂ ਨੇ ਉਹ ਕਹਿੰਦੇ ਕੁਛ ਨਹੀਂ ਨਿਕਲਦਾ ਹੈ ਤੇ ਇਹਦੇ ਇਲਾਵਾ ਹੋਰ ਵੀ ਕੋਈ ਜੋੜ ਦੁਖਦੇ ਨੇ ਗਰਦਨ ਐਲਬੋ ਕਮਰ ਇਹ 3 ਚੀਜ਼ਾਂ ਤੇ ਤੁਸੀਂ ਕਹੀਆਂ ਤੁਹਾਡੇ ਹੱਥਾਂ ਦੇ ਜੋੜਾਂ ਵਿੱਚ ਵੀ ਦਰਦ ਹੈ ਹੈਂਡਸ ਵਿੱਚ ਹੈਂਡ ਦੇ ਵਿੱਚ 2 ਫਿੰਗਰਸ ਨਾ ਇੰਡੈਕਸ ਫਿੰਗਰ ਤੇ ਨਾਲ ਵਾਲੀ ਫਿੰਗਰ ਰਾਈਟ ਹੈਂਡ ਦੀ ਸਿਰਫ ਉੱਥੇ ਦੁਖਦਾ ਹੈ ਜਿਹੜੀ ਮਿਡਲ ਦੀ ਹੱਡੀ ਹੈ ਉਹ ਕਹਿੰਦੇ ਕਿ ਦੇਖਣ ਨੂੰ ਵੀ ਲੱਗਦਾ ਜਿੱਦਾਂ ਥੋੜੀ ਜਿਹੀ ਸਵੈਲਿੰਗ ਕਈ ਵਾਰੀ ਆ ਜਾਂਦੀ ਹੈ ਸਟਿਫਨੈਸ ਆਉਂਦੀ ਹੈ ਉਹ ਚੌੜੀ ਹੋ ਰਹੀ ਹੱਡੀ ਤੇ ਆਰਥਰਾਈਟਿਸ ਉੱਥੇ ਬਣ ਰਿਹਾ ਹੈ ਸਟਿਫਨੈਸ ਆਉਂਦੀ ਹੈ ਸਟਿਫਨੈਸ ਹੱਥਾਂ ਵਿੱਚ ਕੋਈ ਸਟਿਫਨੈਸ ਦਾ ਹੈਗਾ ਸਿੰਪਟਮ ਹਾਂਜੀ ਸਵੇਰੇ ਉੱਠਦੇ ਹੋ ਤੇ ਇਦਾਂ ਲੱਗਦਾ ਜੋੜ ਅਕੜੇ ਹੋਏ ਨੇ ਜੀ ਮਾਰਨਿੰਗ ਵਿੱਚ ਉੱਠੋ ਤੇ ਉਦੋਂ ਸਟਿਫਨੈਸ ਲੱਗਦੀ ਹੈ ਠੀਕ ਹੈ ਜੀ ਤੇ ਤੁਸੀਂ ਹੁਣੇ ਸੁਣਨਾ ਚਾਹੁੰਦੇ ਹੋ ਨਹੀਂ ਬਿਲਕੁਲ ਜਿਹੜਾ ਤੁਹਾਡਾ ਜਵਾਬ ਹੈ ਪੂਨਮ ਜੀ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਫਿਰ ਵੀ ਜੇ ਕੋਈ ਸਵਾਲ ਤੁਸੀਂ ਪੁੱਛਣਾ ਹੋਵੇ ਦੁਬਾਰਾ ਤੁਸੀਂ ਕਾਲ ਕਰ ਸਕਦੇ ਹੋ ਗੱਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਓਕੇ ਜੀ ਜੀ ਠੀਕ ਹੈ ਤੇ ਜਿਹੜਾ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਜਾਂ ਪ੍ਰੈਜੈਂਟੇਸ਼ਨ ਆਪਣਾ ਦਿੱਤਾ ਹੈ ਪਹਿਲਾਂ ਗੱਲ ਤੇ ਇਹ ਸਮਝਣਾ ਪਏਗਾ ਕਿ ਫਾਈਬਰੋਮਾਈਲਜੀਆ ਦਾ ਡਾਇਗਨੋਸਿਸ ਕਿਸ ਤਰ੍ਹਾਂ ਬਣਾ ਕਿਸ ਤਰ੍ਹਾਂ ਕਿਉਂਕਿ ਜਿਹੜੇ ਇਹ ਸਿੰਪਟਮਸ ਦੇ ਰਹੇ ਨੇ ਇਹਨਾਂ ਨੇ ਕਿਹਾ ਕਿ 12-14 ਸਾਲ ਹੈਨਾ ਤੇ ਜੇ ਅੱਜ 55 ਸਾਲ ਦੀ ਉਮਰ ਹੈ ਤੇ ਇਹਨਾਂ ਦੀ ਉਮਰ ਤਕਰੀਬਨ ਹੋਣੀ ਹੈ ਉਸ ਸਮੇਂ 35-38 ਸਾਲ 5-6 ਸਾਲ ਤੋਂ ਪ੍ਰੋਬਲਮ ਹੈਗੀ ਇਹਨਾਂ ਨੂੰ 5-6 ਸਾਲ ਠੀਕ ਹੈ ਦੂਜਾ ਇਹਨਾਂ ਨੇ ਜਿਹੜੇ ਕਿਹਾ ਹੈ ਕਿ ਮਾਰਨਿੰਗ ਸਟਿਫਨੈਸ ਹੈ ਮਲਟੀਪਲ ਜੁਆਇੰਟ ਪੇਨ ਇਨਵੋਲਵਡ ਹੈ ਗਰਦਨ ਵਿੱਚ ਦੁੱਖ ਰਿਹਾ ਹੈ ਹੱਥਾਂ ਵਿੱਚ ਜੋੜਾਂ ਵਿੱਚ ਆ ਰਿਹਾ ਹੈ ਕਮਰ ਵਿੱਚ ਆ ਰਿਹਾ ਹੈ ਤੇ ਡੈਫੀਨੇਟਲੀ ਸਾਨੂੰ ਇਹ ਰੂਲ ਆਊਟ ਕਰਨਾ ਪੈਣਾ ਹੈ ਕਿ ਕੋਈ ਇਹਨਾਂ ਨੂੰ ਜੋ ਮੈਂ ਤੁਹਾਨੂੰ 5ਵਾਂ ਕਾਰਨ ਦੱਸਿਆ ਸੀ ਹੈਰੀਡੇਟਰੀ ਜਿਹਦੇ ਵਿੱਚ ਰੂਮੈਟੋਇਡ ਔਰ ਐਨਕਾਈਲੋਜ਼ਿੰਗ ਔਰ ਇਹ ਸਾਰੇ ਜਿਹੜੇ ਆਰਥਰਾਈਟਿਸ ਹੁੰਦੇ ਨੇ ਜੀ ਜੀ ਇਹਨਾਂ ਦੀ ਸਕਰੀਨਿੰਗ ਹੋਣਾ ਬਹੁਤ ਜ਼ਰੂਰੀ ਹੈ ਕਿ ਭਾਈ ਇਹਨਾਂ ਨੂੰ ਕੋਈ ਐਸਾ ਪੈਤ੍ਰਿਕ ਦੋਸ਼ ਤੇ ਨਹੀਂ ਹੈ ਜਿਹਦੇ ਕਰਕੇ ਇਹ ਮਲਟੀਪਲ ਜੁਆਇੰਟ ਪ੍ਰੋਬਲਮਸ ਐਂਡ ਪੇਨਸ ਆਰ ਡਿਵੈਲਪਿੰਗ ਠੀਕ ਹੈ ਨਾ ਉਹਦੇ ਵਿੱਚ ਵੀ ਕ੍ਰਾਈਟੇਰੀਆਜ਼ ਬੜੇ ਡਿਫਰੈਂਟ ਹੈ ਨੇ ਕਈ ਵਾਰ ਉਹ ਸਾਰੇ ਆਰਥਰਾਈਟਿਸ ਜਿਹੜੇ ਨੇ ਬਲੱਡ ਟੈਸਟ ਵਿੱਚ ਪੋਜ਼ਿਟਿਵ ਨਹੀਂ ਆਉਂਦੇ ਉਹ ਤੁਹਾਨੂੰ ਡਾਇਗਨੋਸ ਕਰਨਾ ਪੈਂਦਾ ਹੈ ਔਰ ਕਹਿਣਾ ਪੈਂਦਾ ਹੈ ਕਿ ਅਸੀਂ ਇਹਨੂੰ ਸੀਰੋ ਪੋਜ਼ਿਟਿਵ ਔਰ ਸੀਰੋ ਨੈਗੇਟਿਵ ਆਰਥਰਾਈਟਿਸ ਕਹਿੰਦੇ ਹਾਂ ਸੀਰੋ ਪੋਜ਼ਿਟਿਵ ਹੁੰਦਾ ਹੈ ਜੋ ਬਲੱਡ ਵਿੱਚ ਆ ਜਾਏ ਠੀਕ ਹੈ ਸੀਰੋ ਨੈਗੇਟਿਵ ਉਹ ਹੁੰਦਾ ਹੈ ਜੋ ਬਲੱਡ ਵਿੱਚ ਨਾ ਆਏ ਬਟ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਇਹ ਵਾਲੇ ਆਰਥਰਾਈਟਿਸ ਦੀ ਕੈਟੇਗਰੀ ਵਿੱਚ ਫਿੱਟ ਬੈਠ ਰਿਹਾ ਔਰ ਫਿਰ ਅਸੀਂ ਉਹਨੂੰ ਰਿਮੈਟੋਲੋਜਿਸਟ ਨੂੰ ਦਿਖਾਉਂਦੇ ਹਾਂ ਠੀਕ ਹੈ ਜਿਹੜੇ ਰਿਮੈਟੋਲੋਜਿਸਟ ਹੁੰਦੇ ਨੇ ਦੇ ਆਰ ਦੀ ਸਪੈਸੀਫਾਈਡ ਟ੍ਰੇਨਡ ਡਾਕਟਰਸ ਹੂ ਆਰ ਟ੍ਰੀਟਿੰਗ ਦੀਸ ਕਾਇੰਡ ਆਫ ਹੈਰੀਡਿਟਰੀ
ਪ੍ਰੋਬਲਮਸ। ਸੋ ਪਹਿਲਾਂ ਤੇ ਇਦਾਂ ਹੈ ਕਿ ਜੇ ਆਪਣੇ ਬਲੱਡ ਟੈਸਟ ਮੈਨੂੰ ਭੇਜ ਸਕਣ, ਸਾਨੂੰ ਭੇਜ ਸਕਣ, ਐਕਸਰੇਸ ਇੱਕ ਵਾਰ ਭੇਜ ਸਕਣ, ਤਾਂ ਕਿ ਮੈਨੂੰ ਐਟਲੀਸਟ ਪਤਾ ਲੱਗੇ ਕਿ ਉਹਨਾਂ ਨੇ ਕਿਹੜੇ ਟੈਸਟ ਕਰਾਏ ਹੈ, ਕਿਹੜੇ ਟੈਸਟ ਦੇ ਆਧਾਰ ਤੇ ਉਹਨਾਂ ਨੇ ਡਾਇਗਨੋਸਿਸ ਬਣਾਇਆ। ਜੀ ਜੀ ਜੀ। ਜਿਹੜੀ ਸਭ ਤੋਂ ਦੇਸੀ ਨੁਸਖਾ ਮੈਂ ਜੋ ਦੇ ਸਕਦਾ ਇਹਨਾਂ ਨੂੰ, ਤੁਹਾਡੇ ਦੇਸੀ ਨੁਸਖੇ ਦੀ ਮੈਂ ਗੱਲਬਾਤ ਕਰਾਂਗਾ, ਸਾਡੇ ਫੋਨ ਕੱਟਿਆ ਗਿਆ, ਦਰਸ਼ਕ ਜੁੜੇ ਸੀਗੇ। ਜੀ ਜੀ ਦੱਸੋ। ਹਾਂ ਜੇ ਮੈਂ ਦੇਸੀ ਨੁਸਖੇ ਅਜੇ, ਕਿਉਂਕਿ ਮੈਂ ਨਹੀਂ ਇਹਨਾਂ ਦੀ ਰਿਪੋਰਟਾਂ ਪੜ੍ਹੀਆਂ, ਜਿਹੜੀ ਚੀਜ਼ ਇਹਨਾਂ ਨੂੰ ਸਭ ਤੋਂ ਜ਼ਿਆਦਾ ਹੈਲਪ ਕਰ ਸਕਦੀ ਹੈ ਉਹ ਹੈ ਸਵਿਮਿੰਗ। ਸਵਿਮਿੰਗ ਠੀਕ ਹੈ, ਪਰ ਏਜ ਉਹਨਾਂ ਦੀ ਕਾਫੀ ਹੈ। ਕੋਈ ਗੱਲ ਨਹੀਂ, ਇਹ ਸਵਿਮਿੰਗ ਵਾਸਤੇ ਕੋਈ ਏਜ ਨਹੀਂ, 80 ਸਾਲ ਦਾ ਬੰਦਾ ਵੀ ਸਵਿਮਿੰਗ ਕਰਦਾ ਹੈ। ਅੱਛਾ ਅੱਛਾ। ਤੇ ਸਵਿਮਿੰਗ ਇੱਕ ਐਸਾ ਫੈਕਟਰ ਹੈ ਜਿਹਦੇ ਵਿੱਚ ਆਲ ਜੁਆਇੰਟ ਮੋਬਿਲਿਟੀ ਹੁੰਦੀ ਹੈ। ਸੋ ਨੈਕ ਟੂ ਟੋ ਯੋਰ ਹੋਲ ਬੋਡੀ ਇਜ਼ ਇਨਵੋਲਵਡ ਐਂਡ ਆਲ ਜੁਆਇੰਟਸ ਦੇ ਬਿਕਮ ਐਕਟਿਵ। ਠੀਕ ਹੈ। ਨਾਲ ਦੇ ਨਾਲ ਇਹਦੇ ਵਿੱਚ ਮਸਲ ਸਟਰੈਂਥਨਿੰਗ ਪਾਰਟ ਇਜ਼ ਆਲਸੋ ਵੈਰੀ ਗੁੱਡ। ਜੀ ਜੀ ਜੀ। ਠੀਕ ਹੈ। ਤੋ 90% ਆਫ ਦੀ ਕੰਪੋਨੈਂਟ ਆਫ ਦਿਸ ਪਰਟੀਕੁਲਰ ਪ੍ਰੋਬਲਮ ਵਿਚ ਹੀ ਇਜ਼ ਟੈਲਿੰਗ ਕਿ ਇਦਾਂ ਜੀ ਪ੍ਰੈਜੈਂਟੇਸ਼ਨ ਹੈ, ਇਹ ਸਵਿਮਿੰਗ ਕਾਊਂਟਰ ਕਰੇਗਾ। ਜੀ ਜੀ, ਆਪਣੀ ਗੱਲਬਾਤ ਚੱਲ ਰਹੀ ਹੈ, ਬ੍ਰੇਕ ਦਾ ਵੇਲਾ ਚੱਲਿਆ। ਬ੍ਰੇਕ ਤੋਂ ਬਾਅਦ ਪੂਨਮ ਜੀ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਇਸ ਤੇ ਅੱਗੇ ਵੀ ਚਰਚਾ ਕਰਾਂਗੇ, ਪਰ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਛੇਤੀ ਮੁੜਦੇ ਹਾਂ। मुझे फैमिली स्पॉन्सर करना, कैसे अच्छे से इमिग्रेशन कंपनी का नंबर बोलो जे। आईसीसी इमिग्रेशन MD RD नु मिलो, तोनु सही सलाह दे के तोड़ा केस बहुत जल्दी फाइल कर देंगे। MD या RD? ओ आईसी। आईसी नहीं, ICC। ओके, एड्रेस बोलो। 1137 डेरी रोड ईस्ट मिसिसागा, टेलीफोन 905-400-8-24-24। ओ आईसी। फिर आईसी? ICC बोलो। ICC इमिग्रेशन 905-461-24-24। हाँ, एद्दा बढ़दी गल। आईआईओ। ਟਰਾਂਸਪੋਰਟ ਦੀ ਦੁਨੀਆ ਦੇ ਵਿੱਚ ਵੱਖਰੀ ਮਿਸਾਲ ਪੈਦਾ ਕੀਤੀ ਹੈ ਚਾਰਜਰ ਲੌਜਿਸਟਿਕ ਨੇ। ਬੜੀ ਸ਼ਾਨੋ ਸ਼ੌਕਤ ਤੇ ਪੂਰੀ ਸੇਫਟੀ ਦੇ ਨਾਲ ਚੱਲਦੇ ਹਨ। ਨਵੇਂ ਟਰੱਕ ਅਤੇ ਟ੍ਰੇਲਰ ਨਾਰਥ ਅਮਰੀਕਾ ਵਿੱਚ 18 ਤੋਂ ਵੀ ਵੱਧ ਲੋਕੇਸ਼ਨ ਤੋਂ ਚੱਲਦੇ ਹਨ। ਵਿਦ ਇਨ ਕੈਨੇਡਾ, ਕੈਨੇਡਾ ਟੂ USA, ਵਿਦ ਇਨ USA ਡੈਡੀਕੇਟ ਲੇਨਸ ਸਾਰਾ ਸਾਲ ਚੱਲਦੀਆਂ ਹਨ। ਮਰਜ਼ੀ ਦੀ ਡਿਸਪੈਚ ਤੇ ਮਰਜ਼ੀ ਦੇ ਮਾਇਲ ਮਿਲਦੇ ਹਨ, ਉਹ ਵੀ ਬੈਸਟ ਰੇਟ ਤੇ। ਇਹਨਾਂ ਵੱਲੋਂ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਹਨ। ਓਨਰ ਆਪਰੇਟਰ ਟਰੱਕਾਂ ਦੀ ਸਰਵਿਸ ਇਹਨਾਂ ਦੇ ਗਰਾਜ ਦੇ ਵਿੱਚ ਹੀ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਚਾਰਜਰ ਲੌਜਿਸਟਿਕ ਦੇ ਨਾਲ। ਕੀ ਤੁਸੀਂ ਵੀ ਕੋਈ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਫਿਰ ਵੇਚਣ ਬਾਰੇ ਸੋਚ ਰਹੇ ਹੋ? ਸਵਾਲ ਤੁਹਾਡੀ ਜ਼ਿੰਦਗੀ ਭਰ ਦੀ ਇਨਵੈਸਟਮੈਂਟ ਦਾ ਹੈ, ਤਾਂ ਅੱਖਾਂ ਬੰਦ ਕਰਕੇ ਕਿਸੇ ਤੇ ਵੀ ਵਿਸ਼ਵਾਸ ਨਾ ਕਰੋ। ਰੀਅਲ ਸਟੇਟ ਸੰਬੰਧੀ ਕਿਸੇ ਵੀ ਸਲਾਹ ਲਈ ਅੱਜ ਹੀ ਬ੍ਰੋਕਰ ਬਲਵਿੰਦਰ ਸਿੰਘ ਜਾਂ ਹੈਰੀ ਸਿੰਘ ਨਾਲ ਸੰਪਰਕ ਕਰੋ। ਮਲਟੀ ਅਵਾਰਡ ਵਿਨਰ, ਟੌਪ ਪ੍ਰੋਡਿਊਸਰ, ਟੌਪ ਲਿਸਟਰ, ਅੱਜ ਹੀ ਕਾਲ ਕਰੋ ਬਲਵਿੰਦਰ ਸਿੰਘ। ਫੋਨ 416-827-3609, ਹੈਰੀ ਸਿੰਘ 416-562-0095। ਫਰੈਡਰਿਕ ਮੈਂਟਨ ਇੰਟਰਨੈਸ਼ਨਲ ਸਕੂਲ, ਐਜੂਕੇਸ਼ਨ ਰੀਡਿਫਾਈਨ, ਉਹ ਸਕੂਲ ਜਿੱਥੇ ਹੋਏਗਾ ਤੁਹਾਡੇ ਬੱਚੇ ਦਾ ਸਰਵਪੱਖੀ ਵਿਕਾਸ। ਕਿੰਡਰਗਾਰਟਨ ਤੋਂ ਕਲਾਸ 12 ਤੱਕ ਸਾਰੀਆਂ ਕਲਾਸਿਸ, ਛੋਟੇ ਕਲਾਸ ਸਾਈਜ਼ ਤੇ ਪੂਰੀ ਅਟੈਂਸ਼ਨ। ਬੱਚਿਆਂ ਦੇ ਹਾਰਮੋਨੀਅਸ ਡਿਵੈਲਪਮੈਂਟ ਲਈ ਵੱਖਰੇ ਵੱਖਰੇ ਕਲੱਬਸ, ਰੋਬੋਟਿਕ ਕਲੱਬ, ਮੈਥ, ਚੈਸ, ਮਾਰਸ਼ਲ ਆਰਟ, ਯੋਗਾ, ਵੈਸਟਰਨ ਡਾਂਸਿਸ, ਭੰਗੜਾ, ਸਭ ਕੁਝ। ਕਿੰਡਰਗਾਰਟਨ ਤੋਂ ਹੀ ਫ੍ਰੈਂਚ ਕਲਾਸਿਸ ਸ਼ੁਰੂ। ਨੋ, ਸੈੱਲ ਫੋਨਸ ਨਾਟ ਅਲਾਊਡ, ਨੋ ਕੈਲਕੂਲੇਟਰਸ ਟਿਲ 8th ਗ੍ਰੇਡ। ਵਿਜ਼ਿਟ ਅਸ ਐਟ fba.school। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਸਿਮਰਤ ਨੇਚਰ 7-star ਇਮੀਗ੍ਰੇਸ਼ਨ ਐਂਗ ਤੋਂ। ਸਾਡੀ ਫਰਮ ICC RCA ਅਪਰੂਵਡ ਫਰਮ ਹੈ। ਅਸੀਂ ਆਪਣੇ ਕਲਾਇੰਟਸ ਨੂੰ ਓਨੈਸਟ, ਰਿਲਾਇਬਲ ਐਂਡ ਅਫੋਰਡੇਬਲ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਿਮਾਂਸ਼ੀ ਖੁਰਾਨਾ ਅਤੇ ਮੈਂ ਅੱਜ ਆਈ ਹਾਂ 7-star ਇਮੀਗ੍ਰੇਸ਼ਨ ਆਫਿਸ ਦੇ ਵਿੱਚ। ਸਿਮਰਤ ਨੇਚਰ ਮੇਰੇ ਫਰੈਂਡ, ਮੇਰੀ ਫਾਈਲ ਜਿਹੜੀ ਇਹਨਾਂ ਦੇ ਕੋਲ ਪ੍ਰੋਸੈਸ ਦੇ ਵਿੱਚ ਹੈ, ਹਰ ਕੈਟੇਗਰੀ ਦੇ ਵਿੱਚ ਡੀਲ ਕਰਦੇ ਨੇ। ਐਜ ਯੂ ਨੋ ਕਿ ਮੈਂ ਬਿਲਕੁਲ ਹੀ ਬਿਲਕੁਲ ਔਥੈਂਟਿਕ ਪਰਸਨ ਨੂੰ ਸਪੋਰਟ ਕਰਦੀ ਹਾਂ, ਸੋ ਐਟਲੀਸਟ ਇੱਕ ਚਾਂਸ ਦੇਵੋ। ਐਜ ਅਸੀਂ ਇੰਟਰਨੈਸ਼ਨਲ ਸਟੂਡੈਂਟਸ, ਵਰਕ ਪਰਮਿਟ ਹੋਲਡਰਸ, ਉਹਨਾਂ ਨੂੰ ਸਪੈਸ਼ਲੀ ਧਿਆਨ 'ਚ ਰੱਖਦੇ ਹੋਏ ਇੰਸਟਾਲਮੈਂਟਸ ਵਿੱਚ ਵੀ ਕਾਫੀ ਪਲੈਨਸ ਹੈਗੇ ਨੇ ਜਿਹਦੇ ਵਿੱਚ ਉਹ ਪੇ ਕਰ ਸਕਦੇ ਨੇ। ਜੇ ਤੁਸੀਂ ਵੀਕਡੇਜ਼ ਵਿੱਚ ਬਿਜ਼ੀ ਹੋ ਤਾਂ ਅਸੀਂ ਵੀਕਐਂਡ 'ਤੇ ਵੀ ਓਪਨ ਹੁੰਦੇ ਹਾਂ। ਅਸੀਂ ਆਪਣੇ ਕਲਾਇੰਟਸ ਨੂੰ ਬਹੁਤ ਹੀ ਟਾਈਮਲੀ ਮੈਨਰ ਵਿੱਚ ਅਪਡੇਟਸ ਪ੍ਰੋਵਾਈਡ ਕਰਦੇ ਹਾਂ। ਜੇ ਤੁਹਾਡਾ ਕੋਈ ਵੀ ਕੁਐਸਚਨ ਹੈ, ਕੋਈ ਵੀ ਤੁਹਾਡਾ ਕੰਸਰਨ ਹੈ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਐਟ 905-846-0707। ਐਸ ਕਲਾਇੰਟ ਇਜ਼ ਆਰ ਪ੍ਰਾਇਰਟੀ, ਯੂ ਵੋਂਟ ਬੀ ਡਿਸਅਪੋਇੰਟਡ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਲਾਈਵ ਪ੍ਰੋਗਰਾਮ ਦੇਖ ਰਹੇ ਹੋ, ਕੇਵਲ ਨੈਟਵਰਕ ਦੇ ਨਾਲ ਨਾਲ ਸੋਸ਼ਲ ਮੀਡੀਆ ਉੱਤੇ ਵੀ ਪ੍ਰੋਗਰਾਮ ਦੇਖ ਰਹੇ ਹੋ। ਸਾਡੇ ਨਾਲ ਡਾਕਟਰ ਪਾਨੂੰ ਪ੍ਰਤਾਪ ਸਿੰਘ ਸਲੂਜ਼ਾ ਦੀ ਮੌਜੂਦ ਨੇ, ਜੋ ਜੋੜਾਂ ਦੇ ਜਿਹੜੇ ਮਾਹਰ ਨੇ। ਅਤੇ ਜੇ ਤੁਹਾਨੂੰ ਵੀ ਗੋਡਿਆਂ ਜਾਂ ਮੋਢਿਆਂ ਜਾਂ ਕਿਸੇ ਤਰ੍ਹਾਂ ਦਾ ਵੀ ਜੋੜਾਂ ਦਾ ਦਰਦ ਹੈ, ਤਾਂ
ਹੁਣੇ ਕਾਲ ਕਰ ਲਿਓ ਕਿਉਂਕਿ ਹੁਣ ਪ੍ਰੋਗਰਾਮ ਦਾ ਅੱਧਾ ਸਮਾਂ ਲਗਭਗ ਰਹਿ ਗਿਆ। ਜਦੋਂ ਤੁਸੀਂ ਅਖੀਰ ਦੇ ਵਿੱਚ ਪ੍ਰੋਗਰਾਮ ਕਾਲ ਕਰਦੇ ਹੋ ਤਾਂ ਸਾਨੂੰ ਜਵਾਬ ਦੇਣਾ ਥੋੜ੍ਹਾ ਔਖਾ ਹੋ ਜਾਂਦਾ। ਪਵਨ ਪ੍ਰਤਾਪ ਜੀ, ਪੂਨਮ ਜੀ ਨੇ ਜਿਹੜੀ ਸਮੱਸਿਆ ਦੱਸੀ ਉਹਦਾ ਤੁਸੀਂ ਦੱਸਿਆ ਕਿ ਜੋ ਮੈਨੂੰ ਹੁਣ ਤੱਕ ਦੀ ਸਮਝ ਆਇਆ ਕਿ ਇਸ ਦੀ ਹਾਲੇ ਜੜ੍ਹ ਲੱਭਣੀ ਪੈਣੀ ਹੈ ਕਿਉਂਕਿ ਜੜ੍ਹ ਤੱਕ ਜਾਣਾ ਜ਼ਰੂਰੀ ਹੈਗੀ ਹੈ। ਫਿਰ ਵੀ ਮਤਲਬ ਇਸ ਸਮੱਸਿਆ ਦਾ ਹੱਲ ਤੁਹਾਨੂੰ ਕੀ ਨਜ਼ਰ ਆਉਂਦਾ? ਕੁਝ ਜਿਹੜੀ ਜੈਨੇਟਿਕ ਪ੍ਰੋਬਲਮਸ ਹੁੰਦੀਆਂ ਨੇ ਜਾਂ ਜਿਹੜੀ ਹੈਰੀਡੀਟਰੀ ਆਰਥਰਾਈਟਿਸ ਨੇ, ਉਹਨਾਂ ਦੇ ਟਾਈਟਲਸ ਹੁੰਦੇ ਨੇ, ਠੀਕ ਹੈ। ਤੁਸੀਂ ਉਹਨੂੰ ਜੜ੍ਹ ਤੋਂ ਖਤਮ ਨਹੀਂ ਕਰ ਸਕਦੇ, ਬਟ ਉਹਨੂੰ ਵਧਣ ਤੋਂ ਰੋਕ ਸਕਦੇ ਹੋ। ਰੋਕ ਸਕਦੇ ਹਾਂ, ਵਧਣ ਤੋਂ ਰੋਕ ਸਕਦੇ ਹੋ। ਅਤੇ ਜੇ ਅਸੀਂ ਇਹ ਕਹਿੰਦੇ ਹਾਂ ਕਿ ਇਹਦਾ ਟਾਈਟਰ ਬੇਸਿਕ ਟਾਈਟਰ 200-250 ਹੈ, ਠੀਕ ਹੈ, ਇਸ ਤੋਂ ਉੱਤੇ ਨਹੀਂ ਜਾਣਾ ਚਾਹੀਦਾ। ਬਟ ਤੁਹਾਡਾ ਟਾਈਟਰ ਡਾਇਗਨੋਸ ਕਰਨ 'ਤੇ ਪਤਾ ਲੱਗਿਆ ਕਿ 800 ਹੈ, ਠੀਕ ਹੈ ਜੀ, ਇਹਦਾ ਮਤਲਬ ਉਹ ਕਾਫ਼ੀ ਹਾਈ ਲੈਵਲ 'ਤੇ ਤੁਹਾਨੂੰ ਤੰਗ ਕਰ ਰਿਹਾ, ਠੀਕ ਹੈ। ਦਵਾਈਆਂ ਦਾ ਜਿਹੜਾ ਜਿਹੜੀ ਦਵਾਈਆਂ ਦੇ ਵਿੱਚ ਚੱਲਦੀਆਂ ਨੇ, ਉਹ ਦਵਾਈਆਂ ਦਾ ਰੋਲ ਇੰਨਾ ਹੀ ਹੈ ਕਿ ਉਸ ਟਾਈਟਰ ਨੂੰ 800 ਤੋਂ ਘਟਾ ਕੇ 200 ਦੀ ਕੈਟੇਗਰੀ ਵਿੱਚ ਲਿਆ ਕੇ ਖੜੀ ਕਰ ਦੇਣ, ਔਰ ਉਹਦੇ ਬਾਅਦ ਉਸ ਲੈਵਲ ਨੂੰ ਮੇਨਟੇਨ ਕਰ ਦੇਣ, ਠੀਕ ਹੈ। ਉਹ ਦਵਾਈ ਤੁਹਾਨੂੰ ਚੱਲੇਗੀ, ਉਹ ਦਵਾਈਆਂ ਲੈਂਦੇ ਰਹੋ, ਉਸ ਟਾਈਟਰ ਨੂੰ ਨਾ ਵਧਣ ਦਿਓ, ਠੀਕ ਹੈ। ਜੇ ਉਹ ਟਾਈਟਰ ਆਪਣੇ ਲੈਵਲ ਤੇ ਆ ਕੇ ਮੇਨਟੇਨ ਰਹਿੰਦਾ ਵਾ, ਫਿਰ ਐਗਰੇਵੇਟ ਨਹੀਂ ਹੋਏ, ਠੀਕ। ਐਦਾਂ ਦਾ ਕੇਸ ਤੁਹਾਡੇ ਕੋਲ ਪਹਿਲਾਂ ਵੀ ਕਦੇ ਆਇਆ? ਬਥੇਰੇ ਆਉਂਦੇ ਨੇ। ਅੱਛਾ। ਜਿਨ੍ਹਾਂ ਦਾ ਗਠੀਆ ਬਲੱਡ ਵਿੱਚ ਨਹੀਂ ਪਾਇਆ ਜਾਂਦਾ, ਬਥੇਰੇ ਡਾਕਟਰ ਟੈਸਟ ਕਰਦੇ ਨੇ ਔਰ ਉਹ ਕਦੀ ਵੀ ਪੋਜ਼ਿਟਿਵ ਨਹੀਂ ਆਉਂਦਾ, ਬਟ ਉਹ ਪ੍ਰੀਵੇਲ ਕਰਦਾ ਵਾ, ਬਟ ਐਕਸਪੋਜ਼ਡ ਨਹੀਂ ਹੈ, ਠੀਕ ਹੈ। ਜਿਹਨੂੰ ਅਸੀਂ ਜ਼ੀਰੋ ਨੈਗੇਟਿਵ। ਅਜੇ ਕੇਸਾਂ ਦੇ ਵਿੱਚ ਫਿਰ ਤੁਹਾਡੀ ਸਕਸੈਸ ਰੇਸ਼ੋ ਕੀ ਰਹੀ? ਸਕਸੈਸ ਸਿੰਪਟਮਸ ਵਿੱਚ ਮੈਂ ਕਿਹਾ ਕਿ ਤੁਹਾਡੇ ਸਿੰਪਟਮਸ ਕੰਟਰੋਲ ਹੋ ਜਾਣਗੇ, ਜਦ ਉਹ ਛੱਡੋਗੇ ਉਹ ਫਿਰ ਐਗਰੇਵੇਟ ਹੋ ਜਾਣਗੇ। ਤੇ ਇਹ ਕੰਟਰੋਲਡ ਰਹਿਣ, ਇਹਦੇ ਵਾਸਤੇ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਸਭ ਤੋਂ ਬੈਸਟ ਮੋਡੈਲਿਟੀ ਹੈ ਉਹ ਹੈ ਸਵਿਮਿੰਗ, ਠੀਕ ਹੈ ਜੀ। ਸੋ ਸਵਿਮਿੰਗ ਤੁਸੀਂ ਇਹਨਾਂ ਨੂੰ ਦੱਸਿਆ ਕਿ ਮੈਂ ਵੀ ਪੂਨਮ ਜੀ ਨੂੰ ਅਪੀਲ ਕਰਾਂਗਾ ਕਿ ਸਵਿਮਿੰਗ ਕਰਨ ਅਤੇ ਸਾਨੂੰ ਫੀਡਬੈਕ ਵੀ ਜ਼ਰੂਰ ਦੇਣ। ਅਤੇ ਡਾਕਟਰ ਪਾਨੂ ਪ੍ਰਤਾਪ ਸਿੰਘ ਸਲੂਜਾ ਜੀ ਬਹੁਤ ਹੀ ਮਤਲਬ ਮੰਨੇ ਹੋਏ ਡਾਕਟਰ ਨੇ, ਹੱਡੀਆਂ ਦੇ ਮਾਹਰ ਹੈਗੇ ਨੇ, ਅਤੇ ਇਸ ਕਰਕੇ ਅਸੀਂ ਪ੍ਰੋਗਰਾਮ 'ਚ ਬੁਲਾਇਆ ਸੀ। ਜਿਹੜੀ ਖਾਸ ਤੌਰ 'ਤੇ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਬੈਠਾ ਹੁੰਦਾ ਜੀ, ਉਹ ਸਵਾਲ ਇਹ ਹੁੰਦਾ ਕਿ ਇੱਕ ਤਾਂ ਜੇ ਗੋਡਾ ਰਿਪਲੇਸ ਕਰਵਾ ਵੀ ਲੈਂਦੇ ਨੇ, ਉਸ ਤੋਂ ਬਾਅਦ ਪਤਾ ਨਹੀਂ ਫਿਰ ਲੋਟ ਆਏਗਾ ਕੰਮ ਜਾਂ ਨਹੀਂ ਆਏਗਾ, ਕਿਉਂਕਿ ਆਮ ਤੌਰ 'ਤੇ ਅਸੀਂ ਜਦੋਂ ਖਬਰਾਂ ਲਗਾਉਂਦੇ ਹਾਂ ਅਤੇ ਉਹਦੇ 'ਚ ਉਹਨਾਂ ਖਬਰਾਂ ਦੀ ਵੀ ਇੱਕ ਵੱਡੀ ਗਿਣਤੀ ਹੁੰਦੀ ਹੈ ਜਿਹਦੇ ਵਿੱਚ ਇਹ ਖਬਰਾਂ ਆਉਂਦੀਆਂ ਨੇ ਕਿ ਗੋਡਾ ਰਿਪਲੇਸ ਕਰਾਉਣ ਤੋਂ ਬਾਅਦ ਵੀ ਦਰਦ ਤੋਂ ਆਰਾਮ ਨਹੀਂ ਆਇਆ, ਦਰਦ ਜ਼ਿਆਦਾ ਵੱਧ ਗਈ, ਔਰ ਜੋ ਪਹਿਲਾਂ ਦਰਦ ਹੁੰਦੀ ਸੀ ਉਸ ਨਾਲੋਂ ਵੀ ਜ਼ਿਆਦਾ ਦਰਦ ਵੱਧ ਗਈ। ਸੋ ਇੱਕ ਤਾਂ ਇਹ ਕੀ ਰੀਜ਼ਨ ਹੈਗਾ ਕਿ ਕਈ ਵਾਰੀ ਅਜੇ ਕੇਸਾਂ ਦੇ ਵਿੱਚ ਦਰਦ ਪਹਿਲਾਂ ਨਾਲੋਂ ਜ਼ਿਆਦਾ ਵੱਧ ਜਾਂਦੀ ਹੈ, ਅਤੇ ਜਿਹੜੇ ਹੁਣ ਤੱਕ ਤੁਸੀਂ ਗੋਡੇ ਰਿਪਲੇਸ ਕੀਤੇ ਨੇ, ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਕਿ 10 ਸਾਲਾਂ ਦੇ ਵਿੱਚ 12,000 ਤੁਸੀਂ ਗੋਡੇ ਰਿਪਲੇਸ ਕਰ ਚੁੱਕੇ ਹੋ, ਅਤੇ ਉਹਨਾਂ ਦੇ ਵਿੱਚ ਤੁਹਾਡੀ ਸਕਸੈਸ ਰੇਸ਼ੋ ਕੀ ਰਹੀ? ਮੈਂ ਤੁਹਾਡੇ ਸਵਾਲ ਵਿੱਚ ਹੀ ਸਾਰਾ ਜਵਾਬ ਹੈਗਾ। ਮੈਂ ਵਾਰ ਵਾਰ ਇਹ ਕਹਿ ਰਿਹਾ ਕਿ ਇਹ ਇੱਕ ਟੈਕਨੀਕਲ ਵਰਕ ਹੈ, ਇੰਜੀਨੀਅਰਿੰਗ ਹੈ ਪੂਰੀ। ਗੋਡਾ ਬਣਾਉਣਾ ਮਤਲਬ ਇੱਕ ਪੂਰੇ ਢਾਂਚੇ ਨੂੰ ਕ੍ਰੀਏਟ ਕਰਨਾ ਔਰ ਉਹਨੂੰ ਨੈਚੁਰਲ ਗੋਡੇ ਦੇ ਨੀਅਰ ਅਬਾਊਟ ਲਿਆ ਕੇ ਖੜਾ ਕਰ ਦੇਣਾ, ਅਤੇ ਜਿਹੜਾ ਰੱਬ ਨੇ ਗੋਡਾ ਦਿੱਤਾ ਹੈ ਉਹਦੀ ਕੌਨਫਿਗਰੇਸ਼ਨ ਨੂੰ ਸਮਝਦੇ ਹੋਏ ਜੇ ਸਰਜਨ ਉਹਦੀ ਟੈਕਨੀਕਲ ਪਲੇਸਮੈਂਟ ਇਹੋ ਜਿਹੀ ਰੱਖਦਾ ਹੈ ਜੀ ਜੀ ਕਿ ਉਹ ਨੈਚੁਰਲ ਗੋਡੇ ਦੀ ਤਰ੍ਹਾਂ ਕੰਮ ਕਰੇ ਤਾਂ ਉਹਦੀ ਸਕਸੈਸ ਰੇਟ 100% ਹੈ। ਅਤੇ ਮੈਂ ਆਪਣੇ ਲਾਈਫ ਵਿੱਚ ਬਥੇਰੇ ਐਸੇ ਸਰਜਨ ਦੇਖੇ ਨੇ, ਬਥੇਰੇ ਐਸੇ ਡਾਕਟਰ ਦੇਖੇ ਨੇ ਜਿਨ੍ਹਾਂ ਤੋਂ ਅਸੀਂ ਟ੍ਰੇਨਿੰਗ ਲਿੱਤੀ ਹੈ, ਜਿਨ੍ਹਾਂ ਦੇ ਗੋਡੇ 20-20 ਸਾਲ ਚੱਲੇ ਨੇ। ਬਿਲਕੁਲ, ਆਪਣੀ ਗੱਲਬਾਤ ਜਾਰੀ ਰਹੇਗੀ। ਹੈਲੋ ਜਨਾਬ ਅਲੀ, ਮੈਂ ਇੱਕ ਗੁਜ਼ਾਰਿਸ਼ ਸ਼ੇਅਰ ਕਰਨੀ ਹੈ, ਮੈਂ ਅਲਬਰਟ ਨਿਊਯਾਰਕ ਤੋਂ ਅਰਜ਼ ਕਰ ਰਿਹਾ। ਜੀ 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 ਡਾਕਟਰ ਸਾਹਿਬ ਕੋਲ ਇੱਕ ਗੱਲ ਪੁੱਛਣੀ ਹੈ ਮੈਂ, ਅਗਰ ਮੈਨੂੰ ਹੁਕਮ ਦਿਓ ਤੇ। ਹਾਂਜੀ ਹਾਂਜੀ, ਬਿਲਕੁਲ ਪੁੱਛੋ ਜੀ। ਅੱਛਾ, ਗੁਜ਼ਾਰਿਸ਼ ਹੈ, ਮੈਨੂੰ ਡਾਕਟਰ ਨੇ ਸੁਜੈਸਟ ਕੀਤਾ ਸੀ ਕਿ ਮੈਨੂੰ ਉਹ ਕੋਗਲੂ ਭਰਨਾ ਚਾਹੁੰਦਾ, ਕਿਉਂਕਿ ਮੈਨੂੰ ਉਹਨੇ ਲਾਇਆ ਸੀ ਡੀਪੋ ਮਡਰਾਲ ਦੇ 2 ਟੀਕੇ ਦੋਵਾਂ ਗੋਡਿਆਂ ਚ, ਮੈਨੂੰ ਕੋਈ ਫਰਕ ਨਹੀਂ ਪਿਆ। ਫਿਰ ਉਹਨੇ ਕਿਹਾ ਕਿ ਅੱਛਾ ਮੈਂ ਤੇਰਾ ਹੁਣ ਐਸਾ ਕਰਨਾ ਵੀ ਇਹਦੇ ਚ ਗਲੂ ਪਾਉਂਦੇ ਆ, ਲੇਕਿਨ ਉਹ ਮੇਰੀ ਇੰਸ਼ੋਰੈਂਸ ਦੀ ਮਰਜ਼ੀ ਹੈ ਕਿ ਉਹ ਮੈਨੂੰ ਇਜਾਜ਼ਤ ਦਿੰਦੀ ਹੈ ਨਹੀਂ, ਲੇਕਿਨ ਮੈਂ ਪਹਿਲੇ ਇਜਾਜ਼ਤ ਲਵਾਂਗਾ ਉਹਦੇ ਕੋਲੋਂ। ਮੈਂ ਠੀਕ ਹੈ, ਹੁਣ ਮੈਂ ਉਸ ਪੋਜੀਸ਼ਨ ਦੇ ਵਿੱਚ ਹਾਂ ਕਿ ਉਹ ਸ਼ਾਇਦ ਕਿਸੇ ਵੇਲੇ ਵੀ ਕਾਲ ਕਰੇ ਮੈਨੂੰ ਕਿ ਬਈ ਤੂੰ ਮਤਲਬ ਹੈ ਗਲੂ ਆ ਕੇ ਭਰਾ ਲੈ, ਕਿਆ ਉਹਦੇ ਨਾਲ ਕੋਈ ਫਾਕਾ ਹੋਏਗਾ? ਮੈਂ ਚੁੱਕੇ ਐਸਾ ਬੰਦਾ ਵਾ ਤੇ ਮਤਲਬ ਸਾਡੇ ਫੈਮਿਲੀ ਬਿਮਾਰੀ ਹੈ, ਮੇਰੇ ਦਾਦੇ ਨੂੰ ਵੀ ਸੀ, ਮੇਰੇ ਵਾਲਦ ਸਾਹਿਬ ਨੂੰ ਵੀ ਸੀ ਇਹ ਅਥਾਈਟਿਸ ਦੀ, ਹੁਣ ਸਾਡੇ ਚ ਵੀ ਆ ਗਈ ਹੈ, ਠੀਕ ਹੈ ਜੀ। ਉਹ ਡਾਕਟਰ ਸਾਹਿਬ ਦੇ ਮੁਤਾਬਕ ਇਹ ਹੈ ਕਿ ਉਹ ਕਹਿੰਦੇ ਕਿ ਠੀਕ ਹੈ ਤੁਹਾਡੀ ਗਰੰਟੀ ਖਤਮ ਹੈ। ਉਹ ਸਾਡੀ ਪੰਜਾਬੀ ਦਾ ਨਾ ਕਿ ਅਸੀਂ ਹੁਣ 15 ਸਾਲਾਂ ਦੇ ਹੋ ਗਏ ਆ, ਤੁਹਾਡਾ ਹੁਣ ਟਾਈਮ ਖਤਮ ਹੋ ਗਿਆ। ਬਿਲਕੁਲ ਜੀ, ਹੈ ਜੀ। ਸਾਡਾ ਜਿਹੜਾ ਬਾਕੀ ਬੱਚੇ ਦਾ ਜੇ ਹੈ ਕੋਈ 2-4 ਸਾਲ ਬਚੇ ਨੇ, ਤੇ ਡਾਕਟਰ ਸਾਹਿਬ ਨੂੰ ਪੁੱਛੋ ਕਿ ਕਿਹਾ ਅਸੀਂ ਬਿਹਤਰ ਹੋ ਸਕਦੇ ਹਾਂ, ਤੁਸੀਂ ਬਿਹਤਰ ਹੋ ਸਕਦੇ ਹੋ ਤੇ ਮੈਂ ਤੁਹਾਡੀ ਜਵਾਂਗੇ। ਬਿਲਕੁਲ, ਪਾਨੂ ਪ੍ਰਤਾਪ ਜੀ ਨਾਲ ਤੁਹਾਡੀ ਗੱਲ ਕਰਵਾ ਰਿਹਾ ਸਰ, ਦੱਸੋ ਜੀ। ਸਵਾਲ ਮੇਰੇ ਸਰ ਉਹੀ ਰਹਿਣਗੇ, ਪਹਿਲਾਂ ਆਪਣੀ ਮੈਨੂੰ ਏਜ ਦੱਸਣ,
ਦੂਜਾ ਆਪਣਾ ਵੇਟ ਦੱਸਣ, ਤੀਜਾ ਮੈਨੂੰ ਇਹ ਦੱਸਣ ਕਿ ਇਹ ਕੰਮ ਕੀ ਕਰਦੇ ਨੇ, ਚੌਥਾ ਥੋੜਾ ਜਿਹਾ ਆਪਣੀ ਲਾਈਫ ਸਟਾਈਲ ਨਹੀਂ। ਇਹ ਤੁਹਾਨੂੰ ਮੈਂ ਦੱਸਦਾ ਕਿ ਨਿਊਯਾਰਕ ਤੋਂ ਜਿਹੜਾ ਪਹਿਲਾਂ ਫੋਨ ਆਇਆ ਸੀ 72 ਸਾਲ ਇਹਨਾਂ ਦੀ ਏਜ ਹੈ, ਖਲੋ ਕੇ ਕੰਮ ਉਹੀ ਬੰਦੇ ਨੇ। ਹਾਂਜੀ ਉਹੀ ਨੇ, ਉਹੀ ਬੰਦੇ ਨੇ, ਠੀਕ ਹੈ। ਮੈਂ ਉਹੀ ਗੱਲ ਕੀਤੀ ਹੈ, ਦੇਖੋ ਅੱਜ ਕੱਲ੍ਹ ਨਿਊਅਰ ਇਨਵੈਂਸ਼ਨ ਔਰ ਨਿਊਅਰ ਟ੍ਰੀਟਮੈਂਟਸ ਹੈਗੇ, ਠੀਕ ਹੈ। ਬਥੇਰੇ ਲੋਕ ਬਥੇਰੇ ਸੈਂਟਰਸ ਇਹ ਵਜੇ ਚੀਜ਼ਾਂ ਤੇ ਕੰਮ ਕਰ ਰਹੇ ਨੇ, ਜੋ ਇਹ ਕਹਿ ਰਿਹਾ ਕਿ ਤੁਸੀਂ ਠੀਕ ਹੋ ਜਾਓਗੇ ਜੀ ਜੀ। ਹੁਣ ਉਹਦੇ ਵਿੱਚ ਗਲੂ ਕਹਿ ਲਓ, ਉਹਦੇ ਵਿੱਚ ਸਟੈਮ ਸੈਲ ਥੈਰੇਪੀ ਕਹਿ ਲਓ, ਠੀਕ ਹੈ। ਬਟ ਹਾਲੇ ਵੀ ਇਹ ਜਿਹੜੀ ਚੀਜ਼ਾਂ ਨੇ, ਦੇ ਆਰ ਆਲ ਅੰਡਰ ਟ੍ਰਾਇਲ ਬੇਸਿਸ, ਠੀਕ ਹੈ ਜੀ। ਤੇ ਜੇ ਇਹ ਜਿਹੜਾ ਡਾਕਟਰ ਇਹਨਾਂ ਨੂੰ ਹੁਕਮ ਕਰੋ ਡਾਕਟਰ ਸਾਹਿਬ ਤੇ ਕਿਹਾ ਸਾਨੂੰ ਦਿੰਦਾ ਰਹਿ ਨਾ ਕਰਿਆ ਕਿ ਤਾਂ ਬਾਕੀ ਜੇ ਖਤਮ ਹੋ ਗਿਆ। ਤੇ ਜਿਹੜੇ ਡਾਕਟਰ ਦੀ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਗਲੂ ਕਰਦੇ ਹਾਂ, ਤੇ ਮੇਰੀ ਇਹਨਾਂ ਤੋਂ ਇਹੀ ਗੁਜ਼ਾਰਿਸ਼ ਹੈ ਕਿ ਉਹ ਡਾਕਟਰ ਸਾਹਿਬ ਕੋਲ ਜਾਣ, ਉਹਨਾਂ ਨੂੰ ਇਹ ਕਹਿਣ ਕਿ ਡਾਕਟਰ ਸਾਹਿਬ ਤੁਹਾਨੂੰ ਕੋਈ ਦਿੱਕਤ ਨਹੀਂ ਗਲੂ ਕਰਵਾਉਣ ਵਿੱਚ, ਤੁਸੀਂ ਮੈਨੂੰ ਆਪਣੇ 4-5 ਪੇਸ਼ੈਂਟ ਐਸੇ ਦੇ ਦਿਓ ਜਿਹਦਾ ਤੁਸੀਂ ਗਲੂ ਪਾਈ ਸੀ ਔਰ ਉਹਨੇ ਬੜੇ ਚੰਗੀ ਤਰੀਕੇ ਨਾਲ 8-10 ਸਾਲ ਨਿਕਾਲ ਲਿੱਤੇ, ਠੀਕ ਹੈ, ਠੀਕ ਹੈ। ਜੇ ਨਿਊਯਾਰਕ ਵਿੱਚ ਬੈਠੇ ਨੇ, ਬਾਹਰ ਬੈਠੇ ਨੇ, ਤੇ ਅਸੀਂ ਜਿਹੜਾ ਪੜ੍ਹਦੇ ਹਾਂ ਕਿ ਅੱਜ ਦੀ ਡੇਟ ਵਿੱਚ ਉੱਥੇ ਦੀ ਲਾਈਫ ਐਕਸਪੈਕਟੈਂਸੀ ਇਜ਼ 90+, ਜੀ ਜੀ, ਠੀਕ ਹੈ। ਉੱਥੇ ਰਹਿਣ ਸਹਿਣ, ਖਾਣਾ, ਪੋਲਿਊਸ਼ਨ ਨਹੀਂ, ਇਹ ਸਾਰੀ ਚੀਜ਼ਾਂ ਉੱਥੇ ਹੈਲਪ ਕਰਦੀ ਹੈ ਲੌਂਜੀਵਿਟੀ ਵਾਸਤੇ, ਐਂਡ ਐਟ ਦਾ ਸੇਮ ਟਾਈਮ ਮੈਡੀਕਲ ਏਡਸ ਉੱਥੇ ਬੈਟਰ ਨੇ, ਠੀਕ ਹੈ। ਹੁਣ 72 ਤੋਂ 90 ਦਾ ਸਫ਼ਰ, ਮਤਲਬ 18 ਸਾਲ, 18 ਸਾਲ, ਠੀਕ ਹੈ, ਠੀਕ ਹੈ। ਹੁਣ ਮੈਂ ਇੱਕ ਬੜੀ ਲੇਮੈਨ ਦੀ ਤਰ੍ਹਾਂ ਗੱਲ ਕਰ ਰਿਹਾ, ਇਹ ਮੇਰੇ ਹੱਥ ਵਿੱਚ ਨਹੀਂ ਹੈ, ਕਿਸੇ ਦੇ ਹੱਥ ਵਿੱਚ ਨਹੀਂ ਅਸੀਂ ਕਿੰਨਾ ਜੀਣਾ, ਠੀਕ ਹੈ। ਕਿਸੇ ਜੇ ਅਸੀਂ ਇੰਨੇ ਅੰਤਰਯਾਮੀ ਹੋ ਜਾਂਦੇ ਕਿ ਮੈਂ 2 ਸਾਲ ਹੀ ਜੀਣਾ ਹੈ ਤੇ ਮੇਰੇ ਕੱਢ ਜਾਣ 2 ਸਾਲ, ਫਿਰ ਤੇ ਗਲੀ ਕੀ ਸੀਗੀ ਜੀ ਜੀ ਜੀ। ਤੇ ਮੈਂ ਇਹਨਾਂ ਨੂੰ ਪ੍ਰਾਇਰਟੀ ਦਿੰਦਾ ਕਿ ਰੱਬ ਸੁੱਖ ਰੱਖੇ 90 ਸਾਲ ਤੱਕ ਔਰ ਉਸ ਤੋਂ ਵੀ ਜ਼ਿਆਦਾ ਜਾਣ, ਤੇ ਜੇ 90 ਸਾਲ ਤੋਂ ਉੱਤੇ ਜੀਣਾ ਹੈ ਤੇ ਸਾਡੇ 18 ਸਾਲ ਹੈਗੇ ਜੀ ਜੀ, 18 ਸਾਲ ਤੇ ਕਿਹੜੀ ਵੀ ਗਲੂ ਔਰ ਕਿਹੜੀ ਵੀ ਮਿਆਦ ਤੁਹਾਨੂੰ ਠੀਕ ਨਹੀਂ ਰੱਖ ਸਕਦੀ। ਮੇਰਾ ਗੁਜ਼ਾਰਿਸ਼ ਇਹੀ ਹੈ, ਜੇ ਉਹ ਗੋਡਾ ਪੂਰੀ ਤਰ੍ਹਾਂ ਭੁੰਨ ਚੁੱਕਿਆ ਹੈ, ਜੇ ਇਹ ਕਹਿ ਰਹੇ ਨੇ ਕਿ ਜਵਾਬ ਦੇ ਚੁੱਕਿਆ, ਦੂਜਾ ਇਹ ਕਹਿ ਰਹੇ ਨੇ ਹੈਰੀਡੀਟਰੀ ਹੈ, ਖਾਨਦਾਨੀ ਹੈ, ਮੇਰੇ ਦਾਦੇ ਜੀ ਨੂੰ ਵੀ ਸੀ, ਫਾਦਰ ਸਾਹਿਬ ਨੂੰ ਵੀ ਸੀ, ਜਨਰੇਸ਼ਨ ਟੂ ਜਨਰੇਸ਼ਨ ਹੈ, ਤੇ ਹੀ ਸ਼ੁੱਡ ਲੁੱਕ ਫਾਰ ਅ ਪਰਮਨੈਂਟ ਸੋਲਿਊਸ਼ਨ ਬਿਕੋਜ਼ ਹੀ ਇਜ਼ ਰਨਿੰਗ ਸ਼ਾਰਟ ਆਫ ਏਜ ਨਾਓ। ਸੋ ਮੈਂ ਮੁਕਦੀ ਗੱਲ ਇਹ ਪੁੱਛਣਾ ਚਾਹੁੰਦਾ, ਕਿਉਂਕਿ ਉਹ ਵੀ ਲਾਈਨ ਤੇ ਨੇ, ਤੁਹਾਡੇ ਕੋਲ ਇਹਦਾ ਸੋਲਿਊਸ਼ਨ ਹੈ? ਸੋਲਿਊਸ਼ਨ ਹੈ, ਮੈਨੂੰ ਮੈਂ ਉਹੀ ਕਿਹਾ, ਮੈਨੂੰ ਐਕਸਰੇ ਦੇਖਣ ਦਿਓ, ਜੇ ਉਹ ਪੂਰੀ ਤਰੀਕੇ ਨਾਲ ਡੈਮੇਜ ਹੈ, ਦੈਨ ਆਈ ਵਿਲ ਗਿਵ ਹਿਮ 20 ਗੁੱਡ ਇਅਰਸ ਪੇਨ ਫ੍ਰੀ, ਬਟ ਦੈਟ ਇਜ਼ ਨੀ ਰਿਪਲੇਸ। ਸਰ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਜਿਹੜਾ ਇਹੀ ਪ੍ਰੋਗਰਾਮ ਹੈਗਾ, ਇਹ ਟੋਰਾਂਟੋ ਦੇ ਸਮੇਂ ਮੁਤਾਬਕ ਰਾਤ 9 ਵਜੇ ਦੁਬਾਰਾ ਰਿਪੀਟ ਹੋਏਗਾ, ਤੇ ਉਸ ਦੇ ਵਿੱਚ ਤੁਸੀਂ ਡਾਕਟਰ ਭਾਨੂ ਪ੍ਰਤਾਪ ਸਿੰਘ ਸਲੂਜਾ ਦਾ ਨੰਬਰ ਵੀ ਦਿੱਤਾ ਹੋਏਗਾ, ਤੁਸੀਂ ਉਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਲੈਣਾ ਤੇ ਆਪਣੀ ਜਿਹੜੀ ਰਿਪੋਰਟਾਂ ਹੈਗੀਆਂ ਉਹ ਇੱਕ ਵਾਰੀ ਇਹਨਾਂ ਨੂੰ ਜ਼ਰੂਰ ਭੇਜ ਦੇਣਾ ਜੀ, ਠੀਕ ਹੈ ਸਰ। ਹੈਲੋ, ਮੈਨੂੰ ਲੱਗਦਾ ਕੋਈ ਉਹ ਟੀ ਵੀ ਵਾਲੇ ਸੁਣ ਰਹੇ ਨੇ ਤੁਹਾਡੀ ਗੱਲ, ਸੋ ਜੋ ਤੁਸੀਂ ਟੀ ਵੀ 'ਤੇ ਸੁਣ ਲਿਓ ਤਾਂ ਜੋ ਮੈਂ ਗੱਲ ਕਹੀ ਹੈ ਉਹ ਥੋੜ੍ਹਾ ਜਿਹਾ ਜ਼ਰੂਰ ਉਸ 'ਤੇ ਗੌਰ ਕਰਿਓ ਜੀ। ਕਾਫੀ ਪ੍ਰੋਬਲਮ ਦੇ ਵਿੱਚ ਲੱਗਦੇ ਨੇ, ਔਰ ਦੂਸਰੀ ਗੱਲ ਹੈਗੀ ਹੈ ਕਿ ਖੁਸ਼ ਨੇ ਕਾਫੀ, ਇੰਨੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਖੁਸ਼ ਹੈਗੇ ਨੇ। ਉਹ ਕਹਿੰਦੇ ਨੇ ਜੋ ਵੀ ਜ਼ਿੰਦਗੀ ਬਚੀ ਹੈ ਉਹ ਬੜੇ ਸੋਹਣੇ ਢੰਗ ਨਾਲ ਜੀਣ ਉਹਨਾਂ ਦੇ। ਦੇਖੋ, ਸਮਝਣ ਨੂੰ ਨਾ ਉਹਨੂੰ ਸਮਝਣਾ ਪੈਣਾ ਹੈ ਲੋਕਾਂ ਨੂੰ ਨਾ, ਕਿ ਇਹ ਗੋਡਾ ਔਰ ਹਾਰਟ ਇਹਨਾਂ ਦਾ ਦੋਨਾਂ ਦਾ ਆਪਸ ਵਿੱਚ ਇੱਕ ਇਨਡਾਇਰੈਕਟ ਰਿਲੇਸ਼ਨ ਹੈ। ਹੁਣ ਮੈਂ ਤੁਹਾਨੂੰ ਕਹਿੰਦਾ ਕਿ ਬੰਦੇ ਨੂੰ ਹਾਰਟ ਵਿੱਚ ਪੇਨ ਆ ਗਿਆ ਜੀ ਜੀ ਜੀ, ਔਰ ਇਹ ਡਾਇਗਨੋਸ ਹੋ ਗਿਆ ਹਾਰਟ ਅਟੈਕ ਹੋਇਆ, ਬੰਦਾ ਨਾ ਇੱਧਰ ਦੇਖੇਗਾ ਨਾ ਉੱਧਰ ਦੇਖੇਗਾ, ਸਿੱਧੇ ਆਪਰੇਸ਼ਨ ਥੀਏਟਰ ਦੇਖੇਗਾ, ਡਾਕਟਰ ਕਹੇਗਾ ਡਾਕਟਰ ਸਾਹਿਬ ਜੋ ਕਰਨਾ ਹੈ ਕਰੋ, ਪਾਣਾ ਹੈ ਪਾਓ, ਸਟੈਂਟ ਪਾਣਾ ਹੈ, ਬਾਈਪਾਸ ਕਰਨੀ ਹੈ, ਜੋ ਕਰਨਾ ਮੈਨੂੰ ਬਚਾਓ, ਕਿਉਂਕਿ ਐਮਰਜੈਂਸੀ ਹੈ, ਠੀਕ ਹੈ ਜੀ। ਗੋਡੇ ਦੇ ਨਾਲ ਐਮਰਜੈਂਸੀ ਨਹੀਂ ਫੀਲ ਕਰਦੇ, ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਗੋਡਾ ਵੇਟ ਨਹੀਂ ਲਏਗਾ ਤੇ ਉਹ ਕਮਰ ਨੂੰ ਵੇਟ ਦੇਗਾ, ਜੋ ਮੈਂ ਪਹਿਲੀ ਗੱਲ ਕੀ, ਇਹ ਰਾਜਾ ਹੈ, ਇਹਨੇ ਆਪਣੀ ਪ੍ਰਜਾ ਨੂੰ ਦੇ ਦੇਣਾ ਆਪਣਾ ਕੰਮ। ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਹਾਂਜੀ, ਅਸੀਂ ਕੈਨੇਡਾ ਤੋਂ ਬੋਲਦੇ ਹਾਂ ਜੀ, ਤੇ ਮੇਰੇ ਪੈਰ ਦੇ ਵਿੱਚ ਬਹੁਤ ਸੋਜ ਆ ਜਾਂਦੀ ਆ ਤੇ ਮੋਢੇ ਵੀ ਬਹੁਤ ਦੁਖਦੇ ਆ ਦੋਨੋਂ ਹੀ ਨਾ, ਪਲੀਜ਼ ਇਹਨਾਂ ਬਾਰੇ ਸੋਜ ਕਿਉਂ ਆਉਂਦੀ ਆ ਤੇ ਇਹਨਾਂ ਬਾਰੇ ਦੱਸਣਾ ਪਲੀਜ਼। ਅੱਛਾ ਜੀ, ਇਹਨਾਂ ਬਾਰੇ ਦੱਸ ਦਾਂਗੇ, ਪਹਿਲਾਂ ਸਭ ਤੋਂ ਪਹਿਲਾਂ ਆਪਣੀ ਉਮਰ ਦੱਸ ਦਿਓ ਸਾਨੂੰ। ਹਾਂਜੀ, ਉਮਰ ਮੇਰੀ 64 ਹੈ। ਭਾਰ ਕਿੰਨਾ ਤੁਹਾਡਾ? 160 ਪਾਉਂਡ ਹੈਗਾ, ਠੀਕ ਹੈ ਜੀ। ਤੁਸੀਂ ਪੁੱਛਣਾ ਚਾਹੁੰਦੇ ਕੁਝ? ਵਹੀ ਵਰਕਿੰਗ ਨੇ, ਨਾਨ ਵਰਕਿੰਗ ਨੇ, ਲਾਈਫ ਸਟਾਈਲ ਕੀ? ਲਾਈਫ ਸਟਾਈਲ ਬਾਰੇ ਥੋੜ੍ਹਾ ਦੱਸ ਦਿਓ, ਮਤਲਬ ਕਿ ਵਰਕਿੰਗ ਹੋ ਜਾਂ ਨਾਨ ਵਰਕਿੰਗ ਹੋ ਗਈ ਹੋ, ਤੇ ਜਿਹੜੀ ਪ੍ਰੋਬਲਮ ਹੈਗੀ ਕਿੰਨੇ ਸਮੇਂ ਤੋਂ ਆਈ ਹੈ? ਹੁਣੀ ਸਾਲ ਕੁ ਤੋਂ, 6 ਮਹੀਨੇ ਤੋਂ ਆ ਰਹੀ ਹੈ ਜੀ, 6 ਮਹੀਨੇ ਤੋਂ, ਰਾਈਟ? ਅੱਛਾ ਜੀ, ਤੇ
ਉਹਨਾਂ ਦਾ ਕਹਿਣਾ ਕਿ ਮੈਂ ਸਾਲ 6 ਮਹੀਨੇ ਤੋਂ ਆ ਰਹੀ ਪਰ ਜੋ ਮੈਨੂੰ ਲੱਗਦਾ ਕਿ ਉਹਨਾਂ ਦੀ ਗੱਲਬਾਤ ਤੋਂ ਲੱਗ ਰਿਹਾ ਕਿ ਨਾਨ ਵਰਕਿੰਗ ਹੈਗੇ ਨੇ ਉਹ ਠੀਕ ਹੈ ਦੇਖੋ ਪਹਿਲੀ ਗੱਲ 64 ਸਾਲ ਦੀ ਉਮਰ ਜੀ ਜੀ ਤੇ ਪਹਿਲੀ ਜਿਹੜੀ ਆਪਾਂ ਡਿਸਕਸ਼ਨ ਕੀਤੀ ਹੈ ਕਿ ਨਾਓ ਸ਼ੀ ਇਜ਼ ਐਂਟਰਿੰਗ ਦੀ ਐਲਡਰਲੀ ਗਰੁੱਪ ਨੀਅਰਿੰਗ 65 ਠੀਕ ਹੈ ਜੀ ਸੈਕੰਡਰਲੀ ਸ਼ੀ ਇਜ਼ ਅ ਫੀਮੇਲ ਤੇ ਇਫ ਆਈ ਕੰਪੇਅਰ ਜੇ ਆਪਾਂ ਕੰਪੇਅਰ ਕਰੀਏ ਤੇ ਫੀਮੇਲ ਦਾ ਮਸਕੂਲੇਚਰ ਔਰ ਮੇਲ ਦੇ ਮਸਕੂਲੇਚਰ ਬਹੁਤ ਫਰਕ ਹੈ ਠੀਕ ਹੈ ਉਹਦੀ ਟਿਸ਼ੂ ਕੁਆਲਿਟੀ ਬੋਨ ਕੁਆਲਿਟੀ ਉਹਦੀ ਲਾਈਫ ਸਟਾਈਲ ਆਪਾਂ ਗੱਲ ਕੀਤੀ ਸੀ ਫੀਮੇਲਸ ਵਿੱਚ ਦੋ ਸਟੇਜਿਸ ਆਉਂਦੀਆਂ ਨੇ ਇੱਕ ਮੀਨੋਪੌਜ਼ ਦੀ ਔਰ ਇੱਕ ਪੋਸਟ ਡਿਲੀਵਰੀ ਜਿਹਦੇ ਵਿੱਚ ਉਹਨਾਂ ਦਾ ਯੂ ਟਰਨ ਹੁੰਦਾ ਹੈ ਬੋਡੀ ਦਾ ਬੋਡੀ ਵਿੱਚੋਂ ਵਿਟਾਮਿਨ ਡੀ 3 ਕੈਲਸ਼ੀਅਮ ਕਾਫੀ ਮਾਤਰਾ ਵਿੱਚ ਨਿਕਲਦਾ ਹੈ ਬੋਨ ਸੋਫਟ ਹੋ ਜਾਂਦੀਆਂ ਨੇ ਜਿਹਦੇ ਕਰਕੇ ਇਹਨਾਂ ਦੀ ਹੱਡੀਆਂ ਉੱਤੇ ਇਫੈਕਟ ਜ਼ਿਆਦਾ ਇੰਪੈਕਟ ਪੈਂਦਾ ਤੇ ਜੇ ਮੈਂ ਸਰੀਰ ਦੀ ਗੱਲ ਕਰਾਂ ਤੇ ਸਰੀਰ ਦੀ ਡੈਫੀਨੇਸ਼ਨ ਕੀ ਹੈ ਪਹਿਲੇ ਤਾਂ ਇਹ ਸਮਝੋ ਸਰੀਰ ਨੂੰ ਅਸੀਂ ਕਹਿੰਦੇ ਹਾਂ ਹਾਰਡ ਮਾਸ ਹੈ ਹੱਡੀ ਔਰ ਮਾਸ ਦਾ ਢਾਂਚਾ ਹੈ ਜੇ ਤੁਹਾਡੀ ਹੱਡੀ ਕਮਜ਼ੋਰ ਹੈ ਠੀਕ ਹੈ ਸਾਰਾ ਵੇਟ ਮਾਸ ਦੇ ਆ ਜਾਣਾ ਜੇ ਤੁਹਾਡਾ ਮਾਸ ਕਮਜ਼ੋਰ ਹੈ ਤੇ ਉਹਨੇ ਸਾਰਾ ਵੇਟ ਹੱਡੀ ਨੂੰ ਦੇ ਦੇਣਾ ਕਿਉਂਕਿ ਇਹ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਔਰ ਜੇ ਇਹ ਦੋਨਾਂ ਨੇ ਉਹ ਵੇਟ ਨਹੀਂ ਲਿੱਤਾ ਤੇ ਤੁਸੀਂ ਬਿਸਤਰ ਤੇ ਆ ਜਾਣਾ ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਕਿ ਮੇਰੇ ਪੈਰਾਂ ਵਿੱਚ ਸੋਜਿਸ਼ ਔਰ ਮੇਰੇ ਮੋਢਿਆਂ ਦੇ ਵਿੱਚ ਸੋਜਿਸ਼ ਤੂੰ ਇਹਦੇ ਜਿਹੜਾ ਮੈਂ ਇੱਥੇ ਬੈਠ ਕੇ ਅੰਦਾਜ਼ਾ ਲਗਾ ਸਕਦਾ 64 ਸਾਲ ਫੀਮੇਲ ਵੇਟ 160 ਪਾਉਂਡ ਠੀਕ ਹੈ ਜੇ ਹਾਊਸ ਵਾਈਫ ਵੀ ਰਹੇ ਨੇ ਇਹਦਾ ਮਤਲਬ ਕਿਚਨ ਵਰਕ ਗਰਾਊਂਡ ਵਰਕ ਥਰੂ ਆਊਟ ਲਾਈਫ ਇਨਵੋਲਵ ਰਿਹਾ ਹੋਣਾ ਬਿਲਕੁਲ ਕਿਸੇ ਨਾ ਕਿਸੇ ਮਾਧਿਅਮ ਤੇ ਕੈਨੇਡਾ ਔਰ ਨਿਊਯਾਰਕ ਵਰਗੀ ਜਗ੍ਹਾ ਤੇ ਸਾਰੇ ਕੰਮ ਖੁਦ ਕਰਨੇ ਪੈਂਦੇ ਨੇ ਯੂ ਡੋਂਟ ਗੈਟ ਅ ਡੋਮੈਸਟਿਕ ਏਡ ਬਹੁਤ ਕੋਸਟਲੀ ਹੈਗਾ ਤੇ ਉੱਥੇ 90% ਯੂ ਆਰ ਸੈਲਫ ਵਰਕਿੰਗ ਸਾਰਾ ਕੰਮ ਖੁਦ ਕਰਨਾ ਬਿਲਕੁਲ ਠੀਕ ਹੈ ਤੇ ਇਹ ਸਾਰੇ ਪੁਆਇੰਟਸ ਨੂੰ ਦੇਖਦੇ ਹੋਏ ਪਹਿਲੇ ਤੇ ਇਹਨਾਂ ਨੂੰ ਸਕਰੀਨ ਕਰਨਾ ਪੈਣਾ ਹੈ ਕਿ ਇਹਨਾਂ ਦੇ ਗੋਡੇ ਕੇ ਵਾਜਨ ਹੁਣ ਜੇ ਗੋਡਾ ਭਾਰ ਨਹੀਂ ਲੈਂਦਾ ਤੂੰ ਉਹਨੇ ਭਾਰ ਥੱਲੇ ਉੱਤੇ ਦੇਣਾ ਪੈਰਾਮੀਟਰ ਤੋਂ ਜ਼ਿਆਦਾ ਕੰਮ ਕਰਨਾ ਪੈ ਰਿਹਾ ਠੀਕ ਹੈ ਜੀ ਹੁਣ ਆਗੇ ਗੱਲ ਮੋਢੇ ਵਿੱਚ ਦਰਦ ਮੋਢੇ ਵਿੱਚ ਦਰਦ ਜਾਂ ਮੋਢੇ ਵਿੱਚ ਸੋਜਿਸ਼ ਵੀ ਦੋ ਕਾਰਨ ਨਾਲ ਇੱਕ ਏਜ ਜਿਹਦੇ ਨਾਲ ਢਲਾਣ ਆਈ ਹੈ ਦੂਜਾ ਜੇ ਅਗਰ ਉਹ ਗੋਡੇ ਠੀਕ ਨਹੀਂ ਨੇ ਤੇ ਜਿਹੜਾ ਬੰਦਾ ਜਿਹਦੇ ਗੋਡੇ ਖਰਾਬ ਹੁੰਦੇ ਨੇ ਉਹ ਆਪਣਾ ਸਾਰਾ ਵੇਟ ਉੱਠਣ ਲਈ ਸ਼ੋਲਡਰ ਤੇ ਪਾਊਗਾ ਤੇ ਜਦੋਂ ਉੱਠੇਗਾ ਤਾਂ ਇੱਦਾਂ ਉੱਠੇਗਾ ਤੇ ਸਾਰਾ ਵੇਟ ਮੋਢਾ ਲਏਗਾ ਤੇ ਰਾਜਾ ਦੁਖੀ ਤੇ ਪ੍ਰਜਾ ਦੁਖੀ ਦੁਖੀ ਤੇ ਤੁਸੀਂ ਇੱਕ ਚੀਜ਼ ਨੂੰ ਇਗਨੋਰ ਕਰਦੇ ਹੋ ਤੇ ਚਾਰ ਚੀਜ਼ਾਂ ਤੁਹਾਡੇ ਚਪੇਟ ਵਿੱਚ ਆ ਜਾਂਦੀਆਂ ਤੇ ਪਹਿਲਾਂ ਤੇ ਇਹ ਰੂਲ ਆਊਟ ਕਰੋ ਕਿ ਤੁਹਾਡੇ ਬਾਕੀ ਜੁਆਇੰਟਸ ਜਾਂ ਪਹਿਲਾਂ ਗੋਡਾ ਜਾਂ ਇਹਦੇ ਵਿੱਚ ਕੋਈ ਆਰਥਰਾਈਟਿਸ ਦਾ ਸਿਮਟਮ ਤੇ ਨਹੀਂ ਹੈ ਇਹਦੇ ਵਿੱਚ ਕੋਈ ਆਰਥਰਾਈਟਿਸ ਦੇ ਫੀਚਰਸ ਤੇ ਨਹੀਂ ਨੇ ਜੇ ਹੈ ਨੇ ਤੇ ਉਹ ਕਿਹੜੀ ਸਟੇਜ ਤੇ ਨੇ ਉਹ ਦਵਾਈਆਂ ਦੇ ਨਾਲ ਐਕਸਰਸਾਈਜ਼ ਦੇ ਨਾਲ ਥੈਰੇਪੀ ਦੇ ਨਾਲ ਵਰਜਿਸ਼ ਦੇ ਨਾਲ ਕੰਟਰੋਲ ਹੋ ਸਕਦਾ ਜੇ ਨਹੀਂ ਜਾਂ ਉਹ ਲਾਸਟ ਸਟੇਜ ਤੇ ਆ ਗਏ ਨੇ ਫਿਰ ਰਾਈਟ ਡਾਕਟਰ ਨੂੰ ਮਿਲ ਕੇ ਉਹਦਾ ਜਿਹੜਾ ਮੈਂ ਨਿਦਾਨ ਦੱਸਿਆ ਕਿ ਅੱਜ ਦੀ ਡੇਟ ਵਿੱਚ ਕੁਛ ਚੀਜ਼ਾਂ ਟ੍ਰਾਇਲ ਬੇਸਿਸ ਤੇ ਨੇ ਪਰਮਾਨੈਂਟ ਸੋਲੂਸ਼ਨ ਦਾ ਰਿਪਲੇਸਮੈਂਟ ਹੀ ਹੈ ਠੀਕ ਹੈ ਜੀ ਤੁਸੀਂ ਜਿੱਦਾਂ ਦੱਸਿਆ ਕਿ ਤੁਹਾਡੇ ਕੋਲ ਇੱਕ ਲੰਮਾ ਤਜਰਬਾ ਹੈ 10 ਸਾਲਾਂ ਤੋਂ ਤੁਸੀਂ ਵੱਧ ਸਮੇਂ ਤੋਂ ਲੱਗੇ ਹੋਏ ਹੋ ਅਤੇ 12,000 ਤੋਂ ਵੱਧ ਤੁਸੀਂ ਗੋਡੇ ਰਿਪਲੇਸ ਕਰ ਚੁੱਕੇ ਹੋ ਅਤੇ ਇਹਨਾਂ ਜਿਹੜੇ ਜਿੰਨੇ ਵੀ ਤੁਸੀਂ ਮਰੀਜ਼ਾਂ ਦੇ ਗੋਡੇ ਰਿਪਲੇਸ ਕੀਤੇ ਉਹਨਾਂ ਦੇ ਵਿੱਚ ਉਹ ਇੰਡੀਅਨ ਸੀ ਜਾਂ ਫੋਰਨ ਕੰਟਰੀ ਤੋਂ ਵੀ ਆਏ ਉਹਨਾਂ ਦੇ ਵਿੱਚ ਜਦ ਤੱਕ ਅਸੀਂ ਅਹਿਮਦਾਬਾਦ ਸੀਗੇ ਤੇ ਮੈਂ ਤੁਹਾਨੂੰ ਪਹਿਲੇ ਕਿਹਾ ਸਾਡੀ ਬਾਹਰ ਤੋਂ ਵੀ ਕੰਟਰੀਆਂ ਤੋਂ ਪੇਸ਼ੈਂਟ ਆਉਂਦੇ ਰਹੇ ਨੇ ਅਫਰੀਕਾ ਤੋਂ ਆਉਂਦੇ ਨੇ ਜ਼ਿੰਬਾਬਵੇ ਤੋਂ ਆਉਂਦੇ ਨੇ ਸਿੰਗਾਪੁਰ ਤੋਂ ਨੇ ਦੁਬਈ ਤੋਂ ਨੇ ਸਾਡੀ ਟੀਮ ਦੁਬਈ ਵੀ ਜਾਂਦੀ ਰਹੀ ਹੈ ਆਪਰੇਟ ਕਰਨ ਹੁਣ ਲਾਸਟ 2 ਸਾਲਾਂ ਤੋਂ ਮੈਂ ਚੰਡੀਗੜ੍ਹ ਮੋਹਾਲੀ ਸਟੇਸ਼ਨ ਨਾਲ ਤੇ ਇੱਥੇ ਵੀ ਹੁਣ ਆਉਣ ਦੇ ਬਾਅਦ 2000 ਤੋਂ ਉੱਤੇ ਸਰਜਰੀਆਂ ਕੀਤੀਆਂ ਨੇ ਜਿਹਦੇ ਵਿੱਚ ਬਾਹਰੋਂ ਪੇਸ਼ੈਂਟ ਆਉਂਦਾ ਜਿਹਨਾਂ ਦੇ ਕਿਉਂਕਿ ਜ਼ਿਆਦਾਤਰ ਪੰਜਾਬੀ ਬਾਹਰ ਰਹਿੰਦੇ ਨੇ ਉਹਨਾਂ ਦੀ ਆਪਣੀ ਰਿਹਾਇਸ਼ ਪੰਜਾਬ ਵਿੱਚ ਕਿਧਰੇ ਨਾ ਕਿਧਰੇ ਹੈਗੀ ਤੇ ਇਹ ਸਹੂਲੀਅਤ ਨੂੰ ਲੈਂਦੇ ਹੋਏ ਕਿ ਘਰ ਵੀ ਆਪਣਾ ਹੈਗਾ ਦੂਜਾ ਕੋਸਟ ਇਫੈਕਟਿਵ ਹੈ ਸਰਜਰੀ ਇੱਥੇ ਕੋਸਟ ਕਿੰਨੀ ਕੋਈ ਇਫੈਕਟ ਕਰਦੀ ਹੈ ਕੋਸਟ ਕਾਫੀ ਫਰਕ ਪੈ ਜਾਂਦਾ ਇੱਥੇ ਜਿਹੜਾ ਤੁਸੀਂ ਜੇ ਗੱਲ ਕਰੋ 2.5-3 ਲੱਖ ਵਿੱਚ ਕੰਮ ਹੋ ਰਿਹਾ ਉਹੀ ਉੱਥੇ 15-20 ਲੱਖ ਵਿੱਚ ਹੋ ਰਿਹਾ ਅੱਛਾ ਇੰਨਾ ਕਾਫੀ ਫਰਕ ਹੈ ਜਿਹੜੇ ਵਿਕਸਿਤ ਦੇਸ਼ ਨੇ ਅਮਰੀਕਾ ਕੈਨੇਡਾ ਹੋ ਗਏ ਹੋਰ ਕੰਟਰੀਜ਼ ਹੋ ਗਈਆਂ ਉਹ ਤਾਂ ਆਲਰੇਡੀ ਸਾਡੇ ਤੋਂ ਤਕਨੀਕ ਦੇ ਵਿੱਚ ਅੱਗੇ ਚੱਲ ਰਹੀਆਂ ਨੇ ਪਰ ਇਸ ਦੇ ਬਾਵਜੂਦ ਵੀ ਵਿਦੇਸ਼ਾਂ ਤੋਂ ਲੋਕ ਫਿਰ ਤੁਹਾਡੇ ਕੋਲ ਕਿਉਂ ਆਉਂਦੇ ਮੈਂ ਹੁਣੇ ਦੱਸਿਆ ਕਿ ਜਿਹੜੇ ਇੰਡੀਆ ਵੈ ਇੰਡੀਆ ਕਈ ਮਾਮਲਿਆਂ ਵਿੱਚ ਬਲੈਸਡ ਹੈ ਇੰਡੀਆ ਨੇ ਬੜੀ ਤਰੱਕੀ ਕੀਤੀ ਹੈ ਮੈਡੀਕਲ ਸਾਇੰਸ ਵਿੱਚ ਇੰਡੀਆ ਤੋਂ ਡਾਕਟਰ ਬਾਹਰ ਬੁਲਾਏ ਜਾਂਦੇ ਨੇ ਔਰ ਕਿਹਾ ਜਾਂਦਾ ਕਿ ਤੁਸੀਂ ਇੱਥੇ ਆ ਕੇ ਸਾਡੀ ਕੰਟਰੀ ਵਿੱਚ ਸੇਵਾਵਾਂ ਦਿਓ ਤੇ ਜੇ ਤੁਸੀਂ ਬਾਹਰ ਦੀ ਕੰਟਰੀ ਵਿੱਚ ਵੀ ਟੌਪ ਦੇ ਡਾਕਟਰ ਦੇਖੋਗੇ ਤੇ ਮੈਜੋਰਟੀ ਡਾਕਟਰ ਇੰਡੀਅਨਸ ਟੌਪ ਦੀ ਪੋਜੀਸ਼ਨ ਤੇ ਬੈਠੇ ਹੋਏ ਨੇ ਦੂਜਾ ਜੇ ਤੁਸੀਂ ਇੰਡੀਆ ਦੀ ਗੱਲ ਕਰੋ ਕਿਉਂਕਿ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਤੇ ਬਿਮਾਰੀ ਵੀ ਉਨੀ ਹੀ ਜ਼ਿਆਦਾ ਹੈ
ਤੇ ਜਿੰਨੀ ਬਿਮਾਰੀ ਹੈ ਉਨਾ ਹੀ ਐਕਸਪੋਜ਼ਰ ਹੈ ਤੇ ਜਿਹੜਾ ਡਾਕਟਰ ਹੈ ਉਹ ਇੱਕ ਹੀ ਟਾਈਪ ਦਾ ਮਰੀਜ਼ ਹਜ਼ਾਰਾਂ ਦੀ ਮਾਤਰਾ ਵਿੱਚ ਦੇਖ ਰਿਹਾ ਤੇ ਜੇ ਮੈਂ ਗੋਡੇ ਦੀ ਰੇਸ਼ੋ ਦੀ ਬਾਰੇ ਚ ਗੱਲ ਕਰਾਂ ਜਦ ਮੈਂ ਇੰਗਲੈਂਡ ਸੀਗਾ ਆਸਟ੍ਰੇਲੀਆ ਰਿਹਾ ਜਰਮਨੀ ਰਿਹਾ ਅਮੈਰੀਕਾ ਰਿਹਾ ਟ੍ਰੇਨਿੰਗ ਵਾਸਤੇ ਜਦ ਮੈਂ ਗਿਆ ਸੀਗਾ ਤੇ ਮੈਂ ਉੱਥੇ ਦੀ ਰਜਿਸਟਰੀ ਦੇਖਦਾ ਸੀਗਾ ਕਿ ਸਾਲ ਭਰ ਵਿੱਚ ਉਹ 600 ਦੇ ਕਰੀਬ ਉਹਨਾਂ ਦੇ ਗੋਡੇ ਜਾਂ ਕੂਲੇ ਜਾਂ ਡਿਫਰੈਂਟ ਜੁਆਇੰਟਸ ਦੀ ਸਰਜਰੀਆਂ ਹੁੰਦੀਆਂ ਇੰਡੀਆ ਆਉਣ ਦੇ ਬਾਅਦ ਸ਼ੈਲਬੀ ਵਿੱਚ ਆਪਣੇ ਹਸਪਤਾਲ ਵਿੱਚ ਮੈਂ ਦੇਖਿਆ ਕਿ ਅਸੀਂ 1200 to 1500 ਰਿਪਲੇਸਮੈਂਟ ਮਹੀਨੇ ਦੀ ਕਰ ਰਹੇ ਹਾਂ ਤੇ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਕਿਹੜੀ ਤਾਦਾਦ ਵਿੱਚ ਇੰਡੀਆ ਵਿੱਚ ਐਕਸਪੋਜ਼ਰ ਡਾਕਟਰ ਨੂੰ ਮਿਲ ਰਿਹਾ ਕਿਉਂਕਿ ਇਹ ਤਾਦਾਦ ਬਹੁਤ ਜ਼ਿਆਦਾ ਐਕਸਪੋਜ਼ਰ ਬਹੁਤ ਜ਼ਿਆਦਾ ਇਸ ਕਰਕੇ ਐਕਸਪਰਟੀਜ਼ ਲੈਵਲ ਬਹੁਤ ਹਾਈ ਹੈ ਐਕਸਪਰਟੀਜ਼ ਲੈਵਲ ਹਾਈ ਹੋਣ ਕਰਕੇ ਰਿਵਾਰਡਸ ਉਨੇ ਹੀ ਚੰਗੇ ਹੈਗੇ ਕਿਉਂਕਿ ਡਾਕਟਰਸ ਡਿਫਰੈਂਟ ਕੈਟਰਸ ਦੇ ਪੇਸ਼ੈਂਟ ਨੂੰ ਦੇਖ ਰਿਹਾ ਡਿਫਰੈਂਟ ਬਿਮਾਰੀਆਂ ਨੂੰ ਦੇਖ ਰਿਹਾ ਤੇ ਉਹਨੂੰ ਡੀਲ ਕਰਨ ਦਾ ਤਜੁਰਬਾ ਲੈ ਰਿਹਾ ਤੇ ਹੁਣ ਆਰਥਰਾਈਟਿਸ ਦੀ ਗੱਲ ਕਰੀਏ ਬਿੰਗਾ ਤੋਂ ਬਿੰਗਾ ਗੋਡਾ ਖਰਾਬ ਤੋਂ ਖਰਾਬ ਗੋਡਾ ਨਿਗਲੈਕਟਿਡ ਗੋਡਾ ਜਿਹੜਾ ਵੀ ਆਏ ਉਹਦੀ ਮਹਾਰਤ ਇੱਥੇ ਦੇ ਡਾਕਟਰ ਨੂੰ ਹੈਗੀ ਠੀਕ ਹੈ ਜੀ ਤੁਸੀਂ ਦੱਸਿਆ ਕਿ ਤੁਹਾਡੀ ਸਕਸੈਸ ਰੇਸ਼ੋ ਕਾਫੀ ਅੱਛੀ ਰਹੀ ਹੈ ਵੱਖ ਵੱਖ ਸਟੇਟਾਂ ਦੇ ਵਿੱਚ ਇੰਡੀਆ ਦੀ ਗੱਲ ਕਰੀਏ ਤਾਂ 11 to 12 ਬ੍ਰਾਂਚਾਂ ਹੈਗੀਆਂ ਤੁਹਾਡੀਆਂ ਨਾ ਇੱਥੇ ਅਤੇ NRIs ਵੀ ਤੁਹਾਡੇ ਕੋਲ ਆ ਰਹੇ ਨੇ ਰਿਪਲੇਸਮੈਂਟ ਕਰਵਾਉਣ ਦੇ ਲਈ ਮੈਂ ਇਹ ਪੁੱਛਣਾ ਚਾਹੁੰਦਾ ਕਿ NRIs ਕੋਲ ਸਮਾਂ ਬੜਾ ਘੱਟ ਹੁੰਦਾ ਉਹਨਾਂ ਦਾ ਕੀਮਤੀ ਸਮਾਂ ਹੁੰਦਾ ਕਾਫੀ ਅਤੇ ਉਹ ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਹੁਣ ਗੋਡਾ ਰਿਪਲੇਸ ਕਰਾਉਣਾ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਏਗਾ ਅਤੇ ਤੁਸੀਂ ਫਿਰ ਉਹਨਾਂ ਲਈ ਕੀ ਫੈਸਿਲਿਟੀਜ਼ ਦਿੰਦੇ ਹੋ ਉਹਨਾਂ ਨੂੰ ਜਿੱਦਾਂ ਉੱਥੋਂ ਦੀ ਤੁਹਾਡੇ ਨਾਲ ਸੰਪਰਕ ਕਰਨ ਨੂੰ ਆ ਕੇ ਜਾਂ ਇੰਡੀਆ 'ਚ ਆ ਕੇ ਤੁਹਾਡੇ ਕੋਲ ਅਪਾਇੰਟਮੈਂਟ ਲੈਣੀ ਪੈਂਦੀ ਉਹਨਾਂ ਨੂੰ ਦੇਖੋ ਮੈਂ ਪਹਿਲੇ ਹੀ ਕਿਹਾ ਕਿ ਤਕਨੀਕ ਦੀ ਮਹਾਰਤ ਹੋਣ ਕਰਕੇ ਰਿਕਵਰੀ ਇਜ਼ ਗੋਨ ਫਾਸਟਰ ਤੇ ਆਪਾਂ ਦੋਨੋਂ ਗੋਡਿਆਂ ਲਈ 6 ਰਾਤਾਂ 7 ਦਿਨ ਰੱਖਦੇ ਹਾਂ ਤੇ ਪਹਿਲੀ ਚੀਜ਼ ਜਿਹੜੀ ਆਪਾਂ ਡਿਸਕਸ ਕੀਤੀ ਕਿ 6 ਦਿਨ 7 ਰਾਤਾਂ ਵਿੱਚ ਅਸੀਂ 70% ਰਿਕਵਰੀ ਹਾਸਪਿਟਲ 'ਚ ਹੀ ਦਿੰਦੇ ਹਾਂ 70% ਰਿਕਵਰੀ ਦਾ ਮਤਲਬ ਹੈ ਬਿਨਾਂ ਵਾਕਰ ਬਿਨਾਂ ਛੜੀ ਇੰਡੀਪੈਂਡੈਂਟ ਵਾਕ ਪੌੜੀਆਂ ਚੜ੍ਹਨਾ ਉਤਰਨਾ ਇਹ ਤੁਸੀਂ ਹਸਪਤਾਲ ਦੇ 7 ਦਿਨ ਦੇ ਸਟੇਜ 'ਚ ਹੀ ਅਚੀਵ ਕਰ ਲਓਗੇ ਹੁਣ ਜਿਹੜਾ ਪੇਸ਼ੈਂਟ ਬਾਹਰ ਤੋਂ ਆਉਂਦਾ ਜਿਹਦੀ ਕੋਈ ਰਿਹਾਇਸ਼ ਨਹੀਂ ਹੈ ਪੰਜਾਬ ਵਿੱਚ ਤੇ ਹਾਸਪਿਟਲ ਨੇ ਆਪਣੇ ਗੈਸਟ ਹਾਊਸ ਬਣਾਏ ਹੋਏ ਨੇ ਠੀਕ ਹੈ ਜੀ ਉਹ ਗੈਸਟ ਹਾਊਸ ਅਵੇਲ ਕਰ ਲੈਂਦਾ ਉਹ ਆਪਣਾ 2 ਹਫ਼ਤਾ ਹੋਰ ਰੁਕਦਾ ਉੱਥੇ ਔਰ 2 ਹਫ਼ਤੇ ਵਿੱਚ ਤਕਰੀਬਨ ਸਾਰੀ ਰਿਕਵਰੀ ਲੈ ਕੇ ਬਾਹਰ ਚਲਾ ਜਾਂਦਾ ਮਤਲਬ ਉਹਨਾਂ ਦੀ ਕੇਅਰ ਟੇਕਰ ਪ੍ਰੋਪਰ ਉਹ ਸਾਰਾ ਕੁਝ ਹਸਪੀਟਲ ਪ੍ਰੋਵਾਈਡ ਕਰਦਾ ਹੈ ਥੈਰੇਪਿਸਟ ਕਮਰੇ ਵਿੱਚ ਆਉਂਦਾ ਉਹਨਾਂ ਦੇ ਰੂਮ ਵਿੱਚ ਆਉਂਦਾ ਹੈ ਡਾਇਟੀਸ਼ੀਅਨ ਡਾਇਟ ਚਾਰਟ ਦੇ ਕੇ ਜਾਂਦੀ ਹੈ ਸਭ ਕੁਝ ਸਿਸਟਮੈਟਿਕ ਵੇ ਵਿੱਚ ਹੈਗਾ ਜੀ 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 ਇਹਦੇ ਇਲਾਵਾ ਜੋ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਪੰਜਾਬੀ ਬਾਹਰ ਬੈਠਾ ਹੈ ਭਰਾ ਆਪਣਾ 90% ਪੰਜਾਬੀ ਭਰਾ ਦੀ ਰਿਹਾਇਸ਼ ਅਤੇ ਹੈ ਹੀ ਹੈ ਉਹਨਾਂ ਦਾ ਰਿਸ਼ਤੇਦਾਰ ਹੈ ਹੀ ਹੈ ਬਿਲਕੁਲ ਤੇ ਉਹ ਐਵੇਂ ਜੀ ਫੈਸਿਲਿਟੀਜ਼ ਵਿੱਚ ਖਰਚਾ ਨਹੀਂ ਕਰਦੇ ਉਹ ਕਹਿੰਦੇ ਜੀ 7 ਦਿਨ ਰਹਿਣਾ ਉਹਦੇ ਬਾਅਦ ਜਿਹੜਾ ਫਗਵਾੜੇ ਤੋਂ ਆਇਆ ਫਗਵਾੜਾ ਜਾਂਦਾ ਜਿਹੜਾ ਬਠਿੰਡੇ ਤੋਂ ਆਇਆ ਬਠਿੰਡਾ ਚਲਾ ਜਾਂਦਾ ਜਿਹੜਾ ਲੁਧਿਆਣੇ ਤੋਂ ਆਇਆ ਲੁਧਿਆਣਾ ਚਲਾ ਜਾਂਦਾ ਆਪਣੇ ਰਿਲੇਟਿਵ ਕੋਲ 2 ਹਫ਼ਤਾ 3 ਹਫ਼ਤਾ ਰੁਕਦਾ ਉਸ 2-3 ਹਫ਼ਤੇ ਵਿੱਚ ਉਹਦੀ ਆਲਮੋਸਟ 80 to 90% ਰਿਕਵਰੀ ਹੋ ਜਾਂਦੀ ਹੈ ਉਹ ਮਹੀਨੇ ਦੇ ਅੰਦਰ ਉਹ ਫਲਾਈ ਕਰਕੇ ਵਾਪਸ ਚਲਾ ਜਾਂਦਾ ਠੀਕ ਹੈ ਜੀ ਇੱਕ ਮੇਰਾ ਆਖਰੀ ਸਵਾਲ ਇਸ ਮੁੱਦੇ 'ਤੇ ਕਿ ਜਿਹੜੇ ਵੀ ਹਰੇਕ ਕੋਈ ਡਾਕਟਰ ਆਪਣੇ ਟ੍ਰੀਟਮੈਂਟ ਬਾਰੇ ਅੱਛੀ ਜਾਣਕਾਰੀ ਦੇ ਦਿੰਦਾ ਹੁੰਦਾ ਹੈ ਕਈ ਵਾਰੀ ਇਹਦੇ 'ਚ ਮੇਰੇ 2-3 ਸਵਾਲ ਹੋਰ ਵੀ ਨਿਕਲਣਗੇ ਕਈ ਐਸਾ ਵੀ ਤੁਹਾਡੇ ਕੋਲ ਪੇਸ਼ੈਂਟ ਆਇਆ ਜੋ ਤੁਹਾਨੂੰ ਲੱਗਦਾ ਸੀ ਕਿ ਸਕਸੈਸ ਹੋ ਸਕਦਾ ਪਰ ਸਕਸੈਸ ਨਾ ਰਿਹਾ ਹੋਵੇ ਦੇਖੋ ਇਹਦੇ ਵਿੱਚ ਸਿਲੈਕਸ਼ਨ ਕ੍ਰਾਈਟੇਰੀਆ ਹੁੰਦੇ ਨੇ ਡਾਕਟਰ ਔਰ ਪੇਸ਼ੈਂਟ ਦਾ ਰਿਲੇਸ਼ਨਸ਼ਿਪ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਉਹ ਜਿੰਨਾ ਟ੍ਰਾਂਸਪੇਰੈਂਟ ਹੋਏ ਉਨਾ ਚੰਗਾ ਠੀਕ ਹੈ ਜੀ ਜੇ ਡਾਕਟਰ ਨੂੰ ਇਹ ਲੱਗਦਾ ਹੈ ਕਿ ਇਹ ਪੇਸ਼ੈਂਟ ਦੀ ਸਕਸੈਸ ਰੇਟ ਨਹੀਂ ਹੈ ਫਿਰ ਉਹਨੂੰ ਭੱਲ ਨਾ ਪਾਏ ਉਹਨੂੰ ਗਲਤ ਰਾਹ ਨਾ ਦਿਖਾਏ ਉਹਨੂੰ ਚੰਗੀ ਤਰੀਕੇ ਨਾਲ ਐਕਸਪਲੇਨ ਕਰੇ ਕਿ ਮੇਰਾ ਕਹਿਣ ਦਾ ਮਤਲਬ ਕਿ ਲੋਕ ਤੁਹਾਡੇ ਤੇ ਭਰੋਸਾ ਕਿਵੇਂ ਕਰਨ ਇਹੀ ਹੈ ਕਿ ਮੈਂ ਆਪਣੇ ਪੇਸ਼ੈਂਟ ਦੇ ਨਾਲ ਇੱਕ ਬਹੁਤ ਟ੍ਰਾਂਸਪੇਰੈਂਟ ਜ਼ੋਨ ਰੱਖਿਆ ਜੇ ਉਹ ਆਪਰੇਸ਼ਨ ਮੇਰੀ ਮਿਆਦ ਵਿੱਚ ਨਹੀਂ ਆਉਂਦਾ ਜਾਂ ਮੈਂ ਨਹੀਂ ਉਹਨੂੰ ਸਕਸੈਸ ਦੇ ਸਕਦਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਇਹ ਪੇਸ਼ੈਂਟ ਸਾਡੇ ਕੋਲ ਨਹੀਂ ਹੋ ਸਕਦਾ ਇਹਦੀ ਥਾਂ ਕੋਈ ਹੋਰ ਹੈ ਉੱਥੇ ਜਾ ਕੇ ਇਸ ਡਾਕਟਰ ਨੂੰ ਮਿਲੋ ਠੀਕ ਹੈ ਜੀ ਬਟ ਰੱਬ ਦੀ ਕਿਰਪਾ ਰਹੀ ਕਿ ਇਹ ਵਜ੍ਹਾ ਅੱਜ ਤੱਕ ਕੋਈ ਕੇਸ ਆਇਆ ਨਹੀਂ ਜਿਹਨਾਂ ਉਸ ਨਾ ਕੀਤੀ ਹੋਏ ਤੇ ਸਕਸੈਸ ਰੇਟ near to 100% ਦਿੱਤਾ ਅੱਜ ਤੱਕ ਠੀਕ ਹੈ ਜੀ ਕਿਉਂਕਿ ਸਾਡੇ ਕੋਲ ਵੀ ਰਿਪੋਰਟਾਂ ਸੀ ਤੁਹਾਡੇ ਕੋਲ ਸਕਸੈਸ ਰੇਟ ਕਾਫੀ ਅੱਛੀ ਰਹੀ ਹੈ ਸ਼ੈਲਬੀ ਹੋਸਪਿਟਲ ਦੀ ਅਤੇ ਅਹਿਮਦਾਬਾਦ ਵਿੱਚ ਡਾਕਟਰ ਆਈ ਥਿੰਕ ਤੁਹਾਡੇ ਜਿਹੜੇ ਸੀਨੀਅਰ ਡਾਕਟਰ ਉੱਥੇ ਦੇ ਵਿਜੇਂਦਰ ਨਾਮ ਉਹਨਾਂ ਦਾ ਵਿਕਰਮ ਨਾਮ ਉਹਨਾਂ ਦਾ ਅਤੇ ਉਹ ਵੀ ਇੱਥੇ ਆ ਕੇ ਗੇੜਾ ਲਾਉਂਦੇ ਨੇ ਪੰਜਾਬ ਦੇ ਅਸੀਂ ਬਿਲਕੁਲ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਹਾਂ ਕਿਉਂਕਿ ਮੇਰੀ ਰਿਹਾਇਸ਼ ਪੰਜਾਬ ਦੀ ਹੈ ਅਤੇ ਮੈਂ ਫੁੱਲ ਟਾਈਮ ਇੱਥੇ ਸਰਜਨ ਹਾਂ ਐਜ਼ ਅ ਸੀਨੀਅਰ ਐਂਡ ਹੈੱਡ ਕਰ ਰਿਹਾ ਬਾਕੀ ਜਿਹੜੇ ਡਾਕਟਰ ਵਿਕਰਮ ਨੇ ਉਹ ਵੀ ਮਹੀਨੇ ਵਿੱਚ ਆਪਣਾ ਚੱਕਰ ਲਾਉਂਦੇ ਨੇ ਜਿਹੜੇ ਪੇਸ਼ੈਂਟ ਨੂੰ ਉਹਨਾਂ ਦੀ ਸੇਵਾਵਾਂ ਦੀ ਲੋੜ ਹੈ ਉਹਨਾਂ ਦੀ ਐਕਸਪਰਟਾਈਜ਼ ਦੀ ਲੋੜ ਹੈ ਤੇ ਉਹਨਾਂ ਨੂੰ ਵੀ ਦਿਖਾ ਕੇ ਜਾਂਦੇ ਡਾਕਟਰ ਵਿਕਰਮ ਦੇ ਹੱਥਾਂ ਦੇ ਵਿੱਚ ਜਾਦੂ ਦੱਸਿਆ ਜਾਂਦਾ ਹੈ ਇਹ ਵਾਕਈ ਉਹਨਾਂ ਵਿੱਚ ਕਲਾ ਹੈ ਦੇਖੋ ਮੈਂ ਜਿੱਦਾਂ ਪਹਿਲੇ ਗੱਲ ਕਹੀ ਕਿ ਹਰ ਇੱਕ ਐਰਾ ਵਿੱਚ ਇੱਕ ਡਾਕਟਰ ਜਨਮ ਲੈਂਦਾ ਤੇ ਜਿਸ ਐਰਾ ਵਿੱਚ ਡਾਕਟਰ ਵਿਕਰਮ ਨੇ ਜਨਮ ਲਿੱਤਾ ਉਸ ਐਰਾ ਵਿੱਚ ਨੀ ਰਿਪਲੇਸਮੈਂਟ ਆਈ ਸੀ ਇੰਡੀਆ ਵਿੱਚ ਠੀਕ ਹੈ ਉਹਨੇ ਐਂਟਰੈਂਸ ਲਿੱਤੀ ਸੀ ਤੇ ਉਹਨਾਂ ਨੇ ਉਸ ਸਮੇਂ ਉਹ ਸ਼ੁਰੂ ਕੀਤੀ ਔਰ ਆਪਣੀ ਇੱਕ ਮੁਕਾਮ ਹਾਸਿਲ ਕੀਤਾ ਔਰ ਬੜੀ
ਜਿਨ੍ਹਾਂ ਨੇ ਉਹਨਾਂ ਦੇ ਨਾਲ ਮਿਲ ਕੇ ਸਰਜਰੀ ਨੂੰ ਇੱਕ ਨਿਆ ਰੂਪ ਦਿੱਤਾ ਹੈ। ਅਤੇ ਸ਼ੈਲਬੀ ਦਾ ਹਰ ਡਾਕਟਰ ਅੱਜ ਦੀ ਡੇਟ ਵਿੱਚ ਡਾਕਟਰ ਵਿਕਰਮ ਸ਼ਾਹ ਹੈਗਾ, ਜਿਹਨੂੰ ਜਿੱਥੇ ਜਾ ਕੇ ਕਰਾਉਣਾ ਹੈ ਕਰਾਏ ਅਤੇ ਸਕਸੈਸ 100% ਗਰੰਟਿਡ ਹੈ। ਬ੍ਰਾਂਡ ਕਹਿੰਦਾ ਕਿ ਜਿਹੜਾ ਬੰਦਾ ਸ਼ੈਲਬੀ ਆਉਂਦਾ ਹੈ ਉਹਨੂੰ 100% ਸਕਸੈਸ ਮਿਲੇਗੀ। ਜੀ ਜੀ, ਹੁਣ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ ਪਾਨੂੰ ਪ੍ਰਤਾਪ ਜੀ, ਅਤੇ ਤੁਸੀਂ ਆਪਣੀ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਨਹੀਂ, ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਇੰਨੇ ਦੇਰ ਤੋਂ ਉਹਨਾਂ ਨੇ ਸਾਨੂੰ ਸੁਣਿਆ, ਅਤੇ ਮੇਰੇ ਲਈ ਕੋਈ ਸੇਵਾ ਹੋਏ, ਸਾਡੇ ਇੰਸਟੀਚਿਊਟ ਵੱਲ ਕੋਈ ਸੇਵਾ ਹੋਏ ਤਾਂ ਜ਼ਰੂਰ ਕਾਲ ਕਰਨ, ਅਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਜੁੜੇ ਰਹਾਂਗੇ। ਜੀ ਜੀ ਦਰਸ਼ਕੋ, ਹੁਣ ਸਾਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਪੰਜਾਬੀ ਢਾਬਾ, ਸਾਗ ਮੱਕੀ ਦੀ ਰੋਟੀ, ਚਨਾ ਭਟੂਰਾ, ਕੀਮਾ ਨਾਨ, ਕਬਾਬ, ਫਿਸ਼ ਪਕੌੜਾ, ਅੰਮ੍ਰਿਤਸਰੀ।